ਜੀ ਤੁਹਾਡਾ ਰੇਡੀਓ ਵਿਰਸਾ ਐਨਜ਼ੈਡ 107 FM ਦੇ ਉੱਤੇ ਪ੍ਰੋਗਰਾਮ ਦਸਮ ਗ੍ਰੰਥ ਦਾ ਸੱਚ ਵਿੱਚ। ਅੱਜ 6 ਅਕਤੂਬਰ ਆ ਜੀ ਨਿਊਜ਼ੀਲੈਂਡ ਦੇ ਵਿੱਚ, ਅਤੇ ਦਿਨ ਸ਼ਨੀਵਾਰ। ਸਮਾਂ ਸਾਡੇ ਕੋਲ ਸ਼ਾਮ 3:02 ਹੋਏ ਆ, ਅਤੇ ਇਹ ਪ੍ਰੋਗਰਾਮ ਜਿਹੜਾ ਸ਼ਨੀਵਾਰ ਵਾਲਾ ਆਪਾਂ ਗੱਲਬਾਤ ਦੇ ਹਿਸਾਬ ਨਾਲ ਦੇਖਦੇ ਹੁੰਦੇ ਵੀ ਕਿੰਨਾ ਚਿਰ ਕਰਨਾ ਆ, ਹਾਂਜੀ 1.5 ਜਾਂ 2 ਘੰਟੇ, ਅਤੇ ਉਹ ਆਪਾਂ ਜਿੱਦਾਂ ਜਿੱਦਾਂ ਸਮਾਂ ਆਉਂਦਾ ਦੇਖ ਲੈਂਦੇ ਹਾਂ। ਸਟੂਡੀਓ 'ਚ ਮੈਂ ਹਰਨੇਕ ਸਿੰਘ ਅਤੇ ਨਾਲ ਮੇਰੇ ਅੰਗਰੇਜ਼ ਸਿੰਘ ਆ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਪਾਂ ਜਿੰਨਾ ਚਿਰ ਹੈਗੇ ਹਾਂ ਜੀ ਸਟੂਡੀਓ 'ਚ, ਤੁਸੀਂ ਸਟੂਡੀਓ ਦੇ ਨੰਬਰਾਂ 'ਤੇ ਫੋਨ ਕਰਕੇ ਜੇ ਕੋਈ ਜ਼ਰੂਰੀ ਗੱਲਬਾਤ ਹੋਵੇ ਆਪਣੀ ਕਰ ਸਕਦੇ ਹਾਂ। ਹਾਂਜੀ, ਅਤੇ ਉਹ ਤੋਂ ਬਿਨਾਂ ਬੇਨਤੀ ਆ, ਜ਼ਰੂਰੀ ਹੈ ਜੀ, ਨੋਟੀਫਿਕੇਸ਼ਨ ਤਾਂ ਨਹੀਂ ਆਈ ਪਰ ਅਮੈਰੀਕਾ ਤੋਂ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਤੋਂ ਭਾਈ ਰਣਜੀਤ ਸਿੰਘ ਹੋਰਾਂ ਦਾ ਦੀਵਾਨ ਜਿਹੜਾ ਲਾਈਵ ਹੋਣਾ ਆ। ਹਾਂਜੀ, ਅਤੇ ਉਹਦੇ ਲਈ ਸਰੋਤਿਆਂ ਨੂੰ ਜੇ ਕੋਈ ਰੇਡੀਓ ਸੁਣਨ ਲੱਗੇ ਹੋ ਤੁਸੀਂ ਜਿਹੜੇ ਹੁਣ ਸੁਣਦੇ ਆ, ਹਾਂਜੀ, ਉਹਨਾਂ ਨੂੰ ਬੇਨਤੀ ਆ ਵੀ ਮਿਹਰਬਾਨੀ ਕਰਕੇ ਜਿੰਨੀ ਛੇਤੀ ਨੋਟੀਫਿਕੇਸ਼ਨ ਆਇਆ ਲਾਈਵ ਦਾ ਅਤੇ ਦੀਵਾਨ ਲਾਈਵ ਸੁਣਿਓ। ਰਿਕਾਰਡਿੰਗ ਜਿਹੜੀ ਆ ਆਪਾਂ ਆਡੀਓ ਹੀ ਤੁਸੀਂ ਸੁਣਨਾ ਆ ਰੇਡੀਓ ਤਾਂ, ਹਾਂਜੀ, ਅਤੇ ਉਹਦੀ ਜਿਹੜੀ ਆ ਟੈਲੀਗ੍ਰਾਮ ਦੇ ਉੱਤੇ ਰਿਕਾਰਡਿੰਗ ਜਲਦੀ ਪਾ ਦਿਆਂਗੇ ਅਸੀਂ, ਵਟਸਐਪ 'ਤੇ ਮਾਧਿਅਮ ਰਾਹੀਂ ਵੀ ਪਹੁੰਚ ਜਾਂਦੀ ਹੁੰਦੀ ਆ, ਅਤੇ ਤੁਹਾਨੂੰ ਜਿਹੜਾ ਰਿਕਾਰਡਡ ਹੈਗਾ ਆ ਪ੍ਰੋਗਰਾਮ ਉਹ ਪਹੁੰਚ ਜਾਊਗਾ। ਅਸੀਂ ਵੀ ਪਹਿਲਾਂ ਤਾਂ ਮੇਰਾ ਮੂਡ ਬਣਿਆ ਸੀ ਦੁਪਹਿਰੇ ਅੱਜ, ਹਾਂਜੀ, ਵੀ ਆਪਾਂ ਉਹ ਲਾਈਵ ਹੀ ਕਰ ਦਈਏ ਪ੍ਰੋਗਰਾਮ, ਉਹਨਾਂ ਦਾ ਲਾਈਵ, ਉਹਨਾਂ ਦਾ ਲਾਈਵ ਕਰ ਦਈਏ, ਠੀਕ ਹੈ। ਅਤੇ ਫਿਰ ਮੈਂ ਕਿਹਾ ਵੀ 3:30 ਵਜੇ ਦਾ ਟਾਈਮ ਆ ਉਹਨਾਂ ਦਾ ਮੇਰਾ ਖਿਆਲ, ਠੀਕ ਹੈ, ਹੈ ਨਾ, ਹਾਂਜੀ। ਅਤੇ ਹੁਣ ਕਈ ਵਾਰ ਸ਼ੁਰੂ ਹੁੰਦੇ ਨੂੰ 10-15 ਮਿੰਟ ਲੇਟ ਹੋ ਜਾਂਦਾ ਆ, ਵਿੱਚ ਕੀਰਤਨ ਹੋ ਜਾਣਾ ਆ, ਹਾਂਜੀ, ਆਪਾਂ ਇੱਥੇ ਨਾਲ ਲਾ ਲਵਾਂਗੇ ਜਦੋਂ ਸਾਨੂੰ ਪਤਾ ਲੱਗਿਆ, ਠੀਕ ਹੈ, ਹੈ ਨਾ, ਆਵਾਜ਼ ਨਾ ਕਰਾਂਗੇ ਆਪਾਂ, ਹਾਂਜੀ, ਅਤੇ ਜਦੋਂ ਲੱਗਿਆ ਉੱਥੇ ਉਸ ਕਵੇਲੇ ਹੀ ਆਪਾਂ ਲਾਈਵ ਕਰ ਦੇਣਾ, ਲਾਈਵ ਕਰਕੇ ਅਸੀਂ ਘਰ ਨੂੰ ਚੱਲ ਜਾਵਾਂਗੇ, ਠੀਕ ਹੈ। ਹੁਣ ਉਹ ਅਨਫੇਅਰ ਉਹਨਾਂ ਦੇ ਨਾਲ ਹੋ ਜਾਂਦਾ ਜਿਨ੍ਹਾਂ ਨੇ ਇਹ ਜਿਹੜੇ ਲਾਈਵ ਨਹੀਂ ਸੁਣਦੇ ਰੇਡੀਓ, ਹਾਂਜੀ, ਜਿਨ੍ਹਾਂ ਕੋਲ ਰਿਕਾਰਡਿੰਗ ਜਾਂਦੀ ਆ, ਹਾਂਜੀ, ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਕੀ ਹੋ ਰਿਹਾ ਆ ਆਲੇ ਦੁਆਲੇ, ਉਹਨਾਂ ਨੂੰ ਇਹ ਹੁੰਦਾ ਵੀ ਇੱਦਾਂ ਵੀ ਫਲਾਨੇ ਦਿਨ ਇੰਨੇ ਚਿਰ ਦਾ ਪ੍ਰੋਗਰਾਮ ਆਉਣਾ ਆ, ਹਾਂਜੀ, ਹੈ ਨਾ, ਜਦੋਂ ਹੁਣ ਉਹਨਾਂ ਕੋਲ ਰਿਕਾਰਡਿੰਗ ਨਾ ਗਈ, ਹੈ ਨਾ, ਮੰਨ ਲਓ ਅਗਲਿਆਂ ਨੇ ਉਹਨਾਂ ਦਾ ਦੀਵਾਨ ਸੁਣ ਲਿਆ ਪਹਿਲਾਂ, ਹਾਂਜੀ, ਮੁੜ ਕੇ ਉਹ ਕਹਿਣ ਵੀ ਹਾਂ ਚਲੋ ਹੁਣ ਰੇਡੀਓ ਵਾਲਿਆਂ ਦਾ ਆ ਗਿਆ ਹੁਣ ਉਹ ਸੁਣ ਲਈਏ, ਹੈ ਨਾ, ਅਤੇ ਉਸ ਵੇਲੇ ਉਹੀ ਰਿਕਾਰਡਿੰਗ ਉਹਨਾਂ ਕੋਲ ਫੇਰ ਚੱਲ ਗਈ ਦੁਬਾਰਾ, ਜੀ, ਉਹਨਾਂ ਨਾਲ ਫਿਰ ਹੋ ਜਾਣਾ, ਜਿਸ ਕਰਕੇ ਮੈਨੂੰ ਸੀਗਾ ਵੀ ਚਲੋ ਆਪਾਂ ਗੱਲਬਾਤ ਕਰਾਂਗੇ, ਠੀਕ ਹੈ, ਜਿੰਨੀ ਕੁ ਜ਼ਰੂਰੀ ਗੱਲ ਹੋਈ ਕੋਈ ਆਪਣੀ ਉਹਨੂੰ ਆਪਾਂ ਕਰਦੇ ਜਾਵਾਂਗੇ, ਠੀਕ ਹੈ, ਜਿੱਥੇ ਸਾਨੂੰ ਲੱਗਿਆ ਕੋਈ ਫੋਨ ਕਾਲ ਜ਼ਰੂਰੀ ਹੋਊਗੀ, ਕਈ ਵਾਰੀ ਕੋਈ ਵੀਰ ਵਿਚਾਰ ਕਰਨੀ ਚਾਹੁੰਦਾ ਹੁੰਦਾ, ਠੀਕ ਹੈ, ਬਹੁਤ ਗੁੱਪ ਗਵਾਰ ਹੁੰਦਾ ਅੰਦਰ, ਠੀਕ ਆ, ਅਤੇ ਉਹ ਆਪਣੀ ਗੱਲਬਾਤ ਕਰ ਸਕਦੇ ਆ, ਹਾਂਜੀ, ਅਤੇ ਜੇ ਕੋਈ ਅਸੀਂ ਸਾਡੀ ਇੱਕ ਵੀਡੀਓ ਮੈਂ ਦੇਖੀ ਆ ਦੁਪਹਿਰੇ, ਹਾਂਜੀ, ਉਹੀ ਕੁਦਰਤ ਰੱਬ, ਠੀਕ ਆ, ਸਾਰਾ ਰਾਮ ਰੌਲਾ ਵਾਰ ਵਾਰ ਉਹੀ ਪਈ ਜਾ ਰਿਹਾ ਆ, ਠੀਕ ਆ, ਅਤੇ ਜਸਵਿੰਦਰ ਸਿੰਘ ਆ ਅਮੈਰੀਕਾ ਤੋਂ ਹੀ ਆ, ਹਾਂਜੀ, ਜਿਹਦੀ ਉਹ ਹੈਗੀ ਆ ਵੀਡੀਓ, ਠੀਕ ਹੈ, ਉਹਨੇ ਕਾਫੀ ਗੱਲਾਂ ਕੀਤੀਆਂ ਆ ਇਹਦੇ ਸੰਬੰਧ ਵਿੱਚ, ਚੈਲੰਜ ਵੀ ਕੀਤਾ ਵੀ ਭਾਈ ਰਣਜੀਤ ਸਿੰਘ ਉਹਨਾਂ ਨੂੰ ਬੇਨਤੀ ਆ, ਹਾਂਜੀ, ਵੀ ਜੇ ਉਹਨਾਂ ਨੂੰ ਲੱਗਦਾ ਆ ਉਹਨਾਂ ਕੋਲ ਕੁਛ ਹੈਗਾ ਆ ਅਤੇ ਉਹ ਫਿਰ ਮੇਰੇ ਨਾਲ ਸਾਹਮਣੇ ਬੈਠ ਕੇ ਵਿਚਾਰ ਕਰਨ, ਠੀਕ ਹੈ। ਉਹ ਹੋਰ ਵੀ ਬਹੁਤ ਸਾਰੇ ਬੰਦੇ ਇੱਦਾਂ ਹੈਗੇ ਆ ਜਿਹੜੇ ਵਾਰ ਵਾਰ ਇਸੇ ਚੀਜ਼ ਨੂੰ ਰਿਪੀਟਡਲੀ ਕਹਿ ਰਹੇ ਆ, ਜਾਣੀ ਹਾਂਜੀ, ਵੀ ਸਾਡੇ ਨਾਲ ਗੱਲ ਕਰੋ, ਸਾਡੇ ਨਾਲ ਗੱਲ ਕਰੋ, ਫਿਰ ਦੱਸੀਏ ਅਸੀਂ,
ਉਹਨਾਂ ਨੂੰ ਵੀ ਬੇਨਤੀ ਆ ਵੀ ਭਾਈ ਇਹ ਇੱਦਾਂ ਆ ਜਿੱਦਾਂ ਅਸੀਂ ਕਹੀਏ ਭਾਈ ਭਾਈ ਠਾਕਰ ਸਿੰਘ ਨੂੰ ਕਹੋ ਸਾਡੇ ਨਾਲ ਗੱਲ ਕਰੇ, ਹਰਨਾਮ ਸਿੰਘ ਧੁੰਮੇ ਨੂੰ ਕਹੋ ਸਾਡੇ ਨਾਲ ਗੱਲ ਕਰੇ, ਹਨਾ। ਅਗਲਾ ਇਹੀ ਕਹੂਗਾ ਨਾ ਵੀ ਤੁਹਾਡੀ ਔਕਾਤ ਕੀ ਆ। ਹੁਣ ਜੇ ਅਸੀਂ ਹਰਨਾਮ ਸਿੰਘ ਧੁੰਮੇ ਨੂੰ ਕਹੀਏ ਹਨਾ, ਤੁਹਾਨੂੰ ਅਸੀਂ ਮਰਿਆਦਾ ਨੀ ਲਾਗੂ ਕਰਨ ਦੇਣੀ, ਪਹਿਲਾਂ ਸਾਡੀਆਂ ਗੱਲਾਂ ਦੇ ਜਵਾਬ ਦਿਓ, ਹਾਂਜੀ। ਮਤਲਬ ਇੱਦਾਂ ਪ੍ਰਭਦੀਪ ਤਾਂ ਕਹਿ ਸਕਦਾ, ਖਾਲਸਾ ਨਿਊਜ਼ ਕਹਿ ਸਕਦੀ ਆ, ਵੱਡੀ ਆ ਨਾ, ਸ਼ੇਰੇ ਪੰਜਾਬ ਵਾਲਾ ਕੁਲਦੀਪ ਸਿੰਘ ਕਹਿ ਸਕਦਾ। ਸਾਡੇ ਇੱਥੇ ਨਿਊਜ਼ੀਲੈਂਡ ਹੁੰਦੇ ਸੀ, ਉਹ ਕਹਿੰਦੇ ਹੁੰਦੇ ਵੀ ਪੰਥ ਦੀ ਕਚਹਿਰੀ, ਇੱਦਾਂ ਉਹ ਕਹਿ ਸਕਦੇ, ਮਾਝੀ ਕਹਿ ਸਕਦਾ, ਹਨਾ। ਉਹ ਜਿਹੜਾ ਸਲੀਕਾ ਆ ਤੁਹਾਡਾ, ਉਹ ਤੁਹਾਨੂੰ ਜੜ੍ਹਾਂ ਤੋਂ ਹਿਲਾ ਦਿੰਦਾ ਜੀ ਕਰਨੇ ਨੂੰ। ਅਸੀਂ 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 ਆਪਣੇ ਆਪ ਚ ਅਸੀਂ ਨੀ ਸੋਚਦੇ ਵੀ ਅਸੀਂ ਇਹ ਦਾਅਵਾ ਕਰੀਏ। ਇਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਭਾਈ ਜੋ ਮਰਜ਼ੀ ਕਰ ਲਓ, ਠੀਕ ਆ, ਪਰ ਇਹ ਆਪਣੇ ਮਹਾਨ ਹੋਣ ਦਾ ਭਰਮ ਜਿਹੜਾ ਆ ਤੁਹਾਡੇ ਕੰਮਾਂ ਦੇ ਰਾਹੀਂ ਪ੍ਰਗਟ ਹੁੰਦਾ ਹੁੰਦਾ ਕਰਨੇ ਨੂੰ। ਜਦੋਂ ਤੁਸੀਂ ਹਰ ਕੰਮ ਦੇ ਵਿੱਚ ਹਿੱਸਾ ਬੌਂਗਣਦਾ ਰਹਿੰਦੇ ਆ, ਭੀੜਦਾ ਰਹਿੰਦੇ ਆ, ਹਨਾ, ਪਰ ਭਰਮ ਤੁਸੀਂ ਇਹ ਪਾਲਦੇ ਆ ਵੀ ਅਸੀਂ ਇਨਕਲਾਬ ਜਿਹੜਾ ਆ ਉਹ ਲਿਆ ਦੇਣਾ, ਅਸੀਂ ਬਦਲਾਅ ਲਿਆ ਦੇਣਾ ਸਾਡੇ ਕਰਕੇ, ਹਨਾ। ਤੇ ਉਹ ਵੈਸੇ ਵੀ ਜਿਹੜਾ ਤੁਹਾਡਾ ਉਹਦਾ ਭੀੜ ਦਾ ਹਿੱਸਾ, ਕਪੂਰ ਨੇ ਲਿਖਿਆ ਹੈ ਜੀ, ਕਹਿੰਦਾ ਭੀੜ ਕੋਲ ਸਿਰਾਂ ਦੀ ਭਰਮਾਰ ਤਾਂ ਹੁੰਦੀ ਆ ਪਰ ਅਕਲ ਦਾ ਅਕਾਲ ਪਿਆ ਹੁੰਦਾ, ਠੀਕ ਆ। ਭੀੜ ਕੋਲ, ਭੀੜ ਦੇ ਵਿੱਚ ਨਾ ਬਹੁਤ ਸਾਰੇ ਨੁਕਸਾਨ ਹੁੰਦੇ ਆ ਭੀੜ ਚ ਹੋਣ ਦੇ ਤੁਹਾਡੇ, ਠੀਕ ਆ। ਇੱਕ ਨੁਕਸਾਨ ਇਹ ਹੁੰਦਾ ਵੀ ਉੱਥੇ ਤੁਹਾਡੇ ਗੁਆਚਣ ਦਾ ਡਰ ਹੁੰਦਾ, ਤੁਸੀਂ ਉਹ ਚ ਫਿਰ ਉਹ ਤੋਂ ਬਚਣ ਲਈ। ਬਾਕੀ ਭੀੜ ਦੇ ਵਿੱਚ ਇਹ ਵੀ ਹੁੰਦਾ ਵੀ ਪਤਾ ਨੀ ਹੈਗਾ ਵੀ ਕਿਹਦੀ ਗਲਤੀ ਕਿਹਦੇ ਸਿਰ ਪੈ ਜਾਣੀ ਆ, ਠੀਕ ਆ। ਉਹ ਬਾਕੀ ਤਾਂ ਸਾਰੇ ਕੁਛ ਤੋਂ ਬੰਦਾ ਬਚਾ ਕਰ ਲੈਂਦਾ, ਹੁਣ ਜਦੋਂ ਗੁਆਚਣ ਦੀ ਗੱਲ ਆਉਂਦੀ ਹੈ ਨਾ, ਤੁਹਾਡੇ ਗੁੰਮ ਹੋਣ ਦੀ ਆਉਂਦੀ ਆ, ਉਲਝਣ ਦੀ ਆਉਂਦੀ ਆ, ਉਦੋਂ ਇੱਕੋ ਇੱਕ ਰਾਹ ਹੁੰਦਾ ਤੁਹਾਡੇ ਕੋਲ ਵੀ ਜਿਹਨਾਂ ਦੇ ਨਾਲ ਆ ਤੁਸੀਂ ਉਹਨਾਂ ਦੇ ਹੱਥ ਫੜ ਕੇ ਚੱਲੋ, ਠੀਕ ਆ, ਠੀਕ ਆ। ਹੁਣ ਜਿਹਨਾਂ ਦੇ ਹੱਥ ਫੜ ਕੇ ਤੁਰਦੇ ਆ ਤੁਸੀਂ, ਤੁਸੀਂ ਪਹੁੰਚੋਗੇ ਕਿੱਥੇ, ਜਿੱਥੇ ਉਹ ਲੈ ਕੇ ਜਿੱਥੇ ਉਹ ਲੈ ਕੇ ਜਾਣਗੇ, ਠੀਕ। ਵੱਧ ਤੋਂ ਵੱਧ ਜੇ, ਕਿਉਂਕਿ ਉੱਥੇ ਤੁਸੀਂ ਕਦੇ ਭੀੜ ਦੇ ਵਿੱਚ ਮੇਲੇ ਚ ਜਾ ਕੇ ਦੇਖਿਓ, ਏਦਾਂ ਥੋੜੀ ਹੁੰਦਾ। ਜਿਹਨਾਂ ਨੂੰ ਪਤਾ ਆ ਵੀ ਇੱਥੇ ਇੱਕ ਮਠਿਆਈ ਦੀ ਦੁਕਾਨ ਹੁੰਦੀ ਆ ਯਾਰ, ਇੱਧਰ ਛਿੰਜ ਲੱਗਦੀ ਹੁੰਦੀ ਆ, ਉਹ ਤਾਂ ਠੀਕ ਆ। ਜਿਹੜਾ ਨਵਾਂ ਬੰਦਾ ਆ ਉਹ ਇੱਦਾਂ ਹੁੰਦੀ ਕਦੇ ਵੀ ਉਹਨੂੰ ਦੂਰ ਤੱਕ ਰਾਹ ਦੀਦਾ ਹੋਵੇ, ਇੱਦਾਂ ਨੀ ਹੁੰਦਾ। ਉਹ ਤਾਂ ਇੱਦਾਂ ਹੀ ਹੁੰਦਾ ਵੀ ਘੁੰਮ ਘੁੰਮ ਕੇ ਧੱਕੇ ਖਾ ਖਾ ਕੇ ਜਾਈ ਜਾਂਦਾ, ਫਿਰ ਮੁੜ ਕੇ ਕਹਿੰਦਾ ਯਾਰ ਇੱਧਰੋਂ ਤਾਂ ਲੰਘ ਕੇ ਗਏ ਆ ਪਹਿਲਾਂ, ਹਨਾ, ਪਿਆ ਤਾਂ ਫਿਰ ਉਧਰੇ ਆ ਗਏ ਅਸੀਂ, ਇੱਦਾਂ। ਤੇ ਉਹਦੇ ਵਿੱਚ ਕੋਈ ਤੁਹਾਨੂੰ ਆਪਣੇ ਆਪ ਜਿਹੜਾ ਮਾਰਗ ਦਰਸ਼ਨ ਆ ਨਾ, ਉਹ ਨੀ ਹੋ ਰਿਹਾ ਹੁੰਦਾ। ਉਹ ਤੁਸੀਂ ਇਸੇ ਚੀਜ਼ ਤੇ ਡਿਪੈਂਡੈਂਟ ਹੁੰਦੇ ਆ ਵੀ ਜਿਹਦਾ ਜਿਹਦਾ ਹੱਥ ਫੜਿਆ ਆ, ਜਿਹਦੇ ਨਾਲ ਆ ਤੁਸੀਂ, ਉਹ ਲੈ ਜਾਵੇ ਤੁਹਾਨੂੰ, ਉਹਤੇ ਨਿਰਭਰ ਹੁੰਦੇ ਆ, ਬਿਲਕੁਲ। ਹੁਣ ਇਹਨਾਂ ਨੁਕਸਾਨਾਂ ਤੋਂ ਬਚਣ ਲਈ ਜਦੋਂ ਅਸੀਂ ਦੇਖਦੇ ਹਾਂ ਨਾ ਆਪਣੇ ਆਲੇ ਪ੍ਰੋਫੈਸਰ ਦਰਸ਼ਨ ਸਿੰਘ, ਹਾਂਜੀ, ਹੁਣ ਸਾਡੇ ਸਿਆਣਿਆਂ ਵਿੱਚ ਆਉਂਦੇ ਆ, ਜਾਣੀ ਹਮੇਸ਼ਾ ਹੀ ਆਪਾਂ ਗੱਲ ਕਰਦੇ ਹਾਂ ਵੀ ਵਿਦਵਾਨ ਆ ਜੀ, ਇੰਨੇ ਮਚਿਓਰ ਆ, ਪੁਰਾਣੇ ਆ। ਉਹਨਾਂ ਦਾ ਨਾ ਇੱਥੇ ਇੱਕ ਆਰਟੀਕਲ ਆ, ਪਤਾ ਨਹੀਂ, ਮੈਂ ਸੋਚਦਾ ਸੀ ਮੈਂ ਕਿਹਾ ਸ਼ਾਇਦ ਉਹ ਕਹਿਣਗੇ ਵੀ ਇਹ ਤਾਂ ਜੀ ਪੁਰਾਣਾ ਆ, ਹਾਂਜੀ, ਇਹ ਤਾਂ ਜੀ ਉਹਨਾਂ ਦਾ ਨਹੀਂ ਹੈਗਾ, ਹਾਂਜੀ, ਉਹਨਾਂ ਦੇ ਨਾਂ 'ਤੇ ਆਈ ਡੀ ਬਣੀ ਹੋਆ, ਹਾਂਜੀ, ਪਰ ਨਹੀਂ, ਉਹ ਕਹਿੰਦੇ ਨਹੀਂ, ਪ੍ਰੋਫੈਸਰ ਦਰਸ਼ਨ ਸਿੰਘ ਦੀ ਆਈ ਡੀ ਆ, ਠੀਕ ਆ, ਠੀਕ ਆ, ਵੀ ਜਿਹੜੀ ਕੇਸਰੀ ਦਸਤਾਰ ਵੱਜੀ ਹੋਆ, ਹਾਂਜੀ, ਅਤੇ ਉਹੀ ਇਸੇ ਆਈ ਡੀ ਤੋਂ ਜਸਵਿੰਦਰ ਸਿੰਘ ਰੁੜਕੀ ਸੀ ਸ਼ਾਇਦ, ਉਹਨਾਂ ਦੀ ਇੱਕ ਪੋਸਟ ਦੇ ਉੱਤੇ ਕਮੈਂਟ ਹੋਇਆ ਸੀਗਾ, ਪਿਰਤਾਂ ਵਾਲੀ ਪੋਸਟ ਦੀ ਕਵਿਤਾ ਸ਼ੇਅਰ ਕੀਤੀ ਜਿਹੜੀ ਉਹਨਾਂ ਨੇ, ਨਵੀਆਂ ਪਿਰਤਾਂ, ਹਾਂਜੀ, ਹੈ ਨਾ। ਆਈ ਡੀ ਤੇ ਇਸੇ ਦੀ ਹੈ ਕਿਉਂਕਿ ਇਹ ਦਰਸ਼ਨ ਸਿੰਘ ਇਸੇ ਆਈ ਡੀ ਤੋਂ ਇੱਕ ਅੱਧਾ ਦਿਨ ਪਹਿਲਾਂ ਲਾਈਵ ਵੀ ਹੋਇਆ ਆ। ਹਾਂ ਹਾਂ, ਮੈਂ ਵੀ ਉਹੀ ਗੱਲ ਕਰਦਾ, ਮੈਨੂੰ ਲੱਗਦਾ ਸੀ ਇੱਦਾਂ, ਹਾਂਜੀ, ਪਰ ਜਦੋਂ ਪਤਾ ਕੀਤਾ ਤਾਂ ਕਹਿੰਦੇ ਨਹੀਂ ਜੀ, ਨਹੀਂ ਉਹਨਾਂ ਦੀ ਆਈ ਡੀ ਆ, ਠੀਕ ਹੈ। ਮੈਂ ਪੁੱਛਿਆ ਸੀ, ਮੈਂ ਕਿਹਾ ਵੀ ਭਾਈ ਇਹ ਕੋਈ ਜਾਲੀ ਤਾਂ ਨਹੀਂ ਬੰਦਾ, ਤੇ ਉਹਨਾਂ ਦੇ ਬੜੇ ਖਾਸ ਜਿਹੜੇ ਆ, ਉਹ ਕਹਿੰਦੇ ਨਹੀਂ ਜੀ, ਨਹੀਂ ਇਹ ਪ੍ਰੋਫੈਸਰ ਸਾਹਿਬ ਦੀ ਆਈ ਡੀ ਆ, ਠੀਕ ਹੈ, ਨਹੀਂ ਜਾਲੀ ਨਹੀਂ ਹੈਗੀ, ਹਾਂਜੀ।
ਠੀਕ ਹੈ ਤੇ ਆਹ ਪੋਸਟ ਪਈ ਹੋ ਸੀ ਜੀ ਉਹਨਾਂ ਤੋਂ ਸਰਦਾਰ ਅਵਤਾਰ ਸਿੰਘ ਮਿਸ਼ਨਰੀ ਉਹਨਾਂ ਨੂੰ ਸੰਬੋਧਿਤ ਹੋ ਕੇ ਜੀ ਅਵਤਾਰ ਸਿੰਘ ਮਿਸ਼ਨਰੀ ਅਮਰੀਕਾ ਦੇ ਵਿੱਚ ਹੈਗੇ ਆ ਜੀ ਜਿਹੜਾ ਚੌਂਤੇ ਵਾਲਾ ਮਿਸ਼ਨਰੀ ਕਾਲਜ ਆ ਸਾਹਿਬਜ਼ਾਦਾ ਜੁਝਾਰ ਸਿੰਘ ਹਾਂਜੀ ਸਿੱਖ ਮਿਸ਼ਨਰੀ ਕਾਲਜ ਆ ਠੀਕ ਹੈ ਉੱਥੋਂ ਪੜ੍ਹੇ ਹੋਆ ਅਤੇ ਪਹਿਲੇ ਬੈਚ ਦੇ ਵਿੱਚ ਪੜ੍ਹੇ ਹੋਆ ਠੀਕ ਹੈ ਜਦੋਂ ਕਾਲਜ ਖੁੱਲ੍ਹਿਆ ਹੀ ਆ ਨਾ ਹਾਂਜੀ ਉਹ ਆਪਣੀ ਗਿਆਨੀ ਰਣਜੋਤ ਸਿੰਘ ਅਮਰੀਕ ਸਿੰਘ ਜੀ ਅਤੇ ਸਾਹਿਬ ਸਿੰਘ ਪਿੱਛੇ ਨਿਊਜ਼ੀਲੈਂਡ ਵੀ ਆ ਕੇ ਗਏ ਆ ਥੋੜ੍ਹੇ 2 ਮਹੀਨੇ ਹੋਏ ਸ਼ਾਇਦ ਠੀਕ ਹੈ ਜਿਹੜੇ ਐਕਸਫੋਰਡ ਵਾਲੇ ਆ ਠੀਕ ਹੈ ਅਤੇ ਇਹ ਅਵਤਾਰ ਸਿੰਘ ਮਿਸ਼ਨਰੀ ਇਕੱਠੇ ਪੜ੍ਹੇ ਹੋਆ ਠੀਕ ਹੈ ਉਹਨਾਂ ਨੂੰ ਸੰਬੋਧਿਤ ਹੋ ਕੇ ਗੱਲ ਲਿਖੀ ਆ ਉਹਨਾਂ ਨੇ ਉਹ ਲਿਖਦੇ ਆ ਕਿ ਸਰਦਾਰ ਅਵਤਾਰ ਸਿੰਘ ਮਿਸ਼ਨਰੀ ਜੀ ਤੁਹਾਡੇ ਤਰ੍ਹਾਂ ਦਾਸ ਨੇ ਕਦੀ ਇਹ ਨਹੀਂ ਸੋਚਿਆ ਸੀ ਕਿ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਉਸ ਸਮੇਂ ਦੇ ਗਿਆਨ ਵਿਗਿਆਨ ਮੁਤਾਬਕ ਫਲਸਫੀ ਦਿੱਤੀ ਸੀ ਹੁਣ ਸਮਾਂ ਅਗਾਂਹ ਲੰਘ ਗਿਆ ਹੈ ਠੀਕ ਹੈ ਪ੍ਰੋਫੈਸਰ ਕਹਿੰਦਾ ਮੈਂ ਨਹੀਂ ਇੱਦਾਂ ਸੋਚਦਾ ਹਾਂਜੀ ਉਸ ਵੇਲੇ ਇੰਟਰਨੈਟ ਨਹੀਂ ਸੀ ਤਾਂ ਕਾਗਜ਼ ਦੀ ਬਜਾਏ ਗੁਰੂ ਜੀ ਸਭ ਕੁਛ ਬੋਲ ਕੇ ਓਕੇ ਉਸ ਵੇਲੇ ਇੰਟਰਨੈਟ ਨਹੀਂ ਸੀ ਨਹੀਂ ਤਾਂ ਕਾਗਜ਼ ਦੀ ਬਜਾਏ ਗੁਰੂ ਜੀ ਸਭ ਕੁਛ ਬੋਲ ਕੇ ਡਾਊਨਲੋਡ ਕਰ ਲੈਂਦੇ ਵਾਹ ਮਿਸ਼ਨਰੀ ਜੀ ਅੱਜ ਗੁਰਬਾਣੀ ਦਾ ਗੁਰੂ ਗ੍ਰੰਥ ਰੂਪ ਵੀ ਆਪ ਜੀ ਨੂੰ ਗੁਰੂ ਦੇ ਵਕਤ ਦੀ ਮਜਬੂਰੀ ਹੀ ਲੱਗ ਰਹੀ ਹੈ ਤੁਹਾਡੀ ਸੋਚ ਅਨੁਸਾਰ ਤਾਂ ਅੱਜ ਕੰਪਿਊਟਰ ਯੁੱਗ ਦੇ ਸਮੇਂ ਵਿੱਚ ਨਵੀਂ ਪਿਰਤ ਅਨੁਸਾਰ ਕੰਪਿਊਟਰ ਵਿੱਚ ਸਭ ਕੁਛ ਹੈ ਹੁਣ ਗੁਰੂ ਗ੍ਰੰਥ ਸਾਹਿਬ ਰੂਪ ਗੁਰੂ ਮਜਬੂਰੀ ਵਿੱਚ ਲਈ ਪੁਰਾਣੀ ਪਿਰਤ ਹੀ ਸਮਝੋਗੇ ਇਹ ਸੋਚ ਤੁਹਾਨੂੰ ਮੁਬਾਰਕ ਤੁਸੀਂ ਮੇਰੇ ਮਿੱਤਰ ਹੋਣ ਕਰਕੇ ਤੁਹਾਡੇ ਨਾਲ ਮਨ ਸਾਂਝਾ ਕੀਤਾ ਨਹੀਂ ਤਾਂ ਮੈਂ ਕਿਸੇ ਵੀ ਐਸੇ ਵਿਅਕਤੀ ਨਾਲ ਮਨ ਸਾਂਝਾ ਨਹੀਂ ਕਰਦਾ ਜਿਸ ਨੂੰ ਗੁਰਬਾਣੀ ਦੇ ਇਸ ਬਚਨ 'ਤੇ ਵਿਸ਼ਵਾਸ ਨਾ ਹੋਵੇ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਜਾਂ ਸੱਚ ਪੁਰਾਣਾ ਹੋਵੇ ਨਾ ਹੀ ਸੀ ਤੱਕ ਦੇ ਨਾ ਪੱਟ ਹੈ ਇਸ ਲਈ ਗੁਰੂ ਦੇ ਸਾਹਮਣੇ ਅਸੀਂ ਕੋਈ ਨਵੀਆਂ ਪਿਰਤਾਂ ਪਾਉਣ ਦੀ ਗੱਲ ਨਹੀਂ ਕਰ ਸਕਦੇ ਹਾਂ ਗੁਰੂ ਦੀਆਂ ਪਾਈਆਂ ਪਿਰਤਾਂ ਹੀ ਚਲਾ ਲਈਏ ਇਹੋ ਹੀ ਸਿੱਖੀ ਹੈ ਦਰਸ਼ਨ ਸਿੰਘ ਖਾਲਸਾ ਠੀਕ ਹੈ ਜੀ ਹੁਣ ਜਿਹੜੀ ਪੰਕਤੀ ਵੀ ਆ ਨਾ ਤੁਸੀਂ ਟਕਸਾਲੀਆਂ ਨੂੰ ਸੁਣ ਕੇ ਦੇਖੋ ਹਾਂਜੀ ਬਿਲਕੁਲ ਇੱਦਾਂ ਦੀਆਂ ਪੰਕਤੀਆਂ ਵਰਤਦੇ ਆ ਹਾਂਜੀ ਠੀਕ ਹੈ ਹੁਣ ਆਹ ਕਹਿਣਾ ਗੁਰਪੂਰਾ ਪੂਰੀ ਤਾਂ ਕੀ ਕਲਾ ਹਾਂਜੀ ਠੀਕ ਹੈ ਪੰਕਤੀ ਆ ਗੁਰੂ ਸਾਹਿਬ ਦੀ ਲਿਖੀ ਹੋਈ ਜਿਹੜਾ ਇਹਨਾਂ ਦਾ ਦਾਵਾ ਆ ਹਾਂਜੀ ਹਨਾ ਵੀ ਗੁਰੂ ਪੂਰਾ ਆ ਉਹਦੀ ਕਲਾ ਵੀ ਪੂਰੀ ਆ ਹਾਂਜੀ ਠੀਕ ਹੈ ਪਰ ਇਹ ਤੈਅ ਕਿਨ ਕੀਤਾ ਵੀ ਗੁਰੂ ਹੈ ਕੌਣ ਆ ਇਹ ਤਾਂ ਤੁਸੀਂ ਤੁਸੀਂ ਕਰ ਲਿਆ ਨਾ ਤੈਅ ਬਿਲਕੁਲ ਇਹਨਾਂ ਬੰਦਿਆਂ ਨੇ ਆਪ ਕਰ ਲਿਆ ਕਿਉਂਕਿ ਗੁਰੂ ਇਹ ਆ ਮਤਲਬ ਆਹ ਗੁਰੂ ਆ ਆਹ ਦਾਸ ਹਾਂ ਜਿੱਦਾਂ ਜਿੱਦਾਂ ਉਹ ਜਿੱਦਾਂ ਨਾਨਕ ਸਰੀਏ ਕਹਿੰਦੇ ਆ ਹਾਂਜੀ ਆਹ ਬ੍ਰਹਮ ਗਿਆਨੀ ਆ ਠੀਕ ਆ ਵੀ ਨੰਦ ਸਿੰਘ ਹੈਗੇ ਸਾਡੇ ਸੰਤ ਪਹਿਲਾਂ ਤੈਅ ਕਰ ਲਿਆ ਹਾਂਜੀ ਮੁੜ ਕੇ ਕਹਿੰਦੇ ਦੇਖੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਆ ਵੀ ਸੰਤ ਕੀ ਨਿੰਦਾ ਜਿਹੜੀ ਆ ਉਹ ਬਹੁਤ ਬਹੁਤ ਅਵਤਾਰ ਠੀਕ ਹੈ ਇੱਥੋਂ ਤੱਕ ਤਾਂ ਇੱਕ ਸੋਰੀ ਐਗਜਾਮਪਲ ਮੇਰੇ ਖੋਰ ਚੇਤੇ ਆਈ ਵੈਸੇ ਸ਼ਾਇਦ ਬਾਣੀ ਦੀ ਪੰਕਤੀ ਵੀ ਨਹੀਂ ਹੈਗੀ ਜਿਹੜੀ ਹੈਗੀ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੀ ਹੈ ਨੀ ਨਾ ਫੇਰ ਵੀ ਨਾ ਮੇਰੇ ਨਾਲ ਇੱਥੇ ਖੇਤਾਂ ਚ ਇੱਕ ਮੁੰਡਾ ਕੰਮ ਕਰਦਾ ਸੀ ਉਹ ਕਹਿੰਦਾ ਸਾਡੇ ਪਿੰਡ ਦੇ ਬਾਰੇ ਬਾਬਾ ਉਹ ਪਿੰਡ ਦਾ ਨਾਮ ਉਹਦਾ ਚੜ੍ਹੀ ਸੀ ਕਹਿੰਦਾ ਮੇਰੇ ਪਿੰਡ ਦੇ ਬਾਰੇ ਬਾਬਾ ਨਾਨਕ ਲੈ ਗਿਆ ਸੀ ਵੀ ਜਿਹੜੀ ਨਾਮ ਦੀ ਖੁਮਾਰੀ ਹੈ ਨਾ ਚੜ੍ਹੀ ਚ ਰਹੂਗੀ ਸਾਰੀ ਰਾਤ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਯਾਰ ਮੇਰੇ ਪਿੰਡ ਦਾ ਨਾਮ ਬਾਰੇ ਲੈ ਗਏ ਸੀ ਯਾਨੀ ਕਿ ਚੜ੍ਹੀ ਆ ਗਿਆ ਵਿੱਚ ਮਨਾਲੀ ਮਨੋਤ ਓਦਾਂ ਹੀ ਇਹਨਾਂ ਬੰਦਿਆਂ ਨੇ ਜਿੱਥੇ ਆ ਗਿਆ ਗੁਰੂ ਅਸੀਂ ਮਨਾਲੀ ਮਨੋਤ ਵੀ ਸਾਡੇ ਇਹ ਗੁਰੂ ਨਾਲ ਲੈ ਤੁਰੇ ਆਨੰਦ ਸਾਹਿਬ ਦੇ ਵਿੱਚ ਆਉਂਦਾ ਨਾ ਸੰਤ ਸਾਜਨ ਭੈ ਸਰਸੇ ਹਾਂਜੀ
ਠੀਕ ਆ, ਹਾਂ ਉਹ ਜਿਹੜੇ ਜਿਹੜੇ ਹੈਗੇ ਆ, ਅਸਲ ਸ਼ਹਿਰ ਦਾ ਨਾਂ ਤਾਂ ਸਿਰਸਾ ਆ ਸਿਰਸਾ, ਹਾਂਜੀ ਹਨਾ, ਪਰ ਅਸੀਂ ਵੀ ਆਮ ਕਰਕੇ ਗਲਤੀ ਚ ਜਦੋਂ ਗੱਲ ਹੁੰਦੀ ਆ ਤਾਂ ਸਰਸੇ ਵਾਲਾ ਕਹਿੰਦੇ ਰਹਿੰਦੇ, ਹਾਂਜੀ ਠੀਕ ਆ। ਯਾ ਉਹ 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 ਦਾਵਾ ਇਹੀ ਕਰਦੇ ਆ ਪੰਕਤੀ ਸੁਣਾ ਕੇ, ਆਹ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਹੈ ਕਿ ਸੰਤ ਸਾਜਨ ਪਏ ਪਏ ਸਰਸੇ, ਸਰਸੇ ਯਾ ਠੀਕ ਆ। ਉਦੋਂ ਇਹ ਬੰਦੇ ਐਗਜ਼ਾਮਪਲਾਂ ਦਿੰਦੇ ਵੀ ਉਦੋਂ ਇੱਥੇ ਸਰਸੇ ਹਾਂ, ਦਾ ਇੱਥੇ ਪੇ ਫਲਾਣਾ ਸਾ ਰਸੇ, ਹਾਂਜੀ ਪੇ ਸਰਸੇ ਸ਼ਹਿਰ ਦਾ ਨਾਂ ਨਹੀਂ ਹੈਗਾ, ਪੇ ਸਾ ਰਸੇ ਰਸ ਨਾਲ ਭਰਪੂਰ, ਏਦਾਂ ਇਹ ਗੁਰੂ ਅਟਲ, ਇਹ ਗੁਰੂ ਸ਼ਬਦ, ਇਹ ਗੁਰੂ ਹਨਾ। ਹਾਂਜੀ ਹੁਣ ਇਹ ਪੇ ਕਲਾ ਜਿਹੜੀ ਗੁਰਪੂਰਾ ਪੂਰੀ ਤਾਂ ਕੀ ਕਲਾ, ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਆ। ਇਹ ਇੱਦਾਂ ਹੀ ਆ ਜਿੱਦਾਂ ਜਿਹੜੇ ਆ ਟਕਸਾਲੀ ਆ, ਉਹਨਾਂ ਨੇ ਪਹਿਲਾਂ ਇਹ ਤੈਅ ਕਰ ਲਿਆ ਕਿ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੂੰ ਬ੍ਰਹਮ ਗਿਆਨੀ ਕਿਹਾ ਕਰਨਾ, ਠੀਕ ਆ। ਹੁਣ ਅਸੀਂ, ਮੈਂ ਹਮੇਸ਼ਾ ਤੋਂ ਸਵਾਲ ਪੁੱਛਦਾ ਹੁੰਦਾ ਸੀ ਵੀ ਜੇ ਗੁਰੂ ਗ੍ਰੰਥ ਗੁਰੂ ਸਾਹਿਬ ਦੇ ਵੇਲੇ ਹਾਂਜੀ ਬਾਬਾ ਬੁੱਢਾ ਜੀ ਨੂੰ ਬਾਬਾ ਜੀ ਕਿਹਾ ਜਾਣ ਲੱਗਾ, ਹਾਂਜੀ ਠੀਕ ਆ, ਭਾਈ ਗੁਰਦਾਸ ਜੀ ਨੂੰ ਭਾਈ ਗੁਰਦਾਸ ਜੀ ਕਿਹਾ ਜਾਣ ਲੱਗਾ, ਹਾਂਜੀ ਹਨਾ, ਤੇ ਮੰਨ ਲਓ ਉਸ ਵੇਲੇ ਕਿਸੇ ਨੂੰ ਬ੍ਰਹਮ ਗਿਆਨੀ ਵੀ ਕਿਹਾ ਜਾਣ ਲੱਗਾ, ਦਸਾਂ ਪਾਤਸ਼ਾਹੀਆਂ ਦੇ ਟਾਈਮ ਜੋ ਵੀ ਹੋਇਆ, ਉਹਦੇ 'ਚ ਇੱਕ ਗੱਲ ਮੰਨੀ ਜਾ ਸਕਦੀ ਆ ਵੀ ਉਦੋਂ ਫੈਸਲਾ ਗੁਰੂ ਪਾਤਸ਼ਾਹ ਆਪ ਕਰਦੇ ਸੀ, ਠੀਕ ਆ। ਉਹਨਾਂ ਨੇ ਇਹੋ ਜਿਹਾ ਫੈਸਲਾ ਕਰ ਲਿਆ ਵੀ ਆਹ ਕਰਨਾ, ਆਹ ਕਹਿਣਾ, ਆਹ ਸ਼ਹਿਰ ਆ ਛੱਡਣਾ, ਆਹ ਵਸਾਉਣਾ, ਆਹ ਨਾ ਆ, ਹਨਾ। ਇਹ ਇਹ ਬਾਅਦ ਵਿੱਚ ਡਿਸਕਸ਼ਨ ਆਪਾਂ ਕਰ ਸਕਦੇ ਹਾਂ ਵੀ ਕੀ ਇੱਦਾਂ ਹੋਇਆ ਵੀ ਆ ਜਾਂ ਨਹੀਂ ਹੋਇਆ, ਹਾਂਜੀ ਉਹ ਗੱਲ ਵੱਖਰੀ ਆ, ਠੀਕ ਆ ਠੀਕ ਆ। ਵੀ ਗੁਰਬਾਣੀ ਦੇ ਨਾਲ ਉਹ ਗੱਲਾਂ ਮੇਲ ਖਾਂਦੀਆਂ, ਜਿੱਦਾਂ ਹੁਣ ਦਰਬਾਰ ਸਾਹਿਬ ਦੁੱਧ ਦੇ ਨਾਲ ਧੋਤਾ ਜਾਂਦਾ ਉਹਨੂੰ, ਇਹ ਗੱਲ ਕੋਈ ਬੰਦਾ ਕਿੰਤੂ ਕਰ ਸਕਦਾ ਵੀ ਇੱਦਾਂ ਗੁਰੂ ਸਾਹਿਬ ਇੱਦਾਂ ਕਿੱਦਾਂ ਧੋਣ ਦੀ ਪਰਤ ਪਾ ਸਕਦੇ ਆ, ਹਾਂਜੀ ਹਨਾ, ਜਿੱਦਾਂ ਨਹਾਉਣ ਦੇ ਬਾਰੇ ਕਹਿੰਦੇ ਆ, ਹਾਂਜੀ ਵੀ ਜਦੋਂ ਜਦੋਂ ਪੰਜਵੇਂ ਪਾਤਸ਼ਾਹ ਆਪ ਲਿਖਦੇ ਆ ਭਾਈ ਆਪਣੇ ਭਗਤ ਕਬੀਰ ਜੀ ਦੀ ਬਾਣੀ ਵੀ ਜਲ ਕੇ ਮੱਝਣ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਹਾਵੇ, ਹਾਂਜੀ ਠੀਕ ਆ, ਵੀ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵੇ, ਤੇ ਉਹੀ ਪੰਜਵੇਂ ਪਾਤਸ਼ਾਹ ਇਹ ਕਿੱਦਾਂ ਕਰ ਸਕਦੇ ਆ ਵੀ ਆਹ ਲਓ ਜੀ ਅੰਮ੍ਰਿਤ ਦਾ ਸਰੋਵਰ, ਵੀ ਜੇ ਕਿਸੇ ਨੇ ਦਰਬਾਰ ਸਾਹਿਬ ਆਉਣਾ ਆ ਤੇ ਪਹਿਲਾਂ ਇੱਥੇ ਨਹਾ ਕੇ ਆਓ ਤੇ ਇਹਦੇ ਵਿੱਚੋਂ ਤੁਸੀਂ ਨਹਾਉਣ ਦੇ ਨਾਲ ਤੁਹਾਡੇ ਜਿਹੜੇ ਵਿਕਾਰ ਆ ਉਹ ਕੱਟੇ ਜਾਣਗੇ, ਹਾਂਜੀ ਦੁੱਖ ਪਾਪ ਜਿਹੜੇ ਆ ਤੁਹਾਡੇ ਸਾਰੇ ਲੈ ਜਾਣਗੇ ਉਹ, ਹਨਾ। ਹੁਣ ਉਹ ਪੰਕਤੀ ਜਿਹੜੀ ਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਹਾਂਜੀ ਹਨਾ, ਤੇ ਦੂਜੀ ਪੰਕਤੀ ਆ ਸਾਧ ਭਲੇ ਅਨਾਤਿਆਂ ਚੋਰ ਸੇ ਚੋਰਾ ਚੋਰ, ਹਨਾ। ਹੁਣ ਇਹ ਦੋ ਪੰਕਤੀਆਂ ਜੇ ਇੱਦਾਂ ਕਰਦੇ ਵੀ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਇਹਦੇ ਵਿੱਚ ਕੰਡੀਸ਼ਨ ਤਾਂ ਕੋਈ ਹੋਰ ਲਾਈ ਨੀ, ਇਹ ਤਾਂ ਸਿੱਧਾ ਕਹਿ ਦਿੱਤਾ ਵੀ ਰਾਮ ਦੇ ਸਰੋਵਰ ਦੇ ਵਿੱਚ ਜਿਹੜਾ ਨਹਾਊਗਾ ਉਹਦੇ ਸਾਰੇ ਜਿਹੜੇ ਕਮਾਏ ਹੋਏ ਪਾਪ ਆ ਉਹ ਲੈ ਜਾਣਗੇ, ਠੀਕ ਆ। ਫਿਰ ਚੋਰ ਦੇ ਨੀ ਲੈਣਗੇ, ਫਿਰ ਸਾਧ ਭਲੇ ਨਹਾਤੇ ਚੋਰ ਸੇ ਚੋਰਾ ਚੋਰ ਕਿੱਦਾਂ ਬਈ, ਸਵਾਲ ਹੈ, ਠੀਕ ਆ। ਹੁਣ ਉਹ ਦੋਵੇਂ ਪੰਕਤੀਆਂ ਇਕੱਠੀਆਂ ਕਿੱਦਾਂ ਲਿਖ ਸਕਦੇ ਗੁਰੂ ਸਾਹਿਬ? ਹੁਣ ਜਿਹੜਾ ਉਹ ਇਸ਼ਨਾਨ ਦੀ ਗੱਲ ਕਰਦੇ ਆ ਨਾ, ਜਿਹੜਾ ਨਹਾਉਣ ਦੀ ਗੱਲ ਕਰਦੇ ਆ, ਜਿਹੜਾ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਣ ਦੀ, ਠੀਕ ਆ, ਭਈ ਜਿੱਥੇ ਆਉਂਦਾ ਆ ਭਈ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਸੌਣ ਦੀ, ਹਾਂਜੀ ਮਿਲਣ ਦੀ, ਹਾਂਜੀ ਸੰਗਤ ਕਰਨੇ ਦੀ, ਹਾਂਜੀ ਨਹਾਉਣ ਦੀ, ਠੀਕ ਆ, ਜੋ ਵੀ ਜਿੰਨੀਆਂ ਵੀ ਕਿਰਿਆਵਾਂ ਆ ਰਹੀਆਂ ਆ ਹਾਂਜੀ ਉਹ ਸਾਰੀਆਂ ਦਾ ਸੰਬੰਧ ਗਿਆਨ ਦੇ ਨਾਲ ਆ, ਨੋ ਡਾਊਟ, ਠੀਕ ਆ। ਗਿਆਨ ਨਾਲ ਸੌਣਾ ਆ, ਗਿਆਨ ਨੂੰ ਮਿਲਣਾ ਆ, ਗਿਆਨ ਦੀ ਸੰਗਤ ਕਰਨੀ ਆ, ਗਿਆਨ ਦੇ ਵਿੱਚ ਰਚਣਾ ਆ, ਠੀਕ ਆ। ਉਹ ਜਿਹੜਾ ਗੁਰੂ ਆ ਤੇ ਰੱਬ ਆ ਦੋਏ ਗਿਆਨ ਰੂਪ ਦੇ ਵਿੱਚ ਆਏ ਆ, ਇਹ ਬਹੁਤ ਜ਼ਰੂਰੀ ਆ ਸਾਡੇ ਲਈ। ਜਿੰਨਾ ਕੁ ਪਿੱਛੇ 6 ਮਹੀਨਿਆਂ ਦੇ ਵਿੱਚ ਮੈਂ ਵੀ ਹੁਣ ਸੋਚਦਾ ਆ ਵੀ ਅਸੀਂ ਇਹਨੂੰ ਕਿੱਦਾਂ ਰਿਵਾਈਜ਼ ਕਿੱਦਾਂ ਕਰਨਾ ਇਹਨੂੰ ਦੁਬਾਰਾ ਤੋਂ, ਠੀਕ ਆ, ਵੀ ਜੇ ਇਹ ਵਿਸ਼ੇ ਜਿਹੜੇ ਆ ਨਾ ਬਹੁਤ ਜ਼ਰੂਰੀ ਆ,
ਹਾਂਜੀ ਠੀਕ ਆ, ਰੱਬ ਗੁਰੂ ਤੇ ਸਿੱਖ ਸਾਡਾ ਹੋਣਾ ਜਿਹੜਾ, ਠੀਕ ਹੈ ਠੀਕ ਆ। ਹੁਣ ਅਸੀਂ ਕਿਤੇ ਨਾ ਕਿਤੇ ਜਾ ਕੇ ਜਿਹੜੇ ਬੰਦੇ ਸ਼ਬਦ ਗੁਰੂ ਨੂੰ ਕਹਿਣੇ ਵਾਲੇ ਆ ਨਾ, ਉਹਨਾਂ ਦੀ ਵੀ ਜਿਹੜੀ ਸੁਰਤ ਆ ਉਹ ਜਾ ਕੇ ਧੁੰਦੇ, ਉਹਨਾਂ ਨੂੰ ਵੀ ਅਸੀਂ ਦੇਖਿਆ ਨਾ, ਇੱਦਾਂ ਉੱਦਾਂ ਗੱਲਾਂ ਕਰਦਿਆਂ ਨੇ ਸਾਰੀ ਗੱਲ ਨਾਲ ਸਹਿਮਤ ਹੋ ਜਾਣਾ, ਠੀਕ ਹੈ। ਜਦੋਂ ਸਟੇਜ ਤੇ ਜਾਣਾ ਮੁੜ ਕੇ ਉਦਾਹਰਣ ਪਤਾ ਕੀ ਦੇਣੀ, ਹਾਂਜੀ, ਤੇ ਜਦੋਂ ਤੁਸੀਂ ਪਿੰਡੋਂ ਅੰਮ੍ਰਿਤਸਰ ਨੂੰ ਜਾਂਦੇ ਆ, ਰਾਹ ਦੇ ਵਿੱਚ ਸਾਈਨ ਬੋਰਡ ਲੱਗਾ ਆ, ਹਾਂਜੀ, ਹੈਨਾ, ਉੱਥੇ ਲਿਖਿਆ ਆ ਕਿ ਅੰਮ੍ਰਿਤਸਰ ਇਸ ਪਾਸੇ ਨੂੰ ਆ, ਤੀਰ ਵਾਇਆ ਆ ਤੇ ਇੰਨੇ ਕਿਲੋਮੀਟਰ ਆ, ਹਾਂਜੀ, ਹੈਨਾ, ਤੇ ਉਹ ਤੁਹਾਨੂੰ ਜਿਹੜਾ ਗਿਆਨ ਆ ਉੱਥੋਂ ਪੱਥਰ ਨੇ ਦਿੱਤਾ ਆ ਜਾਂ ਜਿਹੜੇ ਉੱਤੇ ਅੱਖਰ ਲਿਖੇ ਉਹ ਨਹੀਂ ਦਿੱਤਾ ਆ, ਠੀਕ ਹੈ। ਇਹ ਇਹ ਐਗਜ਼ਾਮਪਲ ਦਿੰਦੇ ਆ, ਹਾਂਜੀ, ਇਹ ਐਗਜ਼ਾਮਪਲ ਦੇਣ ਦੇ ਨਾਲ ਫਿਰ ਉਹ ਲੈ ਕੇ ਇੱਦਾਂ ਆਉਂਦੇ ਆ ਵੀ ਹਾਂ ਹੁਣ 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 ਦੱਸੋ ਵੀ ਗੁਰੂ ਕੌਣ ਆ ਸਾਡਾ, ਹਾਂਜੀ, ਵੀ ਸ਼ਬਦ ਗੁਰੂ ਆ ਸਾਡਾ, ਉੱਥੇ ਜਿਹੜੇ ਸ਼ਬਦ ਲਿਖੇ ਹੋਏ ਆ ਉਹ ਉਹਨੇ ਗਿਆਨ ਦਿੱਤਾ, ਠੀਕ ਹੈ। ਉਹ ਲੈ ਕੇ ਇੱਥੇ ਜਾਂਦੇ ਆ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਲਿਖੇ ਹੋਏ ਨਾ, ਜਿਹੜੇ ਅੱਖਰਾਂ ਦੇ ਜੋੜ ਨਾਲ ਬਣੇ ਹੋ ਆ, ਉਹ ਗੁਰੂ ਆ ਸਾਡਾ, ਠੀਕ ਹੈ, ਜਿਹੜੇ ਵੱਧ ਤੋਂ ਵੱਧ ਸਿਆਣੇ ਹੋ ਕੇ ਜਾ ਰਹੇ ਆ, ਠੀਕ ਹੈ। ਜਦਕਿ ਮਸਲਾ ਜਿਹੜਾ ਆ ਉਹ ਤੋਂ ਅਗਲਾ ਆ। ਹੁਣ ਇਹ ਪ੍ਰੋਫੈਸਰ ਦਰਸ਼ਨ ਸਿੰਘ ਨੇ ਜਿਹੜੀ ਗੱਲ ਕੀਤੀ ਆ ਭਾਈ, ਇਹ ਗੱਲ ਟਕਸਾਲੀਆਂ ਦੀਆਂ ਮਨੌਤਾਂ ਜਿਹੜੀਆਂ ਆ, ਨਾਨਕਸਰੀਆਂ ਦੀਆਂ ਮਨੌਤਾਂ ਜਿੰਨੇ ਪਰੰਪਰਾਬਾਦੀ ਆ ਉਹਨਾਂ ਦੀਆਂ ਮਨੌਤਾਂ ਵਿੱਚ ਤੇ ਇਹ ਪ੍ਰੋਫੈਸਰ ਦੀਆਂ ਮਨੌਤਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਇਹ ਗੱਲ ਮੈਨੂੰ ਪਤਾ ਨਹੀਂ, ਹੁਣ ਅਸੀਂ ਉਹ ਪੋਸਟ ਤਾਂ ਦੇਖੀ ਨਹੀਂ ਵੀ ਅਵਤਾਰ ਸਿੰਘ ਮਿਸ਼ਰੀ ਨੇ ਲਿਖਿਆ ਕੀ ਸੀ ਇਹਦੇ ਸੰਬੰਧ ਚ, ਪਰ ਇਹ ਪ੍ਰੋਫੈਸਰ ਦੀ ਪੋਸਟ ਤੋਂ ਇਹ ਲੱਗ ਰਿਹਾ ਆ ਵੀ ਇਹ ਉਹ ਇਹ ਉਹਨਾਂ ਨੇ ਇਸੇ ਸੰਬੰਧ ਚ ਕੁਛ ਲਿਖਿਆ ਹੋਣਾ ਜੀ, ਕਿਉਂਕਿ ਇੱਥੇ ਕਹਿ ਰਹੇ ਆ ਵੀ ਗੁਰੂ ਸਾਹਿਬਾਨਾਂ ਨੇ ਉਸ ਸਮੇਂ ਦੇ ਗਿਆਨ ਵਿਗਿਆਨ ਮੁਤਾਬਕ ਫਿਲੋਸਫੀ ਦਿੱਤੀ ਸੀ, ਹੁਣ ਸਮਾਂ ਅਗਾਂਹ ਲੰਘਿਆ ਆ। ਉਸ ਵੇਲੇ ਇੰਟਰਨੈਟ ਨਹੀਂ ਸੀ, ਨਹੀਂ ਤਾਂ ਕਾਗਜ਼ ਦੀ ਬਜਾਏ ਗੁਰੂ ਜੀ ਸਭ ਕੁਛ ਬੋਲ ਕੇ ਡਾਊਨਲੋਡ ਕਰ ਲੈਂਦੇ। ਇਹਨੂੰ 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 ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪੁੱਛ ਲਓ ਵੀ ਭਾਈ ਤੂੰ ਇਹ ਗੱਲ ਸਮਝਾ, ਜਿਹੜੀ ਭਗਤ ਨਾਮਦੇਵ ਜੀ ਦੀ ਬਾਣੀ ਸੀ, ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਪੁੱਛੋ ਵੀ ਕੀ ਇਹ ਸਮਝਦੇ ਆ ਵੀ ਭਗਤ ਨਾਮਦੇਵ ਜੀ, ਕਬੀਰ ਜੀ, ਭਗਤ ਰਵਿਦਾਸ ਜੀ ਜਾਂ ਜਿਹੜੇ ਦਸ ਦਸ ਸਾਡੇ ਪਾਤਸ਼ਾਹ ਗੁਰੂ ਸਾਹਿਬਾਨ ਹੋਏ ਆ, ਉਹਨਾਂ ਦੇ ਵਿੱਚ ਕੋਈ ਫਰਕ ਸੀ ਆਪਸ ਵਿੱਚ, ਠੀਕ ਹੈ, ਵੀ ਜਾਂ ਗੁਰੂ ਸਾਹਿਬ ਨੇ ਮੰਨਿਆ ਹੋਊਗਾ, ਠੀਕ ਹੈ, ਉਹਨਾਂ ਦੇ ਨਾਲ ਉਹਨਾਂ ਨੂੰ ਘਟੀਆ ਜਾਂ ਕਿਸੇ ਤਰ੍ਹਾਂ ਛੋਟੇ ਮੰਨਿਆ ਹੋਊਗਾ, ਠੀਕ ਹੈ, ਇੱਕ ਇੱਕ ਦੇ ਨਹੀਂ ਤੁਸੀਂ ਕਿਹਾ, ਕਿਉਂਕਿ ਨਹੀਂ ਤਾਂ ਬਰਾਬਰ ਬਾਣੀ ਕਿੱਦਾਂ ਰਚਿਤ ਕਰਦੇ ਉਹ। ਹਾਂਜੀ, ਹੁਣ ਉਹ ਉਹਨਾਂ ਦੀ ਬਾਣੀ ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਛਿਆਂ ਦੀ ਬਾਣੀ ਆ, ਉਹ ਉਹਨਾਂ ਦੇ ਯਾਨੀ ਦਸਾਂ ਦੇ ਵਿੱਚੋਂ ਤੇ ਭਗਤਾਂ ਦੇ ਵਿੱਚੋਂ, ਹਾਂਜੀ, ਬਾਣੀ ਦਾ ਇੱਕ ਥਾਂ ਹੋਣਾ, ਇੱਕ ਦਰਜਾ ਦੇਣਾ, ਹਾਂਜੀ, ਇਸ ਗੱਲ ਦੀ ਗਰੰਟੀ ਆ ਵੀ ਉਹ ਬਰਾਬਰ ਸੀਗੇ, ਕਿਸੇ ਦੇ ਵਿੱਚ ਕੋਈ ਫਰਕ ਨਹੀਂ ਸੀਗਾ, ਬਿਲਕੁਲ, ਠੀਕ ਹੈ। ਉਹਨਾਂ ਨੂੰ ਉਹਨੇ ਹਾਲਾਂਕਿ ਸਤਿਕਾਰ ਵੱਧ ਦਿੱਤਾ ਹੋਊਗਾ ਗੁਰੂ ਸਾਹਿਬ ਨੇ ਵੀ ਭਾਈ ਉਹਨਾਂ ਨੇ ਕੱਲਿਆਂ ਕੱਲਿਆਂ ਨੇ ਐਡੀ ਦੂਰ, ਉਹਨਾਂ ਦੇ ਗਹਿਣ ਭਗਤ ਰਵਿਦਾਸ ਜੀ ਬਨਾਰਸ ਦੇ ਵਿੱਚ ਹਿੰਦੂਆਂ ਦੇ ਗੜ੍ਹ ਦੇ ਵਿੱਚ ਆ, ਠੀਕ ਹੈ, ਭਗਤ ਕਬੀਰ ਜੀ ਉਹਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਉਹਨਾਂ ਨਾਲ ਆਡੇ ਲੈ ਰਹੇ ਆ, ਜਿੱਥੇ ਕੋਈ ਜਥੇਬੰਦੀ ਨਹੀਂ ਹੈਗੀ, ਕੋਈ ਇੱਦਾਂ ਦਾ ਕੋਈ ਦਲੀਲ ਅਪੀਲ ਸੁਣ ਲਈ ਦੀ ਅਦਾਲਤ ਨਹੀਂ ਹੈਗੀ, ਕੋਈ ਪੁਲਿਸ ਸਟੇਸ਼ਨ ਨਹੀਂ ਜਿੱਥੇ ਜਾ ਕੇ ਦੱਸ ਦੇਣ, ਕੋਈ ਉਹਨਾਂ ਦੇ ਕੋਲ ਫੌਜ ਨਹੀਂ ਹੈਗੀ, ਫਿਰ ਵੀ ਆਡਾ ਲੈ ਰਹੇ ਹੋ। ਹੁਣ ਉਹਨਾਂ ਦਾ ਸਤਿਕਾਰ ਜਿਹੜਾ ਆ ਗੁਰੂ ਪਾਤਸ਼ਾਹ ਨੇ ਬਰਾਬਰ ਕੀਤਾ ਹੋਊਗਾ, ਹਨਾ। ਹੁਣ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸਵਾਲ ਬਣਦਾ ਵੀ ਭਾਈ ਤੂੰ ਦੱਸ ਵੀ ਤੂੰ ਕਿੱਦਾਂ ਮੰਨਦਾ ਆ ਉਹਦੇ ਸੰਬੰਧ ਵਿੱਚ, ਠੀਕ ਆ, ਜੇ ਤੂੰ ਬਰਾਬਰ ਮੰਨਦਾ ਆ ਤੇ ਇਹ ਕਿਉਂ ਹੋਇਆ ਆ ਵੀ ਜਿਹੜੀਆਂ 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 ਭਗਤ ਸੋਰੀ ਕੀ ਇਹ ਇਹ ਮੰਨਦੇ ਆ ਵੀ ਜਿਹੜੀ ਭਗਤ ਨਾਮਦੇਵ ਜੀ ਜਾਂ ਕਬੀਰ ਜੀ ਦੀ ਬਾਣੀ ਆ ਉਹ ਇਸੇ ਰੂਪ ਦੇ ਵਿੱਚ ਸੀ ਜਿਸ ਰੂਪ ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈ ਆ, ਕੀ ਭਾਸ਼ਾ ਜਿਹੜੀ ਆ 250-300 ਸਾਲ ਦੇ ਵਿੱਚ ਟਰੈਵਲ ਕਰਕੇ ਆਪਣਾ ਵਿਕਾਸ ਨਹੀਂ ਕੀਤਾ ਹੋਊਗਾ ਭਾਸ਼ਾ ਨੇ। ਇੱਕ ਪਾਸੇ ਦਾ ਦਾਵਾ ਇਹ ਕਰਦੇ ਆ ਜਿਹੜਾ ਊੜਾ ਐੜਾ ਆ ਜਿਹੜੀ ਪਿੰਤੀ ਆ ਜਿਹੜੀ ਅਭਰਨਮਾਲਾ ਜਿਹਨੂੰ ਗੁਰਮੁਖੀ ਕਹਿੰਦੇ ਆ ਇਹਦਾ ਵਿਕਾਸ ਹੀ ਦੂਜੇ ਪਾਤਸ਼ਾਹ ਨੇ ਕੀਤਾ,
ਠੀਕ ਹੈ, ਜੇ ਇਹਦਾ ਵਿਕਾਸ ਦੂਜੇ ਪਾਤਸ਼ਾਹ ਨੇ ਕੀਤਾ ਤੇ ਭਗਤ ਨਾਮਦੇਵ ਦੇਵ ਜੀ ਦੀ ਬਾਣੀ ਜਿਹੜੀ ਉਹ ਕਿਹੜੀ ਭਾਸ਼ਾ ਦੇ ਵਿੱਚ ਸੀ ਲਿਖੀ ਹੋਈ? ਭਗਤ ਨਾਮਦੇਵ ਤੋਂ ਪਹਿਲਾਂ ਤਾਂ ਫਿਰ ਗੁਰੂ ਨਾਨਕ ਦੀ ਭਾਸ਼ਾ, ਉਹਨਾਂ ਦੀ ਵੀ ਤਾਂ ਦੇਖਣੀ ਪੈਣੀ, ਤਾਂ ਗੁਰਾੜਾ ਤਾਂ ਉਹਨਾਂ ਨੇ ਬਣਾਇਆ ਆ। ਹਾਂ, ਗੁਰੂ ਨਾਨਕ ਨੇ ਕਿਹੜੀ ਲੈਂਗੁਏਜ ਲਿਖਿਆ ਸੀ? ਹਾਂ, ਹੁਣ ਗਿਆਨ ਹੈਗਾ ਆ ਭਗਤ ਨਾਮਦੇਵ ਜੀ ਕੋਲ, ਹਾਂਜੀ, ਪਰ ਜਿਹੜਾ ਉਸ ਵੇਲੇ ਸਾਧਨ ਮੌਜੂਦ ਆ ਨਾ, ਹਾਂਜੀ, ਕੀ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਸੀ? ਨਹੀਂ, ਨੌਵੀਂ ਪਾਤਸ਼ਾਹ ਬਾਰੇ ਤਾਂ ਕਹਿਤਾ ਸੀ ਤੇ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕਰ ਦਿੱਤੀ, ਪੱਤਰੇ ਖਾਲੀ ਸੀਗੇ, ਠੀਕ ਹੈ, ਉੱਥੇ ਨੌਵੀਂ ਪਾਤਸ਼ਾਹ ਦੀ ਬਾਣੀ ਚੜ੍ਹੀ ਆ, ਠੀਕ ਹੈ, ਠੀਕ ਹੈ। ਹੁਣ ਕੀ ਭਗਤ ਨਾਮਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਗਈ ਸੀ? ਨਹੀਂ। ਇਹਨਾਂ ਨੂੰ ਗਰੰਟੀ ਆ ਵੀ ਕਿਹੜੇ ਮਾਧਿਅਮ ਦੇ ਵਿੱਚ ਸੀ ਉਹ? ਨਹੀਂ। ਕਿ ਪੱਤਿਆਂ ਦੇ ਉੱਤੇ ਲਿਖੀ ਗਈ ਸੀ, ਗੱਤਿਆਂ ਦੇ ਉੱਤੇ ਲਿਖੀ ਗਈ ਸੀ, ਪੇਪਰਾਂ ਦੇ ਉੱਤੇ ਲਿਖੀ ਗਈ ਸੀ, ਕੱਲੇ ਕੱਲੇ ਦੇ ਰੂਪ ਵਿੱਚ ਸੀ, ਕਿਸੇ ਕਿਸ ਕੋ ਦੱਥੀ ਸੀ ਕੋਈ, ਕੋਈ ਨੱਥੀ ਹੋਈ ਉਹ ਕਿਤਾਬ ਸੀ, ਪੋਥੀ ਸੀ ਕੋਈ, ਕਿਸ ਰੂਪ ਦੇ ਵਿੱਚ, ਕਿਹੜੀ ਭਾਸ਼ਾ ਵਿੱਚ ਸੀ, ਕਿਹੜੀ, ਕੀ ਗਰੰਟੀ ਹੈ ਇਹਨਾਂ ਕੋਲ? ਠੀਕ ਹੈ ਨਾ। ਜੇ ਹੁਣ ਕੀ ਪਤਾ, ਕੀ ਪਤਾ ਗੁਰੂ ਨਾਨਕ ਦੇਵ ਜੀ ਨੂੰ ਉਹ ਇੱਦਾਂ ਇਸ ਕਿਸੇ ਤਰ੍ਹਾਂ ਕੰਧਾਂ ਤੇ ਲਿਖੀ ਹੋਈ, ਪੱਥਰਾਂ ਤੇ ਲਿਖੀ ਹੋਈ, ਕਿਸ ਰੂਪ ਵਿੱਚ ਮਿਲੀ ਹੋਵੇ, ਠੀਕ ਹੈ, ਜੇ ਉਹਨਾਂ ਨੇ ਮਿਹਨਤ ਕਰਕੇ ਪੋਥੀ ਤੇ ਉਤਾਰਾ ਕਰਕੇ ਲਿਆਂਦੀ ਹੋਵੇ, ਹੈ ਨਾ, ਫਿਰ ਪੰਜਵੇਂ ਪਾਤਸ਼ਾਹ ਨੇ ਉਹਦੀ ਜਿਹੜੀ ਲਿਪੀ ਆ ਉਹ ਬਦਲੀ ਹੋਵੇ, ਕਿਉਂਕਿ ਮਰਾਠਿਆ ਦੇ ਮਹਾਰਾਸ਼ਟਰ ਦੇ ਵਿੱਚ ਇੱਦਾਂ ਕਿੱਦਾਂ ਹੋ ਸਕਦੀ ਵੀ ਪੰਜਾਬੀ ਬੋਲਦੇ ਹੋਣ ਉਹ, ਠੀਕ ਹੈ ਨਾ। ਹੁਣ ਉਹ ਸਾਰੀਆਂ ਗੱਲਾਂ ਨੂੰ ਜਦੋਂ ਤੁਸੀਂ ਆ ਜਿਹੜੀ ਪ੍ਰੋਫੈਸਰ ਦਰਸ਼ਨ ਸਿੰਘ ਦੀ ਇੱਥੇ ਸਟੇਟਮੈਂਟ ਆ, ਅਵਤਾਰ ਸਿੰਘ ਮਿਸ਼ਨਰੀ ਨੂੰ ਸਵਾਲ ਜਿਹੜਾ ਉਹਨੇ ਕੀਤਾ ਭਈ, ਜਿੱਥੇ ਉਹ ਕਹਿੰਦੇ ਆ ਭਈ ਭਈ ਸਿੱਖ ਗੁਰੂ ਸਾਹਿਬਾਨਾਂ ਨੇ ਉਸ ਸਮੇਂ ਦੇ ਗਿਆਨ ਵਿਗਿਆਨ ਮੁਤਾਬਕ ਫਲੋਸਫੀ ਦਿੱਤੀ ਸੀ, ਹਾਂਜੀ, ਠੀਕ ਆ, ਤੇ ਹੁਣ ਸਮਾਂ ਅਗਾਂਹ ਲੰਘ ਗਿਆ ਹੈ, ਉਸ ਵੇਲੇ ਇੰਟਰਨੈਟ ਨਹੀਂ ਸੀ, ਨਹੀਂ ਤਾਂ ਕਾਗਜ਼ ਦੀ ਬਜਾਏ ਗੁਰੂ ਜੀ ਸਭ ਕੁਛ ਬੋਲ ਕੇ ਡਾਊਨਲੋਡ ਕਰ ਲੈਂਦੇ, ਹਾਂਜੀ, ਠੀਕ ਆ। ਇਹ ਇਹ ਇਤਰਾਜ਼ ਕੀਤਾ ਪ੍ਰੋਫੈਸਰ ਦਰਸ਼ਨ ਸਿੰਘ ਨੇ ਅਵਤਾਰ ਸਿੰਘ ਮਿਸ਼ਰੀ ਦੇ ਕਹੇ ਦੇ ਉੱਤੇ, ਹਾਂਜੀ, ਠੀਕ ਆ। ਹੁਣ ਕੀ ਇਹ ਸਾਡੇ ਵਿਦਵਾਨਾਂ ਦੇ ਕੋਲ ਜਿੰਨੀ ਛੋਟੀ ਸੋਚ ਲੈ ਕੇ ਬੈਠੇ ਆ ਜੀ, ਇਹ ਉੱਥੋਂ ਸਾਫ਼ ਦਿਸ ਰਿਹਾ ਆ ਵੀ ਕੁਛ ਨਹੀਂ ਇਹਨਾਂ ਦੇ ਕੋਲ ਹੈਗਾ, ਹਾਂਜੀ, ਠੀਕ ਆ। ਹੁਣ ਜਿਹੜਾ ਇਹਨਾਂ ਦੀ ਜਿਹੜੀ ਸੋਚ ਆ, ਜੋ ਆਪ ਸੋਚ ਰਹੇ ਆ, ਉਹਦੇ ਬਰਾਬਰ ਜਦੋਂ ਤੁਸੀਂ ਟਕਸਾਲੀਆਂ ਨੂੰ ਦੇਖਦੇ ਆ ਨਾ, ਉਹਨਾਂ ਚ ਕੋਈ ਬਹੁਤਾ ਫਰਕ ਨਹੀਂ ਹੈਗਾ, ਹਾਂਜੀ, ਠੀਕ ਆ। ਉਦਾਂ ਇੱਕ ਮੇਰੇ ਗੱਲ ਦਿਮਾਗ ਵੀ ਪਹਿਲਾਂ ਵੀ ਆਇਆ ਸੀਗਾ ਵੀ ਟਕਸਾਲੀਆਂ ਨੇ ਵੀ ਇਹ ਗੱਲ ਸਾਬਤ ਕਰਤੀ ਆ, ਹਾਂਜੀ, ਉਹ ਬੰਦੇ ਬਹੁਤ ਵੱਡੇ ਬੁੱਝੜ ਆ ਵੀ ਉਹ ਦਰਸ਼ਨ ਸਿੰਘ ਦਾ ਵੀ ਵਿਰੋਧ ਕਰੀ ਗਏ ਹੁਣ ਤੱਕ, ਬੰਦਾ ਤਾਂ ਉਹਨਾਂ ਦਾ ਹੀ, ਬੰਦਾ ਤਾਂ ਉਹਨਾਂ ਦਾ ਹੀ, ਸਾਰੀਆਂ ਮਨੋਤਾਂ ਉਹਨਾਂ ਦੇ ਨਾਲ ਰਲਦੀਆਂ ਆ। ਉਹ ਬੰਦੇ ਇੱਦਾਂ ਕਰਦੇ ਆ ਵੀ ਗੁਰੂ ਗ੍ਰੰਥ ਸਾਹਿਬ ਇੱਦਾਂ ਨਵੀਆਂ ਪਿਰਤਾਂ ਸਾਰਾ ਕੁਛ ਤਾਂ ਉਹ ਇਹਦੇ ਖਿਲਾਫ਼ ਬੋਲ ਰਹੇ ਆ ਤੇ ਮੰਨਦੇ ਵੀ ਉਹ ਇੱਦਾਂ ਆ ਤੇ ਇਹ ਵੀ ਉਦਾਂ ਹੀ ਆ, ਤੇ ਉਹ ਇਹਦਾ ਵਿਰੋਧ ਕਾਹਤੋਂ ਕਰਨ ਲੱਗ ਗਏ ਇੱਦਾਂ ਵੀ ਕਿਹੜੇ ਕਿੱਦਾਂ ਬਸ ਇੱਦਾਂ? ਨਹੀਂ, ਉਹ ਵਿਰੋਧ ਹੈਗਾ ਉਹਨਾਂ ਦਾ ਕਰਤਾ, ਹਾਂਜੀ, ਠੀਕ ਆ। ਉਹ ਵਿਰੋਧ ਇੱਦਾਂ ਆ ਜਿੱਦਾਂ ਵੀ ਦੇਖੋ, ਮੱਕੜ ਪ੍ਰਧਾਨ ਸੀਗਾ ਸ਼੍ਰੋਮਣੀ ਕਮੇਟੀ ਦਾ, ਹਾਂਜੀ, ਠੀਕ ਆ, ਮੱਕੜ ਤੋਂ ਬਾਅਦ ਬਡੂੰਗਰ ਬਣਿਆ, ਹਾਂਜੀ, ਠੀਕ ਆ। ਜਦੋਂ ਬਡੂੰਗਰ ਨੇ ਬਣਨਾ ਸੀ ਕਿ ਮੱਕੜ ਆਪਣੇ ਆਪ ਰਿਜ਼ਾਈਨ ਕਰਕੇ ਲੈਣ ਤੋਂ ਬਾਹਰ ਹੋ ਗਿਆ ਸੀ, ਨਹੀਂ, ਉਹ ਵਿਰੋਧ, ਠੀਕ ਹੈ ਨਾ। ਹੁਣ ਜਦੋਂ ਬਡੂੰਗਰ ਸੀਗਾ ਉਹ ਤੋਂ ਬਾਅਦ ਗੋਬਿੰਦ ਸਿੰਘ ਬਣਿਆ ਲੌਂਗੋਵਾਲ, ਜਦੋਂ ਗੋਬਿੰਦ ਲੌਂਗੋਵਾਲ ਬਣਿਆ ਕੀ ਉਦੋਂ ਬਡੂੰਗਰ ਆਪਣੇ ਆਪ ਲੈਣ ਤੇ ਬਾਹਰ ਹੋ ਗਿਆ ਸੀ? ਨਹੀਂ ਨਾ, ਸੀਗਾ ਨਾ, ਕੈਂਡੀਡੇਟ ਸੀਗਾ। ਹੁਣ ਸਪੋਰਟਰ ਮੱਕੜ ਦੇ ਵੀ ਸੀਗੇ, ਬਡੂੰਗਰ ਦੇ ਵੀ ਸੀਗੇ, ਸਪੋਰਟਰ ਬਡੂੰਗਰ ਦੇ ਵੀ ਸੀਗੇ, ਗੋਬਿੰਦ ਸਿੰਘ ਦੇ ਵੀ ਸੀਗੇ ਲੌਂਗੋਵਾਲ ਦੇ, ਠੀਕ ਆ। ਹੁਣ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉਹ ਜਿਹੜਾ ਉਹ ਝਗੜਾ ਹੈ ਨਾ ਉਹਨਾਂ ਦਾ, ਜਿਹੜਾ ਉਹ ਵਿਰੋਧ ਆ ਉਹ ਹੈਗਾ ਆਪਸੀ ਉਹਨਾਂ ਦਾ, ਠੀਕ ਆ। ਉਸ ਦਾਇਰੇ ਦੇ ਵਿੱਚ ਕੋਈ ਵੀ ਕਰੀ ਜਾਵੇ, ਜਿੰਨਾ ਮਰਜ਼ੀ ਬੋਲੇ, ਜੋ ਮਰਜ਼ੀ ਕਰੇ, ਉਹਨੂੰ ਕੁਛ ਨੀ, ਉਹਨੂੰ ਉਹਨੂੰ ਪੰਥ ਕਹਿੰਦੇ ਆ, ਠੀਕ ਆ, ਉਹਨਾਂ ਨੂੰ ਛੇਕਣ ਦਾ ਹੱਕ ਰੱਖਦੇ ਆ, ਹਾਂਜੀ,
ਠੀਕ ਹੈ। ਹੁਣ ਜਦੋਂ ਤੁਹਾਡਾ ਬੱਚਾ ਨਹੀਂ ਉੱਠਦਾ ਸਵੇਰੇ ਸਕੂਲ ਜਾਣ ਲਈ, ਤੁਸੀਂ ਉਹਨੂੰ ਉਹਨੂੰ ਆਵਾਜ਼ ਮਾਰਦੇ ਆ, ਦਬਕਾ ਮਾਰਦੇ ਆ, ਤਿਆਰ ਕਰਦੇ ਆ, ਹੈਨਾ। ਜੇ ਗੁਆਂਢੀਆਂ ਦਾ ਬੱਚਾ ਨਹੀਂ ਉੱਠਦਾ, ਸਾਨੂੰ ਕੀ, ਤੁਹਾਨੂੰ ਉਹਦਾ ਵੀ ਫਿਕਰ ਆ। ਹੁਣ ਤੁਹਾਨੂੰ ਤੁਹਾਡਾ ਬੱਚਾ ਜਦੋਂ ਕਿਤੇ ਸੜਕ ਤੇ ਖੇਡਦਾ ਮਿਲ ਜਾਂਦਾ, ਤੁਸੀਂ ਪੁੱਛਦੇ ਆ ਵੀ ਸਕੂਲ, ਤਾਂ ਜੇ ਹੋਰ ਕਿਸੇ ਦਾ ਨਿਆਣਾ ਮਿਲ ਜਾਏ ਉਹਦੀ ਵੀ ਫਿਕਰ ਹੁੰਦੀ ਆ। ਨਹੀਂ ਹੱਕ ਵੀ ਨਹੀਂ ਨਾ ਤੁਹਾਨੂੰ ਫਿਕਰ ਕਰਦਾ, ਫਰਜ਼ ਵੀ ਨਹੀਂ ਤੇ ਹੱਕ ਵੀ ਨਹੀਂ, ਹੱਕ ਵੀ ਹੈ ਨਹੀਂ ਤੁਹਾਨੂੰ, ਠੀਕ ਆ। ਤੁਸੀਂ ਪੁੱਛੋ ਵੀ ਤੇ ਅਗਲੇ ਨੇ, ਤੁਹਾਨੂੰ ਗਿਆਨ ਵੀ ਹੈ ਨਹੀਂ ਉਹਦੇ ਬਾਰੇ, ਪਤਾ ਵੀ ਨਹੀਂ, ਕੀ ਪਤਾ ਉਹਦੇ ਘਰੇ ਕਿਸੇ ਡੈਥ ਹੋਈ ਹੋਵੇ, ਕੋਈ ਬਿਮਾਰ ਹੋਵੇ ਜਿਸ ਕਰਕੇ ਛੁੱਟੀ, ਕਿਸੇ ਵਿਆਹ ਹੋਵੇ ਘਰੇ, ਸੱਟ ਲੱਗੀ ਹੋਵੇ ਉਹਦੇ, ਏਸੀ ਸੀ ਤੇ ਹੋਵੇ ਉਹ, ਸਕੂਲੇ ਛੁੱਟੀ ਹੋਵੇ ਉਹਦੇ, ਤੁਹਾਨੂੰ ਕੁਛ ਨਹੀਂ ਪਤਾ ਉਹਦੇ ਬਾਰੇ, ਗਿਆਨ ਵੀ ਹੈ ਨਹੀਂ, ਤੁਹਾਡਾ ਫਰਜ਼ ਵੀ ਨਹੀਂ ਬਣਦਾ, ਤੇ ਅਗਲੇ ਨੇ ਹੱਕ ਵੀ ਨਹੀਂ ਦਿੱਤਾ ਤੁਹਾਨੂੰ, ਠੀਕ ਆ। ਆਪਣੇ ਨੂੰ ਕਰਦੇ ਆ ਤੁਸੀਂ, ਆਪਣੇ ਦੇ ਲਈ ਜਿੰਨਾ ਮਰਜ਼ੀ ਕਰ ਲਓ ਤੁਸੀਂ, ਉਹਦੇ ਨਾਲ ਗੁੱਸੇ ਵੀ ਹੋ ਜਾਓ, ਰਾਜੀ ਵੀ ਹੋ ਜਾਓ, ਠੀਕ ਆ। ਆਪਣੇ ਨੂੰ ਦਬਕਾ ਮਾਰਦੇ ਆ ਉੱਠਣ ਲਈ, ਹਨਾ, ਉਹ ਤੋਂ ਬਾਅਦ ਵੀ ਉਹ ਆ ਕੇ ਘੁੱਟ ਕੇ ਜੱਫੀ ਪਾਉਂਦਾ ਤੁਹਾਨੂੰ, ਦੂਜੇ ਨੂੰ ਕੁਛ ਵੀ ਨਹੀਂ ਕਹਿ ਰਹੇ, ਉਹ ਵੀ ਜਾਂਦੇ ਨੂੰ ਜੱਫੀ ਪਾ ਕੇ ਮਿਲਦਾ, ਅੱਖ ਨਹੀਂ ਮਿਲਾਉਂਦੇ, ਠੀਕ ਹੈ ਨਾ। ਉਹ ਤਾਂ ਪਤਾ ਹੀ ਲੈਣਾ, ਮੈਂ ਕੀ ਲੈਣਾ, ਪਤਾ ਹੀ ਨਹੀਂ, ਠੀਕ ਹੈ, ਬਿਲਕੁਲ ਜਾਣਦਾ ਵੀ ਨਹੀਂ ਉਹ ਤਾਂ, ਹਾਂਜੀ ਠੀਕ ਹੈ, ਉਹਦੇ ਬਸ ਇਹ ਇਹਨਾਂ ਦੇ, ਇਹਨਾਂ ਦੇ ਆਪਸ ਵਿੱਚ ਹੀ ਆ, ਜਿਹੜਾ ਇਹਨਾਂ ਦਾ ਛੇਕਣ ਆਇਆ ਕੱਢਣਾ ਆਇਆ ਉਹ ਅਗਲੇ ਨੂੰ ਮੁੜ ਕੇ ਲਿਆਉਣ ਦੇ ਲਈ ਆ। ਇੱਦਾਂ ਇੱਦਾਂ ਮੰਨ ਕੇ ਬੈਠੇ ਵੀ ਅਸੀਂ ਮਾਪੇ ਹਾਂ, ਅਸੀਂ ਬਾਪ ਹਾਂ, ਅਸੀਂ ਕਰਤਾ ਧਰਤਾ ਆ, ਫਿਰ ਪਹਿਲਾਂ ਰੱਬ ਆ ਉੱਤੇ, ਰੱਬ ਤੋਂ ਬਾਅਦ ਫਿਰ ਕੌਮ ਦੇ ਲਈ ਅਸੀਂ ਆ, ਜਿੱਦਾਂ ਰੱਬ ਆ ਨਾ ਇੱਦਾਂ ਹੀ ਅਸੀਂ ਆ, ਉਦੋਂ ਬਾਅਦ ਅਸੀਂ, ਹਾਂ ਠੀਕ ਹੈ। ਹੁਣ ਜਿਹੜਾ ਉਹ ਨਿਰਵੈਰ ਆ, ਸਾਰਾ ਕੁਛ ਆ, ਉਹਦੀਆਂ ਜਿੰਨੀਆਂ ਐਗਜ਼ੈਂਪਲਾਂ ਦਿੰਦੇ ਆ ਇਹ, ਠੀਕ ਆ, ਉਹ ਟਕਸਾਲੀਆਂ ਦੀਆਂ ਤਾਂ ਇਹਨਾਂ ਦੀਆਂ ਸਾਡੀਆਂ ਦੀਆਂ ਬਰਾਬਰ ਆ, ਠੀਕ ਆ। ਇਸ ਕਰਕੇ ਨਹੀਂ ਅਸੀਂ ਨਹੀਂ ਸੋਚਦੇ ਵੀ ਪ੍ਰੋਫੈਸਰ ਵਰਗਿਆਂ ਨੂੰ, ਉਹਨਾਂ ਨੂੰ ਕਿਸੇ ਗੱਲੋਂ ਫਿਕਰ ਕਰਨ ਦੀ ਲੋੜ ਆ ਭਾਈ, ਠੀਕ ਆ। ਪੂਰਾ ਜ਼ੋਰ ਲਾ ਕੇ ਅਗਲੇ ਤੱਕ ਜਿੱਥੇ ਖੜਨਾ ਸੀ ਖੜੇ ਆ, ਉੱਥੇ ਕਰ ਰਹੇ ਆ। ਚਲੋ ਜੀ, ਇਹ ਮੇਰਾ ਖਿਆਲ ਜਸਵਿੰਦਰ ਸਿੰਘ ਹੀ ਆ ਨਾ ਇਹਨਾਂ ਦਾ, 7-8 ਮਿੰਟ ਦੀ ਇਹਨਾਂ ਦੀ ਇੱਕ ਵੀਡੀਓ ਆ, ਵੀ ਉਹੀ ਜਿਹੜਾ ਰੰਡੀ ਰੋਣਾ, ਰੱਬ ਅਤੇ ਕੁਦਰਤ, ਰੱਬ ਅਤੇ ਕੁਦਰਤ, ਜਿੱਥੇ ਪ੍ਰੋਫੈਸਰ ਦਰਸ਼ਨ ਸਿੰਘ ਵੀ ਖੜੇ ਆ, ਹਾਂਜੀ ਠੀਕ ਆ। ਇਹ ਗੱਲ ਅਸੀਂ ਘਰੋੜ ਕੇ ਕਹਿ ਦੇਣੀ ਚਾਹੁੰਦੇ ਹਾਂ ਸਾਰੇ ਸਰੋਤਿਆਂ ਨੂੰ, ਬੇਨਤੀ ਆ ਵੀ ਇਹਨੂੰ ਤੁਸੀਂ ਅੱਜ ਕਬੂਲ ਲਓ ਚਾਹੇ ਠਹਿਰ ਕੇ ਕਬੂਲ ਲਿਓ, ਵੀ ਜਿਹੜਾ ਨਾ ਦਸਾਂ ਪਾਤਸ਼ਾਹੀਆਂ ਦੇ ਨਾਂ ਨਾਲ ਗੁਰੂ ਸ਼ਬਦ ਆ, ਅਤੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਾਲ ਗੁਰੂ ਸ਼ਬਦ ਆ, ਉਹ ਕਿਸੇ ਹੋਰ ਦੇ ਰਾਹੀਂ ਸਾਡੇ ਸਿਰ ਮੜਿਆ ਗਿਆ, ਠੀਕ ਆ। ਜਿਹਨੂੰ ਗੁਰੂ ਨਾਨਕ ਦੇਵ ਜੀ ਗੁਰੂ ਕਹਿ ਰਹੇ ਆ, ਉਹਨਾਂ ਨੂੰ ਜਦੋਂ ਸਿੱਧ ਪੁੱਛਦੇ ਆ, ਤੇ ਉਹ ਜਿਹੜਾ ਜਵਾਬ ਦਿੰਦੇ ਨਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹ ਇਹ ਸਰੀਰ ਨਹੀਂ ਹੈਗਾ, ਉੱਥੇ ਵੀ ਨਹੀਂ ਇਹ ਸਪਸ਼ਟ ਕਹਿ ਦੇਣਾ ਸੀ ਵੀ ਭਾਈ ਮੈਂ ਤਾਂ ਖੁਦ ਗੁਰੂ ਹਾਂ। ਜਿਹੜੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਵੀ ਬਾਬੇ ਬਾਬਾ ਪੈਂਦਾ ਸੱਚ ਖੰਡ ਨੌ ਨਿਧ ਨਾ, ਤਾਂ ਉਹਨੇ ਕਹਿ ਦੇਣਾ ਸੀ ਵੀ ਮੈਂ ਤਾਂ ਭਾਈ ਬੇਈ ਨਦੀ ਚੋਂ ਜਾ ਕੇ ਤੁਸੀਂ ਕੀ ਗੱਲਾਂ ਕਰਨ ਲੱਗੇ ਹੋ, 3 ਦਿਨ ਮੈਂ ਰੱਬ ਨਾਲ ਗੱਲ ਕਰਕੇ ਆਇਆ ਹਾਂ, ਮੈਂ ਤਾਂ ਖੁਦ ਗੁਰੂ ਹਾਂ, ਤਾਂ ਮੈਨੂੰ ਗੁਰੂ ਧਾਰਨ ਦੀ ਕੀ ਲੋੜ ਆ, ਤੁਸੀਂ ਮੈਨੂੰ ਕਿੱਦਾਂ ਪੁੱਛ ਸਕਦੇ ਆ, ਠੀਕ ਹੈ। ਮੈਂ ਤਾਂ ਪਾਰਸ ਹਾਂ, ਮੈਂ ਤਾਂ ਚੰਦਨ ਆ, ਮੈਂ ਤਾਂ ਗੁਰੂ ਬਣਾ ਸਕਦਾ, ਮੈਂ ਤਾਂ ਮੂਹਰੇ ਥਾਪਣਾ ਹੈ ਗੁਰੂ, ਮੈਂ ਤਾਂ 10 ਜਾਮੇ ਧਾਰਨ ਕਰਨੇ ਆ, ਮੁੜ ਮੁੜ ਕੇ ਆਉਣਾ, ਮੈਂ ਤਾਂ ਮੇਰੀ ਤਾਂ ਰੱਬ ਨਾਲ ਨਿੱਤ ਗੱਲ ਹੁੰਦੀ ਆ, ਆਹ ਜਵਾਬ ਦੇਣਾ ਸੀ ਸਿੱਧਾ ਨੂੰ, ਕੱਢ ਕੇ ਦਿਖਾ ਲਓ ਗੁਰੂ ਗ੍ਰੰਥ ਸਾਹਿਬ ਚੋਂ ਕਿੱਥੇ, ਠੀਕ ਹੈ। ਇਹ ਤਾਂ ਤੁਸੀਂ ਬਣਾ ਲਿਆ ਭਾਈ ਆਪਣੀ ਮਰਜ਼ੀ ਦੇ ਨਾਲ, ਭਾਈ ਗੁਰਦਾਸ ਦੇ ਹਵਾਲੇ ਨਾ ਦਿਓ ਸਾਨੂੰ। ਚਲੋ ਜੀ, ਸਾਡੇ ਨਾਲ ਇੱਕ ਸਰੋਤੇ ਆ, ਪਹਿਲਾਂ ਉਹਨਾਂ ਦੀ ਗੱਲ ਸੁਣ ਲਈਏ। ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, 0108 ਦੇ ਉੱਤੇ ਤੁਸੀਂ ਆਉਣੇ ਰਹੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ ਗੁਰੂ ਫਤਿਹ ਜੀ। ਹਾਂਜੀ, ਮੈਂ ਅਵਤਾਰ ਸਿੰਘ ਮਿਸ਼ਨ ਹੀ ਬੋਲ ਰਿਹਾ ਸੀ। ਹਾਂਜੀ 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 ਹਾਂਜੀ, ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆਈ ਜੀ, ਮਾੜਾ ਜਿਹਾ ਉੱਚੀ ਰੱਖਿਓ ਆਵਾਜ਼ ਆਪਣੀ। ਹਾਂਜੀ, ਮੈਂ ਜਦ ਤੁਸੀਂ ਉਹ ਮੇਰੇ ਪੋਸਟ ਬਾਰੇ ਗੱਲ ਕੀਤੀ ਹੈ ਨਾ, ਮੈਂ ਕੀ ਪਾਈ ਸੀ ਪੋਸਟ। ਹਾਂਜੀ,
ਮੈਂ ਪਾਈ ਸੀ ਉਹ ਇਸ ਤਰ੍ਹਾਂ ਹੈਗੀ ਆ, ਮੈਂ ਲਿਖਿਆ ਸੀ ਨਵੀਆਂ ਕਿਰਤਾਂ ਕਰਨੀਆਂ ਚਾਹੀਦੀਆਂ ਹਨ, ਨਾ ਕਿ ਰੋਕਣੀਆਂ ਚਾਹੀਦੀਆਂ। ਹਾਂਜੀ, ਜੇ ਗੁਰੂ ਨਾਨਕ ਸਾਹਿਬ ਨਵੀਆਂ ਕਿਰਤਾਂ ਨਾ ਪਾਉਂਦੇ ਤਾਂ ਬ੍ਰਾਹਮਣ ਵਾਸ ਤੋਂ ਖਹਿੜਾ ਨਹੀਂ ਸੀ ਛੁੱਟਣਾ। ਹਾਂਜੀ, ਸ਼ਬਦ ਗੁਰੂ ਗਿਆਨ ਰਾਹੀਂ ਅਗਾਂਹ ਸੁਤਰਾਂਗ ਪਿੱਛਾ ਫੇਰ ਨਾ ਮੋਢੜਾ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਦੀ ਬਹੁਤ ਵੱਡੀ ਨਵੀਂ ਕਿਰਤ ਸੀ ਇਹ। ਹਾਂ, ਨਵੀਆਂ ਕਿਰਤਾਂ ਤਾਂ ਕੁਦਰਤੀ ਹਨ, ਕਿਉਂਕਿ ਕੁਦਰਤ ਸੰਸਾਰ ਵਿੱਚ ਨਿੱਤ ਨਵੇਂ ਰੰਗ ਬਖੇਰਦੀ ਹੈ। ਹਾਂਜੀ, ਨਵੀਆਂ ਕਿਰਤਾਂ ਦੇ ਵਿਰੋਧੀ ਉਜੱਡ ਡੇਰੇਦਾਰ ਸੰਪਰਦਾਇ ਸੰਤ ਮਹੰਤ ਅਤੇ ਪੁਜਾਰੀ ਹਨ। ਹਾਂਜੀ, ਇਹ ਲਿਖਿਆ ਸੀ। ਠੀਕ ਹੈ, ਠੀਕ। ਬਸ ਉਹ ਤੋਂ ਹੀ ਫਿਰ ਉਹਨਾਂ ਨੇ ਅਸੀਂ ਅੰਦਾਜ਼ਾ ਲਾਉਂਦੇ ਸੀਗੇ ਭਈ। ਜਿਹੜਾ ਇਹਦਾ ਜਵਾਬ ਦਿੱਤਾ ਤੁਸੀਂ ਸੁਣਾਤਾ, ਤੇ ਉਸ ਤੋਂ ਬਾਅਦ ਮੈਂ ਦੂਜਾ ਹੋਰ ਲਿਖਿਆ ਸੀ, ਉਹ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਹਾਂਜੀ, ਮੈਂ ਲਿਖਿਆ ਸੀ ਸਤਿਕਾਰਯੋਗ ਸਿੰਘ ਸਾਹਿਬ ਜੀ, ਸ਼ਬਦ ਗੁਰੂ ਗ੍ਰੰਥ ਜੀ ਅਗਾਂਹ ਕੁਤਰਾਂਗ ਪਿੱਛਾ ਫੇਰ ਨਾ ਮੋਢੜਾ। ਹਾਂਜੀ, ਵਾਲੀ ਸਿੱਖਿਆ ਹੀ ਨਵੀਂ ਕਿਰਤ ਹੈ, ਜਦ ਦਾ ਵੀ ਸੰਸਾਰ ਹੋਂਦ ਵਿੱਚ ਆਇਆ ਹੈ, ਸਹਿਬ ਮੇਰਾ ਨੀਤ ਨਵਾਂ ਕੁਦਰਤ ਰੂਪ ਚ ਹੋ ਰਿਹਾ ਹੈ। ਹਾਂਜੀ, ਸਦਾ ਸਾਰਾ ਕੁਝ ਪੁਰਾਣਾ ਨੀ ਰਹਿੰਦਾ, ਕਿੱਥੇ ਪੱਥਰ ਯੁੱਗ ਸੀ ਤੇ ਕਿੱਥੇ ਹੁਣ ਵਿਗਿਆਨਕ ਯੁੱਗ ਹੈ। ਰੱਬੀ ਭਗਤਾਂ ਤੇ ਸਿੱਖ ਗੁਰੂ ਸਾਹਿਬਾਨਾਂ ਨੇ ਉਸ ਸਮੇਂ ਦੇ ਗਿਆਨ ਵਿਗਿਆਨ ਮੁਤਾਬਕ ਪਾ ਕਮਾਲ ਫਲਸਫੀ ਸੰਸਾਰ ਨੂੰ ਦਿੱਤੀ। ਉਸ ਵੇਲੇ ਇੰਟਰਨੈਟ ਨਹੀਂ ਸੀ, ਨਹੀਂ ਤਾਂ ਗੁਰੂ ਜੀ ਆਪਣਾ ਸਭ ਕੁਝ ਬੋਲ ਕੇ ਰਿਕਾਰਡ ਕਰ ਦਿੰਦੇ ਤੇ ਕਾਗਜ਼ ਦੀ ਬਜਾਏ ਕੰਪਿਊਟਰ ਤੇ ਡਾਊਨਲੋਡ ਕਰ ਦਿੰਦੇ। ਨਵੀਆਂ ਕਿਰਤਾਂ ਪੁਜਾਰੀਵਾਦ, ਪਖੰਡਵਾਦ ਤੇ ਰਾਜਸੀ ਹੈਂਕੜਵਾਦ, ਭਾਈ ਭਤੀਜਾਵਾਦ, ਸ਼ਖਸੀ ਪੂਜਾਵਾਦ, ਜਾਤ ਪਾਤ, ਛੂਆ ਛਾਤਵਾਦ, ਅਮੀਰ ਗਰੀਬ, ਹੇਰਾ ਫੇਰੀਵਾਦ, ਬਦਮਾਸ਼ ਤੇ ਧੱਕੇਸ਼ਾਹੀਵਾਦ, ਬ੍ਰਾਹਮਣ ਮੁੱਲਾਂ ਤੇ ਜੋਗੀ ਆਦਿਕ ਪ੍ਰੋਤਵਾਦ, ਔਰਤ ਨਾ ਬਰਾਬਰੀਵਾਦ, ਕਰਾਮਾਤਾਂ ਤੇ ਮੰਤਰ ਆਦਿਕ ਮਨੌਤਾਂ, ਅੰਧ ਵਿਸ਼ਵਾਸਾਂ ਦੀ ਧੱਕੇਸ਼ਾਹੀ, ਧੌਂਸ ਵਿਰੁੱਧ ਨਿਧੜਕ ਹੋ ਆਵਾਜ਼ ਉਠਾਉਣਾ ਨਵੀਆਂ ਕਿਰਤਾਂ ਪਾਉਣਾ ਸੀ। ਅੱਜ ਵੀ ਭਾਵੇਂ ਡੇਰੇ ਟਕਸਾਲਾਂ ਤੇ ਮਿਸ਼ਨਰੀ ਕਾਲਜ ਹਨ, ਇੱਕ ਅੱਧ ਨੂੰ ਛੱਡ ਪੁਜਾਰੀ ਵਾਲਾ ਹੀ ਰੋਲ ਅਦਾ ਕਰ ਰਹੇ ਹਨ। ਪਾਠ, ਅਰਦਾਸਾਂ, ਕੀਰਤਨ, ਕਥਾ, ਢਾਡੀ ਵਾਰਾਂ, ਸਭ ਕੁਝ ਪਿਟਾਵਾਂ ਦੇ ਰੂਪ ਵਿੱਚ ਵਿਕ ਰਿਹਾ ਹੈ। ਗੁਰਦੁਆਰੇ ਪੈਸਾ ਕਮਾਉਣ ਤੇ ਰਾਜਨੀਤੀ ਦੇ ਚੌਧਰ ਦੇ ਅੱਡੇ ਬਣਾ ਦਿੱਤੇ ਗਏ ਹਨ। ਹਾਂਜੀ, ਸ਼ਬਦ ਗੁਰੂ ਗ੍ਰੰਥ ਸਾਹਿਬ ਕਿਸ ਨੂੰ ਸਿੱਖ ਤੇ ਕਿਸ ਨੂੰ ਅੰਮ੍ਰਿਤ ਕਹਿ ਰਹੇ ਹਨ, ਕਿਹੜੀ ਮਰਿਆਦਾ ਦਰਸਾ ਰਹੇ ਹਨ, ਆਦਿਕ ਸਭ ਉਪਦੇਸ਼ਾਂ ਨੂੰ ਸਿੱਕੇ ਟੰਗ ਆਪੋ ਆਪਣੀਆਂ ਮਰਿਆਦਾ ਭੇਕ ਤੇ ਅੰਮ੍ਰਿਤ ਬਣਾ ਲਏ ਗਏ ਹਨ। ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਪ੍ਰਚਾਰ ਕਰਨਾ ਹੀ ਨਵੀਆਂ ਕਿਰਤਾਂ ਹਨ। ਸਾਰੇ ਸੰਸਾਰ ਨੂੰ ਆਪਣਾ ਸਮਝ, ਸਭ ਨਾਲ ਪਿਆਰ ਸਤਿਕਾਰ ਤੇ ਪ੍ਰਚਾਰ ਕਰਨਾ ਨਵੀਆਂ ਕਿਰਤਾਂ ਹਨ। ਆਪਸੀ ਈਰਖਾ, ਖਹਿਬਾਜ਼ੀ, ਧੜੇਬਾਜ਼ੀ ਤੇ ਹੰਕਾਰ ਤਿਆਗ ਕੇ ਵਿਚਰਨਾ ਵੱਡੀ ਹੌਂਸਲੇ ਵਾਲੀ ਨਵੀਂ ਕਿਰਤ ਹੈ। ਹਾਂਜੀ, ਰਾਜ ਕਿਸੇ ਇੱਕ ਧੜੇਬੰਦੀ ਦੀ ਗੱਲ ਨਹੀਂ ਕਰ ਰਿਹਾ, ਸਗੋਂ ਗੁਰ ਉਪਦੇਸ਼ਾਂ ਦੀ ਕਰ ਰਿਹਾ ਹੈ। ਫਿਰ ਵੀ ਕੁਛ ਗਲਤ ਲਿਖਿਆ ਹੋ ਗਿਆ ਹੋਵੇ ਤਾਂ ਅਣਜਾਣ ਸਮਝ ਕੇ ਮੁਆਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਤਾਂ ਬੜੀ ਸਿੱਧੀ ਜਿਹੀ ਆ ਜੀ, ਉਹ ਤਾਂ ਹੁਣ ਜਿਹਦੇ ਆ ਉਹਨਾਂ ਦੀ ਬਸ, ਉੱਥੇ ਉਹਨਾਂ ਨੂੰ ਇਹ ਲੱਗਦਾ ਵੀ ਇੱਦਾਂ ਵਿਰੋਧ ਕਰ ਕਰਕੇ ਅਸੀਂ ਸ਼ਾਇਦ ਹੇਠੀ ਕਰ ਦੇਣੀ ਆ। ਹਾਂਜੀ, ਪਰ ਹੁਣ ਜਿਹੜੀਆਂ
ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਉਹਨੇ ਸਮਝ ਲਿਆ ਵੀ ਮੈਂ ਪਤਾ ਨੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਲਿਖਿਆ, ਵਿਰੁੱਧ ਨਹੀਂ ਲਿਖਿਆ, ਸ਼ਬਦ ਗੁਰੂ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਉਹੀ ਸਾਡਾ ਗਿਆਨ ਗੁਰੂ ਆ, ਪਰ ਉਸ ਵੇਲੇ ਅੱਜ ਵਰਗੇ ਸਾਧਨ ਨਹੀਂ ਸੀ ਹੈਗੇ। ਹੁਣ ਸਾਧਨ ਜਿਹੜੇ ਅੱਜ ਹੁਣ 21ਵੀਂ ਸਦੀ ਜਾ ਰਹੀ ਆ, ਆਪਾਂ 21ਵੀਂ ਸਦੀ ਨੂੰ ਪੱਥਰ ਯੁੱਗ ਦੇ ਨਾਲ ਕਿਸ ਤਰ੍ਹਾਂ ਮਿਲ ਦਾਂਗੇ? ਨਹੀਂ ਜੀ ਨਹੀਂ, ਨਾਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅੱਜ ਸਾਡੇ ਕੋਲ ਆ ਨਾ, ਇਹ ਪੰਜਵੇਂ ਪਾਤਸ਼ਾਹ ਦੇ ਵੇਲੇ ਇਸ ਹੋਂਦ ਵਿੱਚ ਆਇਆ, ਤੇ ਸਾਨੂੰ ਇਹ ਦੱਸਣਾ ਪੈਣਾ ਵੀ ਜਿਹੜਾ ਗੁਰੂ ਤੇ ਸਤਿਗੁਰੂ ਸ਼ਬਦ ਭਗਤ ਕਬੀਰ ਜੀ ਨੇ, ਭਗਤ ਰਵਿਦਾਸ ਜੀ ਨੇ, ਭਗਤ ਨਾਮਦੇਵ ਜੀ ਨੇ, ਈਵਨ ਪਹਿਲੀਆਂ ਚਾਰ ਪਾਤਸ਼ਾਹੀਆਂ ਨੇ ਵਰਤਿਆ, ਉਹਦੇ ਫਿਰ ਕੀ ਅਰਥ ਸੀਗੇ? ਗੁਰੂ ਦਾ ਗਿਆਨ ਦਾ ਸੋਮਾ ਹੈ ਉਹ ਜਿਹੜਾ ਜਿੱਦਾਂ ਹੁਣੇ ਕਹਿ ਰਹੇ ਆ ਵੀ ਗੁਰੂ ਨਾਨਕ ਦੇਵ ਜੀ ਦਾ ਧੁਰੋਂ ਗੁਰੂ ਲੈ ਕੇ ਬਣ ਕੇ ਆਏ ਆ ਰੱਬ ਨੂੰ ਮਿਲ ਕੇ, ਇਹ ਜਵਾਬ ਸਿੱਧਾ ਨੂੰ ਦੇਣੇ ਸੀ ਗੁਰੂ ਨਾਨਕ ਦੇਵ ਜੀ ਨੇ ਫਿਰ ਵੀ ਭਾਈ ਮੈਨੂੰ ਕਦੇ ਪੁੱਛਦੇ ਆ, ਮੈਂ ਤੁਹਾਨੂੰ ਪਤਾ ਨੀ ਮੈਂ ਰੱਬ ਨੂੰ ਮਿਲ ਕੇ ਆਇਆ? ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਕਿਤੇ ਵੀ ਰੱਬ ਨੀ ਕਹਾਇਆ, ਕਿਤੇ ਨੀ ਕਿਹਾ ਮੈਂ ਆਪਣਾ ਇਸ ਤਰ੍ਹਾਂ। ਇਹ ਤਾਂ ਉਹਨਾਂ ਦੀ ਬਾਣੀ ਤੋਂ ਸਾਨੂੰ ਪਤਾ ਲੱਗਦਾ ਨਾ, ਜੇ ਹੁਣ ਸੂਰਜ ਪ੍ਰਕਾਸ਼ ਪੜ੍ਹਨੇ ਆ ਜਾਂ ਨਾਲੇ ਦੇਖੋ ਦੂਜੇ ਤੀਜੇ ਚੌਥੇ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਲਈ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਤਿਕਾਰ ਆ ਉਹ ਇੰਨਾ ਹੀ ਥੋੜਾ ਹੋਊਗਾ ਵੀ ਜਿੱਥੇ ਵੀ ਆਉਂਦਾ ਕੱਲਾ ਨਾਨਕੇ ਸ਼ਬਦ ਵਰਤਦੇ, ਨਾਨਕ ਨੀਚ ਕਹੇ ਵਿਚਾਰ ਕਹੋ, ਨਾਨਕ ਸੁਣ ਰੇ ਮਨ। ਉਹਨੇ ਉੱਥੇ ਕਿਉਂ ਨੀ ਕਿਹਾ ਵੀ ਕਹੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਣ ਰੇ ਮਨ? ਨਾਲੇ ਜਿਹੜਾ ਗੁਰੂ ਜਿਹੜਾ ਸ਼ਬਦ ਗੁਰੂ ਹੈ ਨਾ ਉਹ ਤਾਂ ਸਦਾ ਸਦੀਵ ਹੈਗਾ, ਤਾਂਹੀਓ ਜਿੱਦਾਂ ਜੁਗੋ ਜੁਗਾ ਟੱਲ ਕਹਿੰਦੇ ਆ ਨਾ, ਤੇ ਗੁਰੂ ਸਾਹਿਬ ਨੇ ਇਸ਼ਾਰਾ ਵੀ ਦਿੱਤਾ ਗੁਰਬਾਣੀ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਨੇ ਰਿਹਾ ਸਮਾਜ। ਉਹ ਕਿਹੜਾ ਆ? ਕਿਉਂਕਿ ਜਦੋਂ ਸਦਾ ਸਦਾ ਸ਼ਬਦ ਆਉਂਦਾ ਕੀ ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ 1469 ਤੋਂ ਬਾਅਦ ਦੀ ਗੱਲ ਹੋ ਰਹੀ ਆ? ਨਹੀਂ ਨਹੀਂ ਉਹ ਸਦਾ ਤਾਂ ਸਦਾ ਹੀ ਆ, ਪਹਿਲਾਂ ਵੀ ਸੀ ਹੁਣ ਵੀ ਅੱਗੇ ਵੀ ਰਹੇਗਾ। ਹੁਣ ਇਹਨਾਂ ਨੂੰ ਇਹ ਤਾਂ ਪਤਾ ਨੀ, ਹੁਣ ਜਾਂ ਤਾਂ ਇੱਦਾਂ ਇਹਨਾਂ ਦੇ ਅੰਦਰ ਜਿਹਦੇ ਆ ਜਾਂ IQ ਲੈਵਲ ਇਹਨਾਂ ਦਾ ਇੰਨਾ ਇੰਨਾ ਛੋਟਾ ਆ ਵੀ ਉਹ ਚੀਜ਼ ਨੂੰ ਸਮਝ ਨਹੀਂ ਰਹੇ, ਨਹੀਂ ਤਾਂ ਨਾਲੇ ਆਉਣ ਵਾਲੀਆਂ 2-3 ਪੀੜ੍ਹੀਆਂ ਤੱਕ ਮੈਂ ਕਹਿੰਦਾ ਜੇ ਅਸੀਂ ਜ਼ੋਰ ਲਾ ਕੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਜਿੱਦਾਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਪੋਤੇ ਪੋਤੀਆਂ ਜੇ ਇਹਨਾਂ ਨੂੰ ਸਮਝਾ ਵੀ ਲੈਣਗੇ, ਇਹ ਜ਼ੋਰ ਲਾ ਕੇ ਮਨਾ ਵੀ ਲੈਣਗੇ, ਜਿਹੜੀਆਂ ਉਹਨਾਂ ਦੀਆਂ ਅਗਲੀਆਂ 2 ਪੀੜ੍ਹੀਆਂ ਹੋਣੀਆਂ ਉਦੋਂ ਤੱਕ ਗੱਲ ਕਿੱਥੇ ਜਾਣੀ ਆ ਫਿਰ? ਗੱਲ ਤਾਂ ਹੁਣ ਅੱਗੇ ਜਿਉਂ ਜਿਉਂ ਲੋਕਾਂ ਨੂੰ ਗਿਆਨ ਹੋਣਾ ਤਿਉਂ ਤਿਉਂ ਗੱਲ ਅੱਗੇ ਵਧਣੀ ਹੈਗੀ ਆ। ਹੁਣ ਦੇਖੋ ਗੁਰੂ ਸਾਹਿਬ ਨੇ ਸਾਨੂੰ ਮਟੀਰੀਅਲ ਨਾਲ ਥੋੜਾ ਜੋੜਿਆ, ਕਾਗਜ਼ ਹੈਗਾ, ਚਾਹੀ ਹੈਗੀ, ਦਵਾਤ ਹੈਗੀ ਆ ਜਾਂ ਰੁਮਾਲੇ ਹੈਗੇ, ਉਹ ਥੋੜੇ ਸਾਡੇ ਗੁਰੂ ਨੇ ਤਾਂ ਬਿਣਸਣ ਹਾਰ ਨੇ, ਇਹਨਾਂ ਨੇ ਸਮੇਂ ਦੇ ਨਾਲ ਜਿੰਨੀ ਉਹਨਾਂ ਦੀ ਮਨਿਆਦ ਉਹਦੇ ਨਾਲ ਇਹਨਾਂ ਨੇ ਬਿਣਸ ਜਾਣਾ। ਹੁਣ ਦੇਖੋ ਆ ਗਿਆਨੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰੀ ਜਾਂਦੇ ਆ, ਜਿਸ ਦੇਹ ਦਾ ਆਪਾਂ ਸਤਿਕਾਰ ਹੀ ਕਰ ਦਈਏ ਉਹ ਤਾਂ ਖਤਮ ਹੋ ਜਾਂਦੀ ਆ। ਸ਼ਬਦ ਦਾ ਨਾ ਪਾਣੀ ਚ ਡੁੱਬ ਸਕਦਾ, ਨਾ ਉਹਨੂੰ ਅੱਗ ਸਾੜ ਸਕਦੀ ਹੈ, ਨਾ ਉਹਨੂੰ ਕੋਈ ਚੋਰੀ ਕਰਕੇ ਲਿਜਾ ਸਕਦਾ। ਪਤਾ ਨੀ ਜੀ, ਬਹੁਤ ਦੁਬਤਾ ਪਾਈ ਹੋਈ ਹੈ ਨੀ ਆਪਣੇ ਆਪ ਦੇ ਅੰਦਰ ਵੀ ਤੇ ਬਾਕੀਆਂ ਦੇ ਲਈ ਵੀ ਜਾਣੀ। ਨਹੀਂ ਦੂਜਾ ਆਪਣਾ ਕਈ ਵਾਰੀ ਨਾ ਭੁਲੇਖਾ ਵੀ ਲੱਗ ਜਾਂਦਾ, ਬੜੇ ਚੀਜ਼ਾਂ ਸੂਝਵਾਨ ਅਸੀਂ ਸੁਣਦੇ ਰਹੇ ਹਾਂ, ਬਹੁਤ ਸੋਹਣੀ ਵਿਆਖਿਆ ਕਰਦੇ ਆ, ਕਈ ਵਾਰੀ
ਪਤਾ ਨਹੀਂ ਕੀ ਗੱਲ ਹੋ ਜਾਂਦੀ ਹੈ। ਨਹੀਂ ਮੈਨੂੰ ਲੱਗਦਾ ਪੰਜਾਬੀਆਂ ਦਾ ਸੁਭਾਅ ਆ ਜੀ, ਬਦਲੇ ਦੀ ਭਾਵਨਾ, ਜਿੱਦ ਜਿਹੜੀ ਵਿਰੋਧ ਆ ਉਹ ਸਾਰਾ ਕੁਝ ਨਾਲ ਚੱਲਦਾ ਆ ਲੈ ਕੇ, ਕਿਉਂਕਿ ਉਹਦੇ ਵਿੱਚ ਜਦੋਂ ਨਾ ਤੁਸੀਂ ਤੁਸੀਂ ਕਿਸੇ ਦੇ ਵਿਰੋਧ ਦੇ ਵਿੱਚ ਕੁਝ ਕਰਦੇ ਆ ਤੇ ਜਿਹੜਾ ਦਿਮਾਗ ਇਮੋਸ਼ਨ ਆ ਉਹ ਸਟਰੋਂਗ ਹੁੰਦੇ ਆ ਤੇ ਤੁਹਾਡਾ ਬ੍ਰੇਨ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਡੈਡ ਹੋਇਆ ਹੁੰਦਾ, ਉਹ ਕੰਮ ਨਹੀਂ ਕਰ ਰਿਹਾ ਹੁੰਦਾ। ਹੁਣ ਇਹਨਾਂ ਦਾ ਮਤਲਬ ਜਾਂ ਜਿਹੜੇ ਵੀ ਸੋਚਦੇ ਹੋਣਗੇ ਵੀ ਫੇਰ ਸਿੱਖ ਮੱਥਾ ਕਿਵੇਂ ਟੇਕਣਗੇ ਜੇ ਇੰਟਰਨੈਟ ਤੇ ਦੂਜਾ ਆ ਗਿਆ। ਹਾਂਜੀ, ਤੇ ਜੇ ਤੁਸੀਂ ਕਾਗਜ਼ਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਕਦੇ ਤੇ ਕੰਪਿਊਟਰ ਵਾਲੇ ਨੂੰ ਕਿਉਂ ਨੀ ਟੇਕ ਸਕਦੇ? ਨਹੀਂ ਫਿਰ ਤਾਂ ਦੇਖੋ ਗੱਲ ਤਾਂ ਉਹ ਤਾਂ ਇੱਕੋ, ਨਾਲੇ ਜਦੋਂ ਸ਼ਬਦ ਗੁਰੂ ਦੀ ਗੱਲ ਕਰਦੇ ਆ ਫਿਰ ਪੇਪਰ ਤੇ ਕਿਉਂ ਆ ਉਹ ਜਿਹੜਾ 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 ਲਿਖਿਆ ਆ ਜਿਹੜਾ ਅੱਖਰਾਂ ਦਾ ਜੋੜ ਆ ਉਹ ਤਾਂ ਸਾਨੂੰ ਮਤਲਬ ਜਿਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ ਸਾਨੂੰ ਗਿਆਨ ਮਿਲ ਰਿਹਾ ਹੈਗਾ ਬਸ, ਤੇ ਉਹ ਤਾਂ ਉਹਦੇ ਥਰੂ ਹੈਗਾ ਭਾਈ ਕਾਹਨ ਸਿੰਘ ਨਾਭਾ ਨੇ ਇਹਦਾ ਅਰਥ ਕੀਤਾ ਹੈਗਾ, ਇਹ ਤਾਂ ਸਾਡਾ ਵਸੀਲਾ ਹੈ ਇਹਦੇ ਦੁਆਰਾ, ਗੁਰਦੁਆਰੇ ਦਾ ਵੀ ਅਰਥ ਹੈ ਨਾ ਗੁਰੂ ਦੁਆਰਾ, ਉਹਦੇ ਰਾਹੀਂ ਸਾਡੇ ਕੋਲ ਗਿਆਨ ਆ ਗਿਆ ਤੇ ਇਹ ਤਾਂ ਹੁਣ ਅੱਗੇ ਜਿਉਂ ਜਿਉਂ ਜ਼ਮਾਨਾ ਬਦਲ ਜਿਆ ਹੁਣ ਪਿਛਲੀਆਂ ਸਾਰੀਆਂ ਗੱਲਾਂ ਅਸੀਂ ਰੱਖਣੀਆਂ ਹੈ ਤੇ ਫਿਰ ਤੁਸੀਂ ਭਾਈ ਘੋੜਿਆਂ ਤੇ ਸਵਾਰੀ ਕਰੋ, ਜਹਾਜ਼ਾਂ ਤੇ ਤਾਂ ਆ ਹੀ ਨੀ ਸਕਦੇ, ਘੋੜਿਆਂ ਤੇ ਚਲੋ, ਹਾਥੀਆਂ ਤੇ ਚਲੋ, ਬੈਲ ਗੱਡੀਆਂ ਦੀ ਸਵਾਰੀ ਕਰੋ, ਜਹਾਜ਼ ਕਾਹਦੇ ਵਾਸਤੇ ਵਰਤ ਰਹੇ ਹੋ ਤੁਸੀਂ? ਹੁਣ ਉਸ ਵੇਲੇ ਤਾਂ ਸਿਰਫ ਚੋਲੇ ਪਾਉਂਦੇ ਸੀ ਜਾਂ ਥੋੜਾ ਬਹੁਤਾ ਲਿਬਾਸ ਸਾਦੇ ਲਿਬਾਸ ਹੁੰਦੇ ਸੀ, ਹੁਣ ਤੁਸੀਂ ਪੈਂਟਾਂ ਕਮੀਜ਼ਾਂ ਪਾਉਣੇ, ਪੋਤਵੀਆਂ ਪੱਗਾਂ ਬੰਨਦੇ ਆ, ਹੋਰ ਕਈ ਕੋਈ ਸਾਜੋ ਸਮਾਨ ਵਰਤਦੇ ਆ, ਉਦੋਂ ਤਾਂ ਲੋਕ ਲੱਸੀ ਨਾਲ ਨਹਾ ਲੈਂਦੇ ਸੀ, ਕਈ ਵੱਖ ਵੱਖ ਤਰ੍ਹਾਂ ਦੇ ਸਾਬਣ ਕੇ ਵਰਤਦੇ ਆ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ, ਉਹ ਤਾਂ ਸਾਰੇ ਸਾਰੇ ਢੇਰ ਸਾਰੇ ਸਵਾਲ ਇਕੱਠੇ ਹੋਣੇ ਆ ਜਦੋਂ ਟਾਈਮ ਆਉਣਾ। ਫਿਰ ਗੱਲ ਤਾਂ ਗਿਆਨ ਦੀ ਹੈਗੀ ਹੈ ਨਾ, ਜਿਹੜਾ ਗਿਆਨ ਨਾਲ ਮੇਲਾ ਹੋਏ, ਨਾ ਗਿਆਨ ਕਦੇ ਮੈਲਾ ਹੁੰਦਾ ਨਾ ਖਤਮ ਹੁੰਦਾ, ਨਾ ਇਹਨੂੰ ਕੁਛ ਖਤਮ ਕਰ ਸਕਦਾ, ਇਹ ਤਾਂ ਸਦਾ ਹੀ ਰਹਿੰਦਾ ਹੈ ਤੇ ਇਹਨੇ ਅੱਗੇ ਗਾਂਹ ਦੀ ਗਾਂਹ ਸਾਡੇ ਦਿਮਾਗ ਖੋਲਦਾ। ਦੇਖੋ ਜੀ, ਇੱਕ ਕੰਮ ਕਰ ਸਕਦੇ ਆ ਇਹ ਸਾਡੇ ਵਿਦਵਾਨ ਜਿਹੜੇ, ਇਹਨਾਂ ਕੋਲ ਟਾਈਮ ਵੀ ਹੈਗਾ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾ ਜਿੰਨੀਆਂ ਪੰਕਤੀਆਂ ਗੁਰੂ ਤੇ ਸਤਿਗੁਰੂ ਲਈ ਆਈਆਂ ਆ, ਉਹਨਾਂ ਸਾਰੀਆਂ ਨੂੰ ਕੱਢ ਕੇ ਇੱਕ ਪਾਸੇ ਲਿਖ ਕੇ ਫਿਰ ਕਿਸੇ ਜਿਹੜਾ ਕੋਈ ਨਿਊਟਰਲ ਬੰਦਾ ਆ ਉਹਨੂੰ ਪੁੱਛਣ ਵੀ ਇਹ ਪੰਕਤੀਆਂ ਦੇ ਇਹ ਅਰਥ ਆ, ਇਹ ਦੱਸੋ ਵੀ ਇਹ ਦੇਹ ਲਈ ਆ ਜਾਂ ਗਿਆਨ ਲਈ ਆ। ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਵੀ ਸ਼ਬਦ ਆਏ ਆ ਨਾ ਉਹ ਸਾਰੇ ਗਿਆਨ ਵਾਸਤੇ ਹੈਗੇ, ਬਸ ਉਹ ਆਪੇ ਕਲੀਅਰ ਹੋ ਜਾਣਾ, ਇਹਨਾਂ ਨੂੰ ਕੋਈ ਜਿੱਦ ਕਰਨੀ ਨੀ ਪੈਣੀ, ਕੋਈ ਹੋਰ ਸਾਡੇ ਸਿਰ ਇਹ ਚੀਜ਼ ਮੜ ਕੇ ਚਲਾ ਗਿਆ ਵੀ ਉਹ ਜਿਹੜੇ ਕਿਉਂਕਿ ਜਿਹੜਾ ਨਾ ਰਵਿਦਾਸੀਆਂ ਦੇ ਨਾਲ ਭਗਤ ਰਵਿਦਾਸ ਜੀ ਦੇ ਸੰਬੰਧ ਵਿੱਚ ਜਿਹੜਾ ਭਗਤ ਰਵਿਦਾਸ ਜੀ ਨੂੰ ਸਤਿਗੁਰੂ ਕਹਿਣ ਦਾ ਝਗੜਾ ਪਿਆ ਆ ਸਾਡਾ, ਹਾਂਜੀ, ਉਹ ਵੀ ਉਸੇ ਦਾ ਪਵਾਇਆ ਹੋਇਆ ਆ, ਜਿਨ ਦਸਾਂ ਦੇਹਾਂ ਦੇ ਨਾਲ ਗੁਰੂ ਲਾ ਕੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜਾ ਗੁਰੂ ਸ਼ਬਦ ਆ ਉਹਨਾਂ ਦੇ ਲਈ ਲਾ ਦਿੱਤਾ। ਅੱਜ ਜਦੋਂ ਕਿਸੇ ਨੇ ਆਪਣੇ ਵੱਡੇ ਵਡੇਰੇ ਦੇ ਨਾਂ ਨਾਲ ਬ੍ਰਹਮ ਗਿਆਨੀ ਲਿਖ ਕੇ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਉਹ ਤੇ ਟਕਾਈਆਂ, ਉਹ ਸਾਨੂੰ ਬੁਰੀਆਂ ਲੱਗ ਰਹੀਆਂ। ਹੁਣ ਸਰਸੇ ਵਾਲਾ ਜਦੋਂ ਆਪਣੇ ਉੱਤੇ ਪੰਕਤੀ ਲਾਉਂਦਾ ਸਾਨੂੰ ਬੁਰੀ ਲੱਗ ਰਹੀ ਆ। ਗੁਰੂ ਗ੍ਰੰਥ ਦੇ ਵਿੱਚ ਜਿੰਨੇ ਮਹਾਂਪੁਰਖਾਂ 35 ਮਹਾਂਪੁਰਖਾਂ ਦੀ ਜਿਹੜੀ ਬਾਣੀ ਆ ਸਾਰੇ ਬਰਾਬਰ ਨੇ, ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਤੇ ਜੇ ਉਹਨਾਂ ਦੇ ਵਿੱਚ ਹੁੰਦਾ ਤੇ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਨਾਲ ਕਲਾਵੇ ਚ ਲੈਂਦੇ ਕਿਉਂ? ਬਸ ਉਹ ਹੁਣ ਅਸੀਂ ਤਾਂ ਕਹਿ ਰਹੇ ਹਾਂ ਪਰ ਸਾਡੀ ਪ੍ਰੈਕਟੀਕਲਿਟੀ ਨੀ ਕਹਿ ਰਹੀ, ਪ੍ਰੈਕਟੀਕਲਿਟੀ ਸਾਡੀ ਇਹ ਕਹਿੰਦੀ ਆ ਵੀ ਅਸੀਂ ਦਸਾਂ ਆਪਣੇ ਜਿਹੜੇ 10 ਸਾਡੇ ਹੋਏ ਆ ਉਹਨਾਂ ਨੂੰ ਗੁਰੂ ਕਹਿਣ ਲੱਗ ਪਏ ਆ ਤੇ ਮੁੜ ਕੇ ਗੁਰਬਾਣੀ ਦੇ ਵਿੱਚ ਅਸੀਂ ਪੰਕਤੀ ਚੱਕ ਲਈ ਆ ਭਈ ਗੁਰ ਪਰਮੇਸ਼ਰ ਨਾ ਹੀ ਭੇਦ। ਹਾਂਜੀ ਭਈ ਦੇਖੋ ਜੀ ਸਾਡੇ ਗੁਰੂ, ਫਿਰ ਅਗਲਿਆਂ ਨੂੰ ਇਹ ਲੱਗਦਾ ਸਾਡੇ ਭਗਤ ਤੇ ਤੁਹਾਡੇ ਗੁਰੂ।
ਤਾਹੀਓ ਹੁਣ ਉਹ ਫਿਰ ਉਹਨਾਂ ਦੇ ਵਿੱਚ ਕਿੰਨਾ ਕਹਿੰਦਾ ਆਪਾਂ ਜਿਹੜਾ ਕਹੀ ਜਾਂਦੇ ਹਾਂ ਦਸਾਂ ਪਾਤਸ਼ਾਹ ਜੋਤ, ਜਦ ਕਿ ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਖਾਂ ਦੀ ਜੋਤ ਆ, ਦਸਾਂ ਗੁਰੂਆਂ ਦੀ ਜੋਤ ਨੀ, ਦਸਾਂ ਚੋਂ ਛਿਆਂ ਦੀ ਗੁਰਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਹਾਂ ਨਹੀਂ ਬਸ ਮੈਂ ਤਾਂ ਇਹ ਅਰਦਾਸ ਕਰਦਾ ਹੁੰਦਾ ਗੁਰੂਆਂ ਭਗਤਾਂ ਦੀ ਆਤਮ ਜੋਤ, ਕੱਲੇ ਗੁਰੂਆਂ ਦੀ ਜੋਤ ਨੀ, ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਖਾਂ ਦੀ ਜੋਤ ਆ। ਇਹ ਗੱਲ ਕਹੋਗੇ ਤੇ ਸਾਰੇ ਕਲਾਵੇ ਚ ਆ ਜਾਂਦੇ, ਸਾਰੇ ਕਿਸੇ ਨਾਲ ਨਫ਼ਰਤ ਨੀ ਹੁੰਦੀ ਤੇ ਸਾਰੇ ਆਪਣੇ ਆਪ ਨੂੰ ਸਨਮਾਨ ਚ ਸਮਝਦੇ ਆ। ਹੋਣਾ ਵੀ ਇਦਾਂ ਹੀ ਆ ਜੀ, ਤਾਂ ਹੀ ਗੱਲ ਸੈਂਸ ਵੀ ਇਹੀ ਬਣਦੀ ਆ, ਗੁਰੂ ਸਾਹਿਬ ਦੇ ਕਹੇ ਹੋਏ ਨੂੰ ਛੋਟਾ ਕਰ ਰਹੇ ਆ ਅਸੀਂ ਜਿਦਾਂ ਅਸੀਂ ਕਰਦੇ ਆ। ਚਲੋ ਮੈਨੂੰ ਤਾਂ ਜਿੰਨੀ ਦਾ ਗੁਰੂ ਸਾਹਿਬ ਨੇ ਸਮਾਤ ਬਖਸ਼ੀ ਮੈਂ ਉਸ ਹਿਸਾਬ ਦੇ ਨਾਲ ਲਿਖਿਆ, ਜੇ ਮੈਂ ਕੋਈ ਗਲਤ ਲਿਖਿਆ ਤੇ ਮੈਂ ਕਿੰਨਾ ਮੰਗਾ। ਨਹੀਂ ਜੀ ਨਹੀਂ ਠੀਕ ਆ, ਚਲੋ ਉਹਨਾਂ ਦੇ ਲਈ ਤਾਂ ਉਹ ਤਾਂ ਆਪੇ ਹੀ ਦੱਸ ਸਕਦੇ ਉਹਦੇ ਬਾਰੇ। ਠੀਕ ਆ ਜੀ ਠੀਕ ਆ, ਚਲੋ ਠੀਕ ਆ। ਤੁਸੀਂ ਆਪਣਾ ਅੱਜ ਭਾਈ ਸਾਹਿਬ ਵੀ ਆਏ ਹੋਏ ਇੱਥੇ। ਹਾਂਜੀ ਹਾਂਜੀ ਹਾਂਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਨਾਲ ਵਟਸਐਪ ਦੇ ਉੱਤੇ ਇੱਕ ਸਰੋਤੇ ਆ ਜੀ। ਹਾਂਜੀ ਵਟਸਐਪ ਤੇ ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਤੁਸੀਂ ਆਉਣੇ ਰਹੋ ਜੀ। ਹੋਰ ਠੀਕ ਆ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂ ਭਾਈ ਠੀਕ ਠਾਕ ਜੀ? ਹਾਂਜੀ ਬਹੁਤ ਵਧੀਆ ਜੀ। ਅੱਜ ਇੱਕ ਵੀਡੀਓ ਦੇਖੀ ਸੀ, ਉੱਥੇ ਦੁਕਾਨਾਂ ਦੇ ਵਿੱਚ ਖਾਲ ਪਾਇਆ, ਸਭ ਲੱਗਣੇ ਜਾ ਕੇ ਵੀਡੀਓ ਬਣਾ ਬਣਾ ਪਾਉਂਦੇ ਆ, ਪੁਲਿਸ ਆ ਗਈ, ਇਹ ਹੋ ਗਿਆ, ਉਹ ਹੋ ਗਿਆ, ਸਿੰਘਾਂ ਅਰੈਸਟ ਕਰਨਾ। ਸਿੰਘ ਤੁਸੀਂ ਨਾਂ ਕਿਉਂ ਖਰਾਬ ਕਰੀ ਜਾਂਦੇ ਹੋ, ਹੋਰਾਂ ਦਾ ਵੀ ਨਾਂ ਖਰਾਬ ਕਰ ਰਹੇ ਹੋ, ਸਿੰਘ ਕਿਹੜੇ ਸਿੰਘ ਹੋ ਤੁਸੀਂ? ਇਹ ਕੰਮ ਕਰਨ ਵਾਲੇ ਸਿੰਘ ਹੁੰਦੇ ਆ, ਇਹਨਾਂ ਨੂੰ ਕੋਈ ਪੁੱਛੇ ਤਾਂ ਨਹੀਂ। ਉਹ ਜੀ ਆਪਣੀ ਨਾ ਆਪਣੇ ਖਿਆਲਾਂ ਦੇ ਵਿੱਚ ਇਹ ਲੋਕ ਇੱਕ ਭਰਮ ਪਾਲ ਕੇ ਬੈਠੇ ਆ ਵੀ ਅਸੀਂ ਕਰਤਾ ਧਰਤਾ ਆ ਸਿੱਖ ਕੌਮ ਦੇ। ਹੁਣ ਇਹੀ ਤਾਂ ਜੀ ਭਰਮ ਇਹਨਾਂ ਪੈਣਾ, ਕਿਸੇ ਟਾਈਮ ਕਿਸੇ ਅੱਤ ਚੱਕ, ਕਹਿੰਦੇ ਅੱਤ ਤੇ ਖੁਦਾ ਦਾ ਬੈਰ ਹੁੰਦਾ, ਇਹਨਾਂ ਨੇ ਇੰਨੀ ਅੱਤ ਚੱਕ ਲਈ ਆ, ਇਹਨਾਂ ਦਾ ਬਹੁਤ ਛੇਤੀ ਮਾੜਾ ਹਾਲ ਹੋਣਾ। ਉਹ ਟੁੱਟ ਰਿਹਾ ਭਰਮ, ਹੁਣ ਟੁੱਟ ਰਿਹਾ, ਹੁਣ ਚੱਲ ਨੀ ਹੋ ਰਿਹਾ ਉਹਨਾਂ ਤੋਂ, ਠੀਕ ਆ। ਹੁਣ ਤਾਂ ਜਾਨ ਨਿਕਲਦੀ ਉਹਨਾਂ ਦੀ, ਗਏ ਅਸੀਂ ਤਾਂ ਜੇ ਏਦਾਂ ਹੋ ਗਿਆ। ਕਿੰਨਾ ਚਿਰ ਦੁਨੀਆ ਠਾਕਰ ਸਿੰਘ ਵਰਗਿਆਂ ਦੀਆਂ ਗੱਪਾਂ ਸੁਣੀ ਜਾਊਗੀ, ਕਿੰਨਾ ਚਿਰ ਜਿਹੜੀ ਗੁਰਬਚਨ ਸਿੰਘ ਦੀਆਂ ਗੱਪਾਂ ਸੁਣੀ ਜਾਊਗੀ? ਗੱਲ ਤਾਂ ਇਹੀ ਹੈ ਭਾਜੀ, ਵੀ ਕੱਲ ਵੀਡੀਓ ਭਾਈ ਸਾਹਿਬ ਨੇ ਪਾਈ ਸੀ ਵੀ ਤੁਸੀਂ ਸਾਨੂੰ ਬੰਦ ਟੀਮੇ ਲਈ, ਵੀ ਤੂੰ ਬੁੱਝਦਾ ਕਹਿਣਾ ਤਾਂ ਕੀ ਹੈ, ਤੂੰ ਉਹੀ ਕਹਿ ਦੇ। ਭਾਈ ਸਾਹਿਬ ਨੇ ਕਿਹਾ ਵੀ ਤੂੰ ਕਹਿ ਭਾਈ ਸੁਣ ਕੇ ਆਓ, ਤੂੰ ਬਸ ਆਹੀ ਤਾਂ ਗੱਲ ਆ, ਇੰਨੇ ਜੋਗੇ ਹੁੰਦੇ ਤਾਂ ਘਟੀਆ ਕੰਮ ਕਰਾਉਂਦੇ ਹੋ, ਕਿਉਂ ਗੁਰਦੁਆਰਿਆਂ ਦੇ ਵਿੱਚ ਤੁਸੀਂ ਫਿਰ ਕਹਿੰਦੇ ਆ ਗੁਰੂ ਘਰ ਲੜਦੇ ਲੜਾਈ ਕਰਨਾ ਗੁਰੂ ਘਰ ਵੀ ਸਰਦਾ ਲੈ ਕੇ ਜਾਂਦੇ ਆ, ਤੁਸੀਂ ਉੱਥੇ ਜਾ ਕੇ ਆ ਕੰਮ ਕਰਦੇ ਹੋ। ਚਲੋ ਠੀਕ ਆ ਭਾਜੀ, ਚਲੋ ਜੀ, ਥੈਂਕ ਯੂ ਥੈਂਕ ਯੂ ਜੀ ਥੈਂਕ ਯੂ। ਨਹੀਂ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ, ਉਹ ਉੱਥੇ ਲਾਈਵ ਦੇਖੀਆਂ ਵੀਡੀਓ ਇੱਕ ਦੋ ਅਸੀਂ ਪ੍ਰੋਗਰਾਮ ਕਰਦਿਆਂ ਕਰਦਿਆਂ ਨੇ। ਹਾਂਜੀ ਅਤੇ ਉੱਥੇ ਹਾਂ ਨਹੀਂ ਮਤਲਬ ਪਤਾ ਤਾਂ ਲੱਗ ਰਿਹਾ ਨਾ, ਹੈ ਨਾ ਵੀ ਕੀ ਹੋ ਰਿਹਾ ਆ, ਠੀਕ ਆ ਵੀ। ਚਲੋ ਜੀ ਉਹਨਾਂ ਦੀ ਉਹ ਆਪਣੀ ਜੋ ਵੀ ਉਹ ਪ੍ਰਾਪਤ ਕਰਨਾ ਚਾਹੁੰਦੇ ਆ, ਹੈ ਨਾ, ਉਹ ਉਹਦੇ ਲਈ ਜਵਾਬਦੇਹ ਵੀ ਹੋਣਗੇ ਅਤੇ ਕਰ ਸਕਦੇ ਆ ਉਹ ਜਿਹੜੇ ਸਿੱਟੇ ਆ
ਜੋ ਵੀ ਨਿਕਲਣਗੇ ਇਹਨਾਂ ਗੱਲਾਂ ਦੇ, ਉਹਦੀ ਜਵਾਬਦੇਹੀ ਉਹਨਾਂ ਨੂੰ ਕਰਨੀ ਪਊਗੀ, ਅਤੇ ਜੋ ਆਪਣਾ ਜਿਹਨੂੰ ਬਚਾਉਣਾ ਆ ਉਹ ਬਚਾ ਸਕਦੇ ਆ, ਜੋ ਗੁਆਉਣਾ। ਇਹਦੇ ਨਾਲ ਇੱਦਾਂ ਹੁੰਦਾ ਧੱਕੇ ਦੇ ਨਾਲ ਜਿਹੜਾ ਹੈ ਨਾ ਉਹ ਕਿਸੇ ਨੂੰ, ਇੱਥੇ ਮੈਂ ਪੜ੍ਹਦਾ ਸੀ ਕਪੂਰ ਨੇ ਲਿਖਿਆ ਸੀ, ਉਹ ਕਹਿੰਦਾ ਜਦੋਂ ਨਾ ਤੁਸੀਂ ਧਿਆਨ ਨਾਲ ਸੁਣਨ ਲੱਗ ਪੈਂਦੇ ਆ ਤੁਹਾਨੂੰ ਸੁਣਨਾ ਆ ਜਾਂਦਾ ਹੈ ਨਾ, ਫਿਰ ਲੋਕ ਤੁਹਾਨੂੰ ਵੀ ਸੁਣਨ ਲੱਗ ਪੈਂਦੇ ਆ। ਠੀਕ ਹੈ ਠੀਕ ਹੈ, ਸਾਨੂੰ ਸੁਣਨਾ ਨਹੀਂ ਆ ਰਿਹਾ, ਬਸ ਪ੍ਰੋਬਲਮ ਹੀ ਇੱਥੇ। ਠੀਕ ਹੈ, ਅਸੀਂ 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 ਆਪਣੇ ਫੈਸਲੇ ਥੋਪਦੇ, ਹੁਣ ਟਕਸਾਲੀਆਂ ਨੂੰ ਕੀ ਹੋ ਰਿਹਾ ਹੈ, ਜਿਹੜੇ ਉਹਨਾਂ ਦੇ ਆਪਣੇ ਆਪਣੀਆਂ ਮਨੌਤਾਂ ਆ ਉਹ ਤੇ ਆਧਾਰਿਤ ਫੈਸਲੇ ਬਣਾ ਕੇ ਥੋਪਣਾ ਚਾਹੁੰਦੇ ਆ। ਠੀਕ ਹੈ, ਜਿਹੜੇ ਇਹਨਾਂ ਦੇ ਬਹੁਤ ਸਿਆਣੇ ਬੰਦੇ ਆ ਟਕਸਾਲੀਆਂ ਦੇ, ਸਿਆਣੇ ਕਿਉਂ, ਜਦੋਂ ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਦੇਖ ਲਓ ਤਾਂ ਹਨਾ, ਜਿਹੜੇ ਜਿਹੜੇ ਸਾਡੇ ਸਿਆਣੇ ਵੀ ਕਹਾਉਂਦੇ ਆ ਉਹ ਵੀ ਉਹੀ ਗੱਲਾਂ ਨੂੰ ਲੈ ਲੈ ਕੇ, ਜਿਸ ਤਰੀਕੇ ਨਾਲ ਠਾਕੁਰ ਸਿੰਘ ਕਹਿ ਰਿਹਾ ਆ ਹਨਾ, ਵੀ ਦੇਖੋ ਸਾਧਸੰਗਤ ਜੀ ਵੀ ਗੁਰੂ ਇੰਨਾ ਮਹਾਨ ਆ, ਪਰ ਇਹ ਇੱਦਾਂ ਕਹੀ ਜਾਂਦੇ ਆ ਹਨਾ, ਉੱਦਾਂ ਹੀ ਪ੍ਰੋਫੈਸਰ ਦਰਸ਼ਨ ਸਿੰਘ ਕਹਿ ਰਿਹਾ ਹਨਾ। ਹੁਣ ਇਹਦੇ ਉੱਤੇ ਸੈਂਕੜੇ ਸਵਾਲ ਗਾਹਾਂ ਤੋਂ ਗਾਹਾਂ ਹੋਣੇ ਆ ਭਾਈ, ਵੀ ਜੇ ਗੁਰਬਾਣੀ ਦੇ ਵਿੱਚ ਜਿਹੜਾ ਸ਼ਬਦ ਆ ਨਾ, ਜਿਹੜਾ ਗੁਰ ਪਰਮੇਸ਼ਰ ਇੱਕੋ ਜਾਣ ਵੀ ਆ ਹਨਾ, ਵੀ ਆ ਪੰਕਤੀ ਜਿਹੜੀ ਅਵਤਾਰ ਸਿੰਘ ਨੇ ਵੀ ਸੁਣਾਈ ਸੀਗੀ ਵੀ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਬਿਨਾਸ਼ੀ ਪੁਰਖ ਹੈ ਸਭ ਮੇ ਰਹਿ ਸਮਾਏ। ਹੁਣ ਉਹ ਪੰਕਤੀ ਦੇ ਅਰਥ ਜਦੋਂ ਤੁਸੀਂ ਕਿਸੇ ਨੂੰ ਇਹ ਕਹੋਗੇ ਭਾ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਹ ਲਿਖਿਆ ਆ, ਇੰਨੇ ਮਹਾਨ ਆ ਸਾਡੇ ਗੁਰੂ ਜੀ, ਠੀਕ ਆ, ਤੇ ਇਹ ਜਿਹੜੀ ਪੰਕਤੀ ਆ ਵੀ ਸਤਿਗੁਰ ਮੇਰਾ ਸਦਾ ਸਦਾ, ਇਹ ਗੁਰੂ ਗ੍ਰੰਥ ਸਾਹਿਬ ਦੇ ਲਈ ਆ, ਇਹ ਗੁਰੂ ਗ੍ਰੰਥ ਸਾਹਿਬ ਸਦਾ। ਹੁਣ ਉੱਥੋਂ ਸਤਿਗੁਰੂ ਸ਼ਬਦ ਕੱਢ ਦਿਓ, ਪੰਕਤੀ ਨੂੰ ਇੱਦਾਂ ਪੜੋ ਵੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਸਦਾ ਨਾ ਆਵੇ ਨਾ ਜਾਏ, ਠੀਕ ਆ, ਇਹ ਅਵਿਨਾਸ਼ੀ ਗੁਰੂ ਗ੍ਰੰਥ ਸਾਹਿਬ ਅਵਿਨਾਸ਼ੀ ਪੁਰਖ ਹੈ ਸਭ ਮੇ ਰਹਿ ਸਮਾਏ। ਕਰੋ ਤਾਂ ਅਰਥ ਇਹਦੇ, ਫਿਰ ਕਿੱਦਾਂ ਸਾਬਤ ਕਰੂੰਗੇ ਦੁਨੀਆ ਨੂੰ ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਅਪ੍ਰਕਾਸ਼ਮਾਨ ਹੋਏ ਹੋ ਆ, ਜਿਹੜੀਆਂ ਅਸੀਂ 40 ਬੀੜਾਂ ਕੰਟੇਨਰ ਚ ਲੈ ਕੇ ਆਏ ਹਾਂ, ਜਿਹਨਾਂ ਨੂੰ ਜਿਹੜੀ ਮੋਰ ਲਈ ਸੀ ਸਾਰੇ ਉੱਤੇ ਚੌਰ ਹੁੰਦੀ ਸੀ, ਬਾਕੀ ਤਿੰਨ ਤਿੰਨ ਚਾਰ ਚਾਰ ਰੱਖ ਕੇ ਰਾਤ ਨੂੰ ਜਦੋਂ ਸੁਖਾਸਣ ਕਰੀਦਾ, ਇੱਕ ਨੂੰ ਦਰਬਾਰ ਸਾਹਿਬ ਦੇ ਵਿੱਚ, ਇੱਕ ਨੂੰ ਤਾਂ ਲਿਆਉਣ ਨੂੰ 150-200 ਜਣਾ ਹੁੰਦਾ, ਪਾਲਕੀ ਵਿੱਚ ਰੱਖ ਕੇ ਲਿਆਈਦਾ, ਜਿਹੜੀ ਬਾਕੀ 250 ਆ ਜਿਹੜੇ ਸਹਿਜ ਪਾਠ ਤੇ ਅਖੰਡ ਪਾਠ ਚੱਲਦੇ ਆ, ਉਹ ਫਿਰ ਏਦਾਂ ਅਲਮਾਰੀ ਚ ਰੱਖੇ ਹੁੰਦੇ ਆ ਅਸੀਂ ਹਨਾ। ਇਹ ਅਵਿਨਾਸ਼ੀ ਪੁਰਖ ਹੈ ਸਭ ਮੇਰਾ ਹੈ ਸਮਾਏ, ਕਰੋ ਤਾਂ ਅਰਥ ਭਾਈ। ਉਹ ਸਤਿਗੁਰੂ ਜਿਹੜਾ ਹੈ ਨਾ ਉਹ ਕੁਛ ਹੋ ਰਿਹਾ, ਜਿਹਨੂੰ 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 ਨਾਨਕ ਕਹਿੰਦੇ ਆ ਨਾ, ਜਿਹਨੂੰ ਜਦੋਂ ਸਿੱਧ ਪੁੱਛਦੇ ਆ ਵੀ ਭਾਈ ਤੇਰਾ ਗੁਰੂ ਕੌਣ ਆ, ਜਦੋਂ ਉਹ ਕਹਿੰਦੇ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹ ਕੁਛ ਹੋ ਰਿਹਾ, ਉਹ ਇਹ ਨਹੀਂ ਹੈਗਾ। ਠੀਕ ਆ, ਉਹ ਕਬੂਲੋ ਚਾਹੇ ਨਾ ਕਬੂਲੋ। ਠੀਕ ਆ ਜੀ, ਆਪਾਂ ਇੱਕ ਵੀਡੀਓ ਹੈਗੀ ਆ, ਜਿਹੜੇ ਵੀਰ ਉੱਧਰੋਂ ਦੀਵਾਨ ਜਿਹੜਾ ਭਾਈ ਰਣਜੀਤ ਸਿੰਘ ਹੁਣਾਂ ਦਾ ਸ਼ੁਰੂ ਨਹੀਂ ਹੋਇਆ, ਉੱਥੋਂ ਕੋਈ ਉਹਨਾਂ ਦਾ ਜਿਹੜੀ MP ਵਾਲਿਆਂ ਨੇ ਜਿਹੜਾ ਕਰਨਾ ਹੁੰਦਾ ਉਹਦਾ ਤਾਂ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਠੀਕ ਹੈ, ਵੀ ਅਜੇ ਇੱਕ ਦੋ ਜਗ੍ਹਾ 'ਤੇ ਹੋਰ ਲਾਈਵ ਹੋਇਓ ਆ ਕੋਈ ਹਨਾ, ਅਤੇ ਉਹ ਅਸੀਂ ਵੀ ਇੱਥੋਂ ਲਾ ਕੇ ਦੇਖ ਲਿਆ ਸੀ, ਥੋੜ੍ਹਾ ਵਿੱਚ ਵਿੱਚ ਦੇਖ ਲਈਦਾ ਆ, ਆਵਾਜ਼ ਤਾਂ ਨਹੀਂ ਸਾਨੂੰ ਸੁਣ ਰਹੀ, ਪਰ ਉੱਥੇ ਸਿੰਘ ਕਾਫੀ ਘੁੰਮ ਰਹੇ ਆ, ਉੱਥੋਂ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਟਕਸਾਲ ਦੇ ਆ ਜਾਂ ਪ੍ਰਬੰਧਕਾਂ ਦੇ ਆ। ਸਿਕਿਉਰਿਟੀ ਖੜ੍ਹੀ ਆ, ਪੁਲਿਸ ਆਈ ਓ ਆ, 5-6 ਗੱਡੀਆਂ ਕਹਿੰਦੇ ਪੁਲਿਸ ਦੀਆਂ ਆਈਆਂ ਆ। ਠੀਕ ਆ, ਅਤੇ ਉਹ ਜਿੱਦਾਂ ਦਾ ਮੂਹਰੇ ਸਮਾਂ ਹੋਊਗਾ ਪਤਾ ਲੱਗ ਜਾਊਗਾ ਵੀ ਕੀ ਵਾਪਰਦਾ। ਠੀਕ ਆ ਜੀ, ਅਤੇ ਉਹਨਾਂ ਚਿਰ ਆਪਾਂ ਆਹ ਸੁਣਦੇ ਹਾਂ। ਹੁਣ ਪ੍ਰੋਫੈਸਰ ਦਰਸ਼ਨ ਸਿੰਘ ਦੀ ਮੌਤ ਜਿਹੜੀ ਆ ਉਹ ਸਾਡੇ ਗੇਟ ਵਿੱਚ ਆ ਗਈ ਆ, ਅਤੇ ਆਹ ਆਪਾਂ ਦੇਖ ਲੈਂਦੇ ਹਾਂ। ਠੀਕ ਆ ਜੀ, ਜਸਵਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਵੀ ਢੱਡਰੀਆਂ ਵਾਲਾ ਬਾਰ ਬਾਰ ਕਹਿ ਰਿਹਾ ਕਿ ਕੁਦਰਤੀ ਰੱਬ ਹੈ, ਕੁਦਰਤੀ ਰੱਬ ਹੈ ਜੀ।
ਤੇ ਆਓ ਆਪਾਂ ਇੱਕ ਮਿੰਟ ਦੇ ਲਈ ਵਿਚਾਰੀਏ ਜੋ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਡੈਫੀਨੇਸ਼ਨ ਦੱਸੀ ਹੈ ਕੀ ਉਹਦੇ ਮੁਤਾਬਕ ਕੁਦਰਤ ਰੱਬ ਹੈ ਜਾਂ ਨਹੀਂ। ਹੁਣ ਸਾਰਿਆਂ ਤੋਂ ਪਹਿਲਾਂ ਪੰਗਾ ਤਾਂ ਇਹ ਪਿਆ ਜਿਹੜਾ ਪੰਥਪ੍ਰੀਤ ਨੂੰ ਵੀ ਪਿਆ, ਹਾਂਜੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਪਿਆ, ਹਾਂਜੀ ਹਨਾ, ਪ੍ਰਭ ਦੀ ਦਾ ਵਿਚਾਰੇ ਦਾ ਬੱਸੇ ਹੀ ਨਹੀਂ ਚੱਲ ਰਿਹਾ, ਹਾਂਜੀ ਠੀਕ ਆ, ਉਹਦੇ ਬਾਰੇ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਉਹਦੇ ਉਹਦੇ ਗੇੜ ਚ ਗੱਲ ਆ ਰਹੀ ਹੋਊਗੀ, ਹਾਂਜੀ ਠੀਕ ਆ। ਤੇ ਇਹ ਟਕਸਾਲੀਆਂ ਨੂੰ ਵੀ ਪਿਆ, ਹਾਂਜੀ ਹਨਾ, ਵੀ ਜਦੋਂ ਨਾ ਗੱਲ ਕੁਦਰਤ ਦੀ ਆਉਂਦੀ ਆ, ਹਾਂਜੀ ਜਿਹੜਾ ਕੁਦਰਤ ਸ਼ਬਦ ਆ ਆਪਣੇ ਆਪ ਦੇ ਵਿੱਚ, ਹਾਂਜੀ ਜਿੱਦਾਂ ਨਾ ਗੁਰਬਾਣੀ ਦੇ ਵਿੱਚ ਸ਼ਬਦ ਹਿਰਦਾ ਆਉਂਦਾ, ਹਾਂਜੀ ਹਨਾ, ਵੀ ਉੱਥੇ ਕਿਤੇ ਵੀ ਦਿਮਾਗ ਸ਼ਬਦ ਨਹੀਂ ਆ ਰਿਹਾ, ਹਾਂਜੀ ਹਨਾ, ਹਾਲਾਂਕਿ ਜਿਹੜੇ ਕਾਰਜ ਅਸੀਂ ਕਰਦੇ ਹਾਂ ਉਹ ਸਾਰੇ ਜਿਹੜੇ ਚੇਤੇ ਆ ਸਾਡੇ, ਜਿਹੜੀ ਮੈਮਰੀ ਆ ਸਾਡੀ, ਉਹਦਾ ਸੰਬੰਧ ਦਿਮਾਗ ਨਾਲ ਹੀ ਆ ਸਾਡੇ, ਠੀਕ ਆ, ਹਾਰਡ ਡਰਾਈਵ ਵੀ ਆ ਸਾਡੀ, ਪਰ ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਨਹੀਂ ਆਇਆ। ਹੁਣ ਪਤਾ ਨਹੀਂ ਦਿਮਾਗ ਸ਼ਬਦ ਜਿਹੜਾ ਆ ਉਹ ਉਹ ਕਦੋਂ ਹੋਇਆ ਹੋਊਗਾ, ਅਰਥ ਸਮਝਣ ਲਈ ਜੇ ਅਸੀਂ ਸੌਖਾ ਕਰੀਏ ਤੇ ਜਦੋਂ ਗੱਲ ਆਉਂਦੀ ਆ ਪਈ ਉੱਥੇ ਸ਼ਬਦ ਜੇ ਅਸੀਂ ਦਿਮਾਗ ਲਾ ਲਈਏ ਨਾ, ਤੇ ਗੱਲ ਨੂੰ ਦਿਮਾਗ ਵਿੱਚ ਵਸਾ ਕੇ ਰੱਖੋ, ਹਾਂਜੀ ਠੀਕ ਆ, ਆਪਣੇ ਐਨ ਦਿਮਾਗ ਨੂੰ ਠੰਡਾ ਰੱਖ ਕੇ ਗੱਲ ਸੁਣ, ਧਿਆਨ ਦੇ ਨਾਲ ਸੁਣ, ਹਨਾ, ਤੇ ਉਹ ਗੱਲ ਸੌਖੀ ਸਮਝ ਆ ਜਾਣੀ ਵੀ ਹਾਂ ਗੱਲ ਹੋ ਕੀ ਰਹੀ ਆ, ਠੀਕ ਆ। ਤੇ ਇੱਦਾਂ ਹੀ ਇਹ ਜਿਹੜਾ ਜਿਹੜਾ ਕੁਦਰਤ ਸ਼ਬਦ ਆ ਸਾਡੇ ਕੋਲ, ਜਿਹੜਾ ਰੱਬ ਸ਼ਬਦ ਆ, ਹਨਾ, ਇਹ ਸ਼ਬਦ ਜਿਨ੍ਹਾਂ ਅਰਥਾਂ ਚ ਪਹਿਲਾਂ ਸੀਗੇ ਨਾ, ਉਹਨਾਂ ਅਰਥਾਂ ਚ ਅਸੀਂ ਲੈ ਰਹੇ ਹਾਂ। ਹੁਣ ਜਦੋਂ ਏਕ ਓਂਕਾਰ ਦੀ ਵੀ ਗੱਲ ਆਈ ਆ, ਏਕ ਓਂਕਾਰ ਤੋਂ ਬਾਅਦ ਅਸੀਂ ਸਿੱਧਾ ਹੀ ਰੱਬ ਇੱਕ ਹੈ ਤੇ ਪਹੁੰਚ ਗਏ, ਹਾਂਜੀ ਠੀਕ ਆ, ਅਸੀਂ ਆਪਣੇ ਆਪ ਦੇ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਉਹਦੇ ਇਹ ਅਰਥ ਕਰ ਦਿੱਤੇ, ਹਾਂਜੀ ਠੀਕ ਆ। ਭਈ ਹੁਣ ਜਦੋਂ ਗੱਲ ਆ ਕੁਦਰਤ ਦੀ ਆਈ ਆ, ਜਦੋਂ ਇਹ ਸਟੇਟਮੈਂਟ ਆਈ ਆ ਭਈ ਰੱਬ ਕਿਤੇ ਹੋਰ ਥਾਂ ਤੇ ਨਹੀਂ ਬੈਠਾ ਆ, ਹਾਂਜੀ ਆ ਜੋ ਸਾਨੂੰ ਦਿਸ ਰਿਹਾ ਆ ਇਹਦੇ ਵਿੱਚ ਹੀ ਹੈ, ਹਾਂਜੀ, ਤੇ ਉਹਨੂੰ ਹੀ ਇੱਦਾਂ ਲੈ ਲਿਆ ਵੀ ਦੇਖੋ ਜੀ ਢੱਡਰੀਆਂ ਵਾਲੇ ਇਹ ਕਹਿ ਰਹੇ ਆ ਵੀ ਜਿਹੜੀ ਆ ਕੁਦਰਤ ਮਤਲਬ ਜੋ ਕੁਛ ਸਾਨੂੰ ਦਿਸ ਰਿਹਾ ਆ ਵੀ ਦਰਖਤ ਆ, ਹਾਂਜੀ ਠੀਕ ਆ, ਗੱਲ ਹੈਗੀ ਆ ਨਿਜਮਾਂ ਦੀ, ਕੁਦਰਤੀ ਨਿਜਮਾਂ ਦੀ, ਹਾਂਜੀ ਕੁਦਰਤ ਦਾ ਅਰਥ ਆ ਕੁਦਰਤੀ ਨਿਜਮ, ਠੀਕ ਆ, ਉਹ ਨਿਜਮ ਆ ਉਹਨਾਂ ਨੂੰ ਤੁਸੀਂ ਰੱਬ ਨੇ ਕਹਿ ਲਓ ਬਣਾਏ, ਰੱਬ ਨੇ ਬਣਾਏ ਤਾਂ ਕਹੋ ਜੇ ਸਾਰੇ ਇੱਕੋ ਵਾਰ ਬਣੇ ਹੋਣ, ਜਾਂ ਤਾਂ ਤੁਸੀਂ ਆਪਣੀ ਥਿਊਰੀ ਦਿਓ, ਹਾਂਜੀ ਨਾ, ਕੋਈ ਆਪਣੀ ਫਿਲੋਸਫੀ ਹੈ ਬੰਦੇ ਪ੍ਰਹਦਰਸ਼ਨ ਸਿੰਘ ਆ ਜਾਂ ਟਕਸਾਲੀ ਆ, ਕੋਈ ਆਪਣੀ ਫਿਲੋਸਫੀ ਘੜ ਕੇ ਦੁਨੀਆਂ ਦੇ ਸਾਹਮਣੇ ਰੱਖਣ ਵੀ ਸਾਡੇ ਹਿਸਾਬ ਨਾਲ ਦੁਨੀਆਂ ਇੱਦਾਂ ਬਣੀ ਆ, ਵੀ ਸਭ ਤੋਂ ਪਹਿਲਾਂ ਇੱਦਾਂ ਰੱਬ ਬਣਿਆ, ਇਸ ਚੀਜ਼ ਦਾ ਉਹ ਕਹਿੰਦੇ ਆ, ਅਗਲੇ ਦੱਸਦੇ ਆ ਵੀ ਹੁਣ ਚੰਦਰਮਾ ਦੀ ਜਿਹੜੀ ਸਪੀਡ ਆ, ਚੰਦਰਮਾ ਜਿੱਦਾਂ ਗੇੜੀ ਮਾਰ ਰਿਹਾ, ਕੱਟ ਕੱਢ ਰਿਹਾ ਗੇੜੀਆਂ ਧਰਤੀ ਦੇ ਦੁਆਲੇ, ਧਰਤੀ ਸੂਰਜ ਦੁਆਲੇ ਘੁੰਮ ਰਹੀ ਆ, ਸੂਰਜ ਅੱਗੇ ਤੁਰ ਰਿਹਾ ਆ, ਜਿਹੜੀ ਬ੍ਰਹਿਮੰਡ ਦੇ ਵਿੱਚ ਜਿਹੜੀ ਡਾਰਕਨੈਸ ਆ ਉਹਦੀ ਵੀ ਉਹ ਸਪੀਡ ਦੀ ਗੱਲ ਕਰ ਰਹੇ ਆ, ਠੀਕ ਆ, ਜਿਹੜੀ ਸਾਡੀ ਪਹੁੰਚ ਆ ਉਹ ਕਿੰਨੀ ਆ, ਜਾਣੀ ਇੱਕ ਸੈਕਿੰਡ ਦਾ ਕਿਤੇ ਬਿਲੀਅਨਾਂ ਬਿਲੀਅਨਾਂ ਜਿਹੜਾ ਫ੍ਰੈਕਸ਼ਨ ਆ ਉਹਦਾ, ਠੀਕ ਆ, ਇੰਨਾ ਕੁ ਹਿੱਸਾ ਆ ਜਿਹੜਾ ਜਿਹੜੀ ਸਾਡੀ ਪਹੁੰਚ ਵਿੱਚ ਹੈਗਾ ਆ, ਠੀਕ ਆ। ਨਹੀਂ ਤਾਂ ਉਹ ਇੱਕ ਵੀਡੀਓ ਹੈਗੀ ਆ ਜੀ, 7 ਮਿੰਟ ਦੀ ਆ, ਉਹ ਦੇਖਾਂਗੇ ਕਿਸੇ ਵੇਲੇ ਜੇ ਗਿੱਲ ਨੇ ਜਾਂ ਭਿੰਦੇ ਨੇ ਕੋਈ ਸਪੈਸ਼ਲ ਪ੍ਰੋਗਰਾਮ ਕਰਨਾ ਹੋਇਆ ਨਾ, ਠੀਕ ਹੈ, ਇਹਨਾਂ ਨੂੰ ਕਹਾਂਗੇ, ਉਹ ਬਹੁਤ ਵਧੀਆ ਆ ਡਿਸਕਸ ਕਰਨੇ ਵਾਲੀ, ਉਹ ਠੀਕ ਹੈ। ਮੈਂ ਪਰਸੋਂ ਚੌਥ ਦੇਖਦਾ ਸੀਗਾ ਵੀ ਉਹਦੇ ਵਿੱਚ ਸਾਡੀ ਹੈਸੀਅਤ ਕੀ ਆ, ਠੀਕ ਹੈ, ਠੀਕ ਆ, ਅਸੀਂ ਹੈਗੇ ਕਿੰਨੇ ਕੁ ਯੋਗੇ ਆ, ਠੀਕ, ਇਹ ਜਿਹੜਾ ਜਿੰਨਾ ਕੁਛ ਜਿਹੜਾ ਆਲੇ ਦੁਆਲੇ ਸਾਨੂੰ ਦਿਸ ਰਿਹਾ ਹੈ, ਹਾਂਜੀ,
ਉਹ ਜਾਣੀ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਵੀ ਇਹ ਆਪਣੀ ਸੌਰੀ ਹਾਂ ਜਿਹੜੀ ਮੈਂ ਕਹਿੰਦਾ ਸੀ ਵੀ ਇਹ ਆਪਣੀ ਇੱਕ ਫਿਲਾਸਫੀ ਦੇਣ ਵੀ ਇਹਨਾਂ ਦੇ ਹਿਸਾਬ ਨਾਲ ਇੱਦਾਂ ਬਣੀ ਆ ਸ੍ਰਿਸ਼ਟੀ, ਇੱਦਾਂ ਰੱਬ ਬਣਿਆ ਇੱਕ, ਹਾਂਜੀ ਠੀਕ ਆ, ਉਹਨੇ ਇਹ ਨਿਯਮ ਬਣਾਤੇ ਆ, ਹਾਂਜੀ ਠੀਕ ਆ, ਵੀ ਪਰਬਤ ਇੱਦਾਂ ਬਣੇ ਆ, ਠੀਕ ਆ, ਵੀ ਇਹ ਜਿਹੜਾ ਜਿਹੜਾ ਪਾਣੀ ਆ ਉਹ ਇੱਦਾਂ, ਧਰਤੀ ਇੱਦਾਂ ਹੋਂਦ ਵਿੱਚ ਆਈ, ਬਾਕੀ ਗ੍ਰਹਿ ਇੱਦਾਂ ਆ, ਠੀਕ ਆ, ਇਹਨਾਂ ਦਾ ਫਾਸਲਾ ਜਿਹੜਾ ਆਪਸ ਵਿੱਚ ਹੀ ਆ, ਜੇ ਤੁਸੀਂ ਤੈਅ ਕਰਨਾ ਜੇ ਲੰਘਣਾ ਉਹਦੇ ਵਿੱਚੋਂ ਕਿੱਦਾਂ ਹੋਣੀ ਆ, ਹਨਾ, ਜਿਹੜਾ ਗੈਪ ਆ ਉਹ ਇਸ ਕਰਕੇ ਆ, ਹਨੇਰਾ ਇਸ ਕਰਕੇ ਆ, ਚਾਨਣ ਦੀ ਸਪੀਡ ਇੰਨੀ ਆ, ਪ੍ਰਕਾਸ਼ ਜਿਹੜਾ ਸੂਰਜ ਦੀ ਇੰਨੀ ਲਾਈਫ, ਉਹ ਸਾਰੀ ਥਿਊਰੀ ਦੇਣੇ, ਹਾਂਜੀ ਠੀਕ ਆ, ਵੀ ਉਹਦੇ ਨਿਯਮ ਪਹਿਲਾਂ ਬਣੇ ਆ, ਜਦ ਕਿ ਹੋਇਆ ਇਹ ਆ ਵੀ ਜੋ ਕੁਛ ਵੀ ਹੈਗਾ ਨਾ, ਜਦੋਂ ਸੈਭੰਗ ਦੀ ਗੱਲ ਕਰਦੇ ਹਾਂ ਉਹ ਹੈਗਾ ਆ ਆਪਣੇ ਆਪ ਤੋਂ, ਠੀਕ ਆ, ਜੋ ਵੀ ਹੋ ਰਿਹਾ ਆ ਉਹ ਜਦੋਂ ਇੱਕ 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 ਕੁਛ ਵਾਪਰਦਾ ਨਾ ਇੱਕ ਤਰ੍ਹਾਂ ਨਾਲ, ਜਿਹੜਾ ਉਹਦਾ ਸਿੱਟਾ ਨਿਕਲਦਾ ਆ ਉਹ, ਕਿਉਂਕਿ ਜੋ ਵਾਪਰਿਆ ਆ ਉਹਦੇ ਕਰਕੇ ਨਿਕਲਦਾ, ਜਿਹੜਾ ਸਿੱਟਾ ਆ ਉਹ ਨਿਯਮ ਬਣ ਜਾਂਦਾ, ਉਹ ਹੈ ਸਾਰਾ ਕੁਛ ਪਹਿਲਾਂ ਹੀ ਪਿਆ ਕੁਦਰਤ ਦੇ ਵਿੱਚ, ਪਹਿਲਾਂ ਪਿਆ ਆ, ਠੀਕ ਆ, ਇੱਦਾਂ ਹੀ ਜਿਹੜਾ ਬੰਦੇ ਦਾ ਜਿਹੜਾ ਸਾਡਾ ਜੀਵਨ ਆ ਉਹ ਇੱਦਾਂ ਹੀ ਵਿਕਾਸ ਕਰਕੇ ਆਇਆ, ਬਾਕੀ ਜਿੰਨੇ ਜੀਵ ਆ ਉਹ ਸਾਰੇ ਆਪਣੇ ਆਪ ਦੇ ਵਿੱਚ ਵਿਕਾਸ ਕਰਕੇ ਆਏ, ਠੀਕ ਆ, ਅੱਜ ਦੇ ਕੋਈ ਕੋਈ ਸਮਾਂ ਸੀ ਜਦੋਂ ਕੁਦਰਤ ਦੇ ਵਿੱਚ ਨਿਯਮਾਂ ਦੇ ਵਿੱਚ ਰੱਬ ਨੇ ਇੱਦਾਂ ਕੁਛ ਨਹੀਂ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਰੱਬ ਨੇ ਇਹ ਬਣਾਇਆ ਆ ਵੀ ਜਿਹੜਾ ਹਾਰਟ ਆ ਨਾ ਸਾਡਾ, ਜਿਹੜਾ ਲਿਵਰ ਆ ਸਾਡਾ, ਜਿਹੜੀ ਕਿਡਨੀ ਆ ਸਾਡੀ, ਜਿਹੜੀਆਂ ਅੱਖਾਂ ਆ ਸਾਡੀਆਂ, ਇਹ ਬਦਲੀਆਂ ਵੀ ਜਾ ਸਕਦੀਆਂ ਆ, ਠੀਕ ਆ, ਪਹਿਲਾਂ ਕਿਤੇ ਨੀ ਲਿਖਿਆ ਹਨਾ, ਹੁਣ ਜਦੋਂ ਜਦੋਂ ਜਿਹੜਾ ਦਿਮਾਗ ਆ ਉਹ ਵੀ ਤਾਂ ਉਸੇ ਰੱਬ ਨੇ, ਉਸੇ ਕੁਦਰਤ ਨੇ, ਉਸੇ ਨਿਯਮ ਦੇ ਵਿੱਚ ਬਣਿਆ ਬੰਦੇ ਦਾ, ਉਹਨੇ ਖੋਜ ਕੀਤੀ ਆ, ਖੋਜ ਕਰਕੇ ਹੁਣ ਬਣ ਗਿਆ, ਹੁਣ ਗਾਹਾਂ ਲਈ ਹੋ ਸਕਦਾ ਇਹ, ਹੁਣ ਅਜੇ ਤਾਂ ਇੱਦਾਂ ਹੈ ਨਾ ਵੀ ਅੱਖਾਂ ਜਿਹੜੀਆਂ ਆ ਕਿਤੇ ਇੱਦਾਂ ਇੱਕ ਇੱਕ ਕੋਈ ਡੋਨੇਟ ਕਰਦਾ ਆ, ਕਿਡਨੀ ਕੋਈ ਡੋਨੇਟ ਕਰਦਾ ਆ ਤੇ ਕਿਸੇ ਹੋਰ ਦੇ ਪੈਂਦੀ ਆ, ਅਜੇ ਤਾਈ ਦੁਨੀਆਂ ਦੇ ਵਿੱਚ ਜਿਹੜਾ ਬਲੱਡ ਆ, ਜਿਹੜਾ ਖੂਨ ਆ, ਜਿਸ ਤਰੀਕੇ ਨਾਲ ਸਾਡੇ ਸਰੀਰ ਵਿੱਚ ਬਣਦਾ ਆ ਤੇ ਅਸੀਂ ਜੋ ਖਾਂਦੇ ਆ, ਹੁਣ ਦੇਖੋ ਖਾਂਦੇ ਕੀ ਆ ਅਸੀਂ, ਠੀਕ ਆ, ਗੋਭੀ ਆ, ਜਿੰਨਾ ਮਰਜ਼ੀ ਤੁਸੀਂ ਜਿਹੜੇ ਬੰਦੇ ਨਫ਼ਰਤ ਕਰਦੇ ਨਾ ਮੀਟ ਤੋਂ, ਠੀਕ ਹਨਾ, ਉਹਨਾਂ ਨੂੰ ਕਹੋ ਵੀ ਤੁਸੀਂ ਜੋ ਤੁਹਾਨੂੰ ਇੱਦਾਂ ਲੱਗਦਾ ਨਾ ਵੀ ਬਹੁਤ ਦਿਆਲੂ ਵਾਲਾ ਭੋਜਨ ਆ ਉਹ ਖਾ ਕੇ ਦੇਖ ਲਓ, ਠੀਕ ਆ, ਉਹਦੇ ਵਿੱਚੋਂ ਵੀ ਇਹ ਸਰੀਰ ਮਸ਼ੀਨ ਇੱਦਾਂ ਦੀ ਆ ਸਾਡੀ, ਉਹਨੂੰ ਵੀ ਇਹ ਕੁਤਰ ਕੇ ਉਹਦੇ ਵਿੱਚੋਂ ਖੂਨ ਬਣਾਉਂਦਾ ਹੈ, ਠੀਕ ਆ, ਹਾਲਾਂਕਿ ਖੂਨ ਵਾਲੀ ਚੀਜ਼ ਖਾਂਦਾ ਕੋਈ ਬੰਦਾ, ਗੋਭੀ ਤਾਂ ਕੁੱਲ ਕਹਿ ਸਕਦਾ ਵੀ ਗੋਭੀ ਚੋਂ ਵੀ ਖੂਨ ਨਿਕਲ ਸਕਦਾ, ਨਿਕਲਦਾ ਭਾਈ, ਕੱਢ ਲੈਂਦੀ ਆ ਮਸ਼ੀਨ, ਇਹ ਸਿੱਟਦਾ ਸਹੀ ਅੰਦਰ ਤੂੰ, ਦੁੱਧ ਬਾਰੇ ਤਾਂ ਕੋਈ ਕਹਿ ਦਊਗਾ, ਪਨੀਰ ਬਾਰੇ ਤਾਂ ਕਹਿ ਦਊਗਾ ਵੀ ਮੱਝਾਂ ਗਾਵਾਂ ਤੋਂ ਆਇਆ, ਠੀਕ ਆ, ਹੁਣ ਹੁਣ ਜਿਹੜੀ ਜਿਹੜੀ ਪਾਲਕ ਖਾਂਦਾ ਕੋਈ, ਪਾਲਕ ਬਾਰੇ ਕਹਿ ਸਕਦਾ ਕੋਈ ਬੰਦਾ, ਉਹਨੂੰ ਘਰੋੜ ਕੇ ਦੇਖ ਲਓ, ਰਗੜ ਕੇ ਦੇਖ ਲਓ, ਜਿਹੜੀ ਮਰਜ਼ੀ ਸਾਧਨ ਨਾ ਕਹੋ ਕਿਸੇ ਬ੍ਰਹਮ ਗਿਆਨੀ ਨੂੰ ਵੀ ਕਰ ਸਾਬਤੇ ਵਿੱਚ ਖੂਨ ਹੈਗਾ, ਮਾਸ ਬਾਰੇ ਅਸੀਂ ਕਹਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਹਨਾ, ਭਾਈ ਉਹ ਜਿਹਨਾਂ ਦੇ ਜੇ ਖੂਨ ਲੱਗ ਜਾਂਦਾ ਕੱਪੜਿਆਂ ਨੂੰ ਤਾਂ ਪਲੀਤ ਹੋ ਜਾਂਦਾ ਉਹ, ਹਨਾ, ਪਾਲਕ ਚੋਂ ਕੱਢ ਕੇ ਦਿਖਾ ਲਓ ਤਾਂ, ਹਨਾ, ਪਰ ਬਣਦਾ ਕਿ ਨਹੀਂ ਅੰਦਰ, ਬਣਦਾ ਤਾਂ ਹੈ, ਠੀਕ ਆ, ਹੁਣ ਉੱਦਾਂ ਹੋ ਸਕਦਾ ਪਾਲਕ ਨੂੰ ਇਹ ਮਸ਼ੀਨ ਵੀ ਬਣਾ ਦੇਣ ਉਹ, ਹਾਂਜੀ, ਜਿਹੜੀ ਤੁਸੀਂ ਅੱਖਾਂ ਦੀ ਵੀ ਗੱਲ ਕਰਦੇ ਸੀਗੇ ਵੀ ਅੱਖਾਂ ਇੱਦਾਂ ਆ, ਪਰ ਹੁਣ ਇੱਕ ਮੈਂ ਵੀਡੀਓ ਚ ਦੇਖਿਆ ਸੀਗਾ ਕੋਈ ਮਤਲਬ ਅੰਨੇ ਹੈਗੇ ਆ ਪਰ ਉਹਨਾਂ ਦੇ ਕੋਈ ਜੰਤਰ ਜਾ ਲਾਉਂਦੇ ਅੱਖਾਂ ਦੇ, ਐਨਕਾਂ ਨੀ ਹੈਗੀਆਂ, ਕਾਫੀ ਜੰਤਰ ਜਾ ਲਾਇਆ ਆ ਉਹਦੇ ਨਾਲ ਦਿਖ ਰਿਹਾ ਉਹਨਾਂ ਨੂੰ ਸਾਰਾ ਕੁਛ, ਨਹੀਂ ਮੈਂ ਕਹਿੰਦਾ ਹੋ ਸਕਦਾ ਐਕਚੁਅਲੀ ਜਾਣੀ ਅੰਦਰ ਲੱਗਣੇ ਵਾਲੀਆਂ ਅੱਖਾਂ ਵੀ ਆਉਣ 2000-5000 billion ਸਾਲਾਂ ਤਾਈ ਕੋਈ ਇੱਦਾਂ ਦੇ ਬਣ ਜਾਣ ਜੰਤਰ, ਦੇਖਿਆ ਔਰਗਨ ਹੈਗੇ ਬਣੇ ਹੋਏ ਤਾਂ ਸਾਰੇ, ਅਗਲੇ ਕਹਿਣ ਪੇ ਫਿੱਟ ਫਲਾਨੀ ਥਾਂ ਤੇ ਆ, ਹੋ ਵੀ ਸਕਦਾ, ਹੁਣ ਜਿਹੜੀਆਂ ਬਾਹਾਂ ਆ ਇੱਕ ਬੰਦੇ ਦੀ ਉੱਥੇ ਵੀਡੀਓ ਸੀਗੀ ਵੀ ਉਹਦੀਆਂ ਦੋਵੇਂ ਬਾਹਾਂ ਹੈ ਨੀ ਸੀ, ਹਾਂਜੀ, ਤੇ ਰੋਬੋਟ ਵਾਂਗ ਬਾਹਾਂ ਲਾਈਆਂ ਉਹਦੇ, ਠੀਕ ਹੈ,
ਤੇ ਉਹ ਬਾਹਾਂ ਦੇ ਵਿੱਚੋਂ ਤਾਰਾਂ ਕੱਢ ਕੇ ਹਾਂਜੀ ਉਹਨੇ ਏਦਾਂ ਉਹਦੀ ਛਾਤੀ ਤੇ ਟ੍ਰਾਇਲ ਕਰਦੇ ਸੀ, ਉਹਦੀ ਛਾਤੀ ਤੇ ਆਲੇ ਦੁਆਲੇ ਕਈ ਜਗ੍ਹਾ ਲਾ ਦਿੱਤੀਆਂ, ਠੀਕ ਆ। ਤੇ ਉਹ ਤੋਂ ਬਾਅਦ ਉਹ ਜਿੱਦਾਂ ਉਹਦਾ ਬ੍ਰੇਨ ਕੰਮ ਕਰ ਰਿਹਾ, ਕਹਿ ਰਿਹਾ ਸੀ, ਕਮਾਂਡ ਦੇ ਰਿਹਾ ਸੀ, ਉਦਾਂ ਹੀ ਉਹ ਹੱਥ ਉਹਦੀਆਂ ਉਂਗਲਾਂ ਜਿਹੜੀਆਂ ਗਲਾਸ ਚੱਕਣ ਨੂੰ, ਬਾਲ ਚੱਕ ਕੇ ਮਾਰਨੇ ਨੂੰ, ਪੈਨ ਚੱਕਣ ਨੂੰ ਕੰਮ ਕਰ ਰਹੀ, ਉਦਾਂ ਕੰਮ ਕਰ ਰਹੀਆਂ ਸੀ, ਠੀਕ ਆ। ਮਤਲਬ ਬ੍ਰੇਨ ਦੇ ਨਾਲ ਹੀ ਅਟੈਚ ਕਰ ਦਿੱਤਾ ਸਾਰਾ ਕੁਛ, ਹੈਨਾ। ਤੇ ਹੁਣ ਜੇ ਉਹ ਪਲਾਸਟਿਕ ਦੀਆਂ ਜਾਂ ਫਾਈਬਰ ਗਲਾਸ ਦੀਆਂ ਜਾਂ ਸਟੀਲ ਦੀਆਂ, ਲੋਹੇ ਦੀਆਂ, ਜਿੱਦਾਂ ਵੀ ਬਣਾਈਆਂ ਹੋਣਗੀਆਂ, ਜਿਹੜੀ ਵੀ ਮੈਟਲ ਕਿਸੇ ਧਾਤ ਦੀਆਂ ਕਿਸੇ ਚੀਜ਼ ਦੀਆਂ, ਹੈਨਾ, ਤੇ ਉਹ ਭਲਕੇ ਨੂੰ ਹੋ ਸਕਦਾ ਮਾਸ ਦੀਆਂ ਵੀ ਜੀਨਸ ਇੱਦਾਂ ਦੀ ਤਿਆਰ ਕਰ ਲੈਣ, ਬਿਲਕੁਲ ਕੋਈ ਵੱਡੀ ਗੱਲ ਨਹੀਂ, ਹੈਨਾ। ਹੁਣ ਤੁਸੀਂ ਉਹ ਜੋ ਕੁਛ ਹੋ ਰਿਹਾ ਹੈ ਨਾ, ਉਹ ਆਪਣੇ ਆਪ ਤੋਂ ਹੋ ਰਿਹਾ, ਠੀਕ ਹੈ। ਇੱਕ ਤੋਂ ਬਾਅਦ ਵਿਕਾਸ ਕਰਕੇ ਨਿਯਮ ਬਣੀ ਜਾਂਦਾ ਹੈ ਆਪਣੇ ਆਪ, ਉਹ ਉਹ ਸਹਿਬੰ ਗਿਆ ਜੀ। ਨਹੀਂ ਤਾਂ ਤੁਸੀਂ ਮੂਲ ਮੰਤਰ ਦੇ ਅਰਥ ਵੀ ਜੇ ਤੁਹਾਡੇ ਆਪਣੇ ਬਣਾਏ ਹੋਏ ਰੱਬ ਤੇ ਟਿਕਾਉਣੇ ਆ ਤਾਂ ਨਹੀਂ ਟੁੱਟਣਾ। 0107 ਤੇ ਸਾਡੇ ਨਾਲ ਸਰੋਤੇ ਆ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ? ਹਾਂਜੀ, ਤੁਹਾਡੀ ਆਵਾਜ਼ ਨਹੀਂ ਆਈ ਜੀ, ਇੱਕ ਮਿੰਟ, ਫੋਨ ਆ ਰਹੀ ਹੈ? ਫਿਰ ਵੀ ਥੋੜਾ ਜਿਹਾ ਉਹਨੂੰ ਨੇੜੇ ਰੱਖ ਕੇ, ਤਾਂ ਜਿੰਨਾ ਉੱਚੀ ਤੁਸੀਂ ਕਰੋਗੇ ਗੱਲ ਉਨਾ ਵਧੀਆ, ਆਪਣਾ ਜਿਹੜਾ ਮਾਈਕ ਆ ਉਹਨੂੰ ਨੇੜੇ ਕਰ ਲਿਓ ਮੂੰਹ ਦੇ। ਹਾਂਜੀ ਹਾਂਜੀ, ਹੁਣ ਸਹੀ ਆ ਰਹੀ ਹੈ? ਹੁਣ ਬਣੀ ਗੱਲ। ਅੱਛਾ, ਤੇ ਉਹ ਆਪਣਾ ਪੁਰਾਣਾ ਬੇਲੀ ਆ ਪੱਥਰ ਕਲੰਜੀ ਵਾਲੇ ਦੀ ਕਿਰਪਾ ਹੋਈ ਜੀ ਉਹਦੇ ਤੇ। ਹਾਂਜੀ, ਮੈਂ ਧੁੰਦਾ ਆਇਆ ਹੋਇਆ ਪਰਥ। ਓ ਅੱਛਾ ਅੱਛਾ, ਹਾਂਜੀ ਹਾਂਜੀ, ਉਹਦੀ ਗੱਲ ਕਰ ਰਹੇ ਸੀਗੇ। ਹੁਣ ਮੈਂ ਜਾਣਦਾ, ਤੁਸੀਂ ਜਾਣਦਾ ਦਿਲ ਵੀ ਨੀ ਕਰਦਾ, ਉਹ ਕਹਿੰਦੇ ਗੁਰਦੁਆਰਿਆਂ ਦਾ ਨਟਾਇਆ ਵੀ ਆ, ਵੀ ਕਹਿੰਦੇ ਵੀ ਸੁਣਿਆ ਜੇ ਜ਼ਰੂਰ। ਮੈਂ ਕਿਹਾ ਭਾਈ ਕੀ ਸੁਣੀ? ਨਹੀਂ ਨਹੀਂ, ਤੇ ਇੱਕ ਆਪਾਂ ਹੁਣ ਭਾਈ ਮੈਂ ਵੀ ਕਹਿੰਦਾ ਜਿੱਦਾਂ ਭਾਈ ਲਖਵੀਰ ਸਿੰਘ ਜੀ ਨੂੰ ਦਿੰਦੇ ਤੁਸੀਂ ਉਹਦਾ ਪੌਣਾ ਘੰਟਾ, ਹਾਂਜੀ, ਤੁਸੀਂ 10 ਮਿੰਟ ਮੈਨੂੰ ਵੀ ਦਿਆ ਕਰੋ। ਕੋਈ ਨੀ ਜੀ, ਸਿਰਫ 10 ਮਿੰਟ ਹਫਤੇ ਚ, ਤੇ ਆਪਾਂ ਕੋਈ ਏਦਾਂ ਦਾ ਕਾਨਸੈਪਟ ਲੈ ਕੇ ਆਇਆ ਕਰਾਂਗੇ ਜਿਹੜੀ ਪ੍ਰੂਵਨ ਸਾਇੰਸ ਆ, ਹਾਂਜੀ, ਪਰ ਹਲੇ ਤੱਕ ਬਹੁਤੇ ਲੋਕਾਂ ਨੂੰ ਪਤਾ ਨੀ ਹੈਗੀ। ਜਿਹੜੀ ਪ੍ਰੂਵਨ ਆ, ਮਤਲਬ ਇਹ ਨੀ ਹਾਈਪੋਥੀਸਿਸ ਨੀ ਹੈਗੀ, ਪ੍ਰੂਵਨ ਸਾਇੰਸ ਹੋਗੀ। ਹਾਂਜੀ ਹਾਂਜੀ, ਉਹਦਾ ਅੱਜ ਦਾ ਆਪਾਂ ਜਿਹੜਾ 5 ਮਿੰਟ ਦਾ ਟਾਈਮ ਲਾਉਣੇ ਆ ਜੀ, ਕਹਿੰਦੇ ਟਾਈਮ ਡਾਇਲੇਸ਼ਨ, ਠੀਕ ਹੈ ਜੀ। ਟਾਈਮ ਡਾਇਲੇਸ਼ਨ ਜਿਹੜੀ ਹੁੰਦੀ ਆ, ਆਪਾਂ ਨੂੰ ਸਮਝੀਏ ਕਿ ਟਾਈਮ ਡਾਇਲੇਸ਼ਨ ਦਾ ਯੂਨੀਵਰਸ ਦੇ ਵਿੱਚ ਸਾਰਾ, ਹਾਂਜੀ, ਕਿ ਦ ਫਾਸਟਰ ਯੂ ਮੂਵ ਦ ਸਲੋਅਰ ਟਾਈਮ ਗੈਟਸ ਫੋਰ ਯੂ। ਹਾਂਜੀ, ਉਹਦਾ ਜਿੰਨੀ ਸਪੀਡ ਤੇ ਤੁਸੀਂ ਜਾ ਰਹੇ ਹੋ, ਹਾਂਜੀ, ਯੂਨੀਵਰਸ ਦੇ ਵਿੱਚ ਮੂਵ ਕਰਦੇ ਹੋ, ਜਿੰਨੀ ਤੇਜ਼ ਤੁਸੀਂ ਮੂਵ ਕਰਦੇ ਹੋ ਤੁਹਾਡਾ ਟਾਈਮ ਸਲੋ ਹੋ ਜਾਂਦਾ। ਹਾਂਜੀ, ਇਸ ਤਰ੍ਹਾਂ ਸਲੋ ਹੋ ਕਿ ਮੰਨ ਲਓ ਕਿ ਜਿੱਦਾਂ ਮੰਨ ਲਾ ਜੇ ਕੋਈ ਚੀਜ਼ ਆ, ਜੇ ਮੰਨ ਲਾ ਅਸੀਂ ਇੱਥੋਂ ਕੋਈ ਸਪੀਡ ਆਫ ਲਾਈਟ ਦੇ ਉੱਤੇ ਚੀਜ਼ ਭੇਜਦੇ ਹਾਂ, ਹਾਂਜੀ, ਕੁਛ ਮੰਨ ਲਓ ਆਪਣੇ ਕੋਲ 10,000 ਸਾਲ ਦੂਰ ਕੋਈ ਪਲੈਨਟ ਸਿਸਟਮ ਆ ਜਿੱਥੇ ਸਾਨੂੰ ਲੱਭ ਜਾਂਦੀ ਧਰਤੀ ਕੇ ਰਹਿਣ ਜੋਗਾ, ਹਾਂਜੀ, ਉੱਥੇ ਜਾਣ ਲਈ ਮੰਨ ਲਓ ਜੇ ਅਸੀਂ ਲਾਈਟ ਦੀ ਸਪੀਡ ਤੱਕ ਵੀ ਆਪਾਂ ਇੱਕ ਉਹ ਕਰ ਲੈਂਦੇ ਹਾਂ ਕਿ ਲਾਈਟ ਦੀ ਸਪੀਡ ਤੇ ਜਾਊਗੀ, ਹਾਂਜੀ, ਜਿਹੜੀ ਆਪਣੀ ਸਪੇਸ ਸ਼ਿਪ ਆ, ਸਾਨੂੰ ਉੱਥੇ ਜਾਣ ਲਈ ਅੰਦਾਜ਼ੇ 10,000 ਸਾਲ ਲੱਗਣਗੇ, ਹਾਂਜੀ, ਪਰ ਉਹ 10,000 ਸਾਲ ਉਸ ਸਪੇਸ ਸ਼ਿਪ ਨੂੰ ਲੱਗਣਗੇ ਧਰਤੀ ਦੇ ਉੱਤੇ, ਉਸ ਟਾਈਮ ਤੱਕ ਅੰਦਾਜ਼ਨ ਬਾਹਲ ਨਹੀਂ ਤਾਂ 2-3 ਲੱਖ ਸਾਲ ਗੁਜ਼ਰ ਚੁੱਕਿਆ ਹੋਊਗਾ। ਇਹ ਚੀਜ਼ ਜਿਹੜੀ ਮਤਲਬ ਕਿ ਸਾਇੰਸ ਵਾਲੇ ਕੋਸ਼ਿਸ਼ ਉਹ ਕਰਦੇ ਆ, ਭੇਜਣਾ ਅਸੀਂ ਚਾਹੁੰਦੇ ਹਾਂ, ਕੇਪੇਬਿਲਿਟੀ ਸਾਡੇ ਕੋਲ ਹੈਗੀਆਂ। ਮੰਨ ਲਓ ਜੇ ਅਸੀਂ ਸਭ ਤੋਂ ਨੇੜਲੇ ਸਟਾਰ ਜਿਹੜਾ ਸਭ ਤੋਂ ਨੇੜੇ ਆਪਣਾ ਐਲਫਾ ਸੰਚਾਰੀ, 4-4 ਲਾਈਟ ਈਅਰ, 4 ਪ੍ਰਕਾਸ਼ ਸਾਲ ਦੂਰ ਹੈ, ਹਾਂਜੀ, ਉੱਥੇ ਪਹੁੰਚਣ ਲਈ ਪ੍ਰਕਾਸ਼ ਨੂੰ ਸਾਡੇ ਤੋਂ 4 ਸਾਲ ਲੱਗਦੇ ਆ, ਮਤਲਬ ਜੋ ਵੀ ਜਿਹੜਾ ਵੀ ਆਪਾਂ ਦੇਖ ਰਹੇ ਹਾਂ, ਆਪਾਂ ਜੋ ਆਪਾਂ ਸਮਾਨ ਦੇ ਵਿੱਚ ਦੇਖਦੇ ਹਾਂ ਨਾ, ਉਹ ਪਾਸਟ ਹੈ ਸਾਰਾ। ਪਰ ਜਿਹੜੀ ਪ੍ਰਕਾਸ਼ ਦੀ ਸਪੀਡ ਆ ਉਹ ਕਿੰਨੀ ਦੱਸਦੇ ਆ ਉਹ?
ਹਾਂਜੀ ਇੱਕ ਮਿੰਟ ਹੈਗੀ ਜੀ, ਕਰੀਬਨ 5,000 ਸਮਥਿੰਗ, 5 ਲੱਖ ਕਿਲੋਮੀਟਰ ਅੰਦਾਜ਼ਨ ਪ੍ਰਤੀ ਸਕਿੰਟ। 5 ਲੱਖ ਕਿਲੋਮੀਟਰ ਪ੍ਰਤੀ ਸਕਿੰਟ, ਪ੍ਰਤੀ ਸੈਕਿੰਡ ਜੀ। ਫੇਰ ਇੱਦਾਂ ਤਾਂ ਹੋ ਹੀ ਨਹੀਂ ਸਕਦਾ, ਇੰਨੀ ਇੰਨੀ ਤਪਹਾਂਪ ਜੇ ਹੋ ਵੀ ਜਾਵੇ ਫਿਰ ਵੀ ਉਹਦੇ ਨਾਲੋਂ ਜ਼ਿਆਦਾ ਗੁਣਾ। ਪਰ ਕਮਾਲ ਦੀ ਗੱਲ ਇਹ ਹੋਗੀ ਕਿ ਸਾਨੂੰ ਉਹ ਸਪੇਸਸ਼ਿਪ ਤਾਂ 4 ਸਾਲਾਂ ਚ ਉੱਥੇ ਪਹੁੰਚ ਜੂਗੀ, ਹਾਂ, ਤੇ 4 ਸਾਲਾਂ ਚ ਵਾਪਸ ਆ ਜੂਗੀ। ਯਾ ਪਰ ਧਰਤੀ ਦੇ ਉੱਤੇ ਜਾਂ ਟਾਈਮ ਡਾਇਲੇਸ਼ਨ ਹੋ ਜਾਣੀ ਆ, ਧਰਤੀ ਨੂੰ ਅੰਦਾਜ਼ਨ ਅੰਦਾਜ਼ਨ ਬਾਹਲੇ ਨਹੀਂ ਤਾਂ ਅੰਦਾਜ਼ਨ 250 ਸਾਲ ਗੁਜ਼ਰ ਜਾਣਾ ਇਸ ਧਰਤੀ ਤੇ ਹੁਣ 8 ਸਾਲਾਂ ਦੇ ਵਿੱਚ। ਯਾ ਮਤਲਬ ਏਦਾਂ ਦਾ ਕੋਨਸੈਪਟ ਆ ਕਿ ਅਸੀਂ ਪਹੁੰਚਣਾ ਚਾਹੁੰਦੇ ਹਾਂ ਪਰ ਸਾਡੇ ਹੱਥ ਬੜੇ ਬੰਨੇ ਆ ਯਾਰ, ਸਾਡੇ ਕੋਲ 70 ਸਾਲਾਂ ਦੇ ਵਿੱਚ ਕਿੰਨੀ ਟੈਕਨੋਲੋਜੀ ਆ ਜੂਗੀ ਅੱਗੇ, ਜਿਹੜੀ ਅਸੀਂ ਅੱਗੇ ਵਧਾਵਾਂਗੇ ਕਿ ਉਹ ਸਾਡੇ ਆਪਣੇ ਹੀ ਸਪੇਸ ਕਾਫ ਜਿਹੜੇ ਬਾਅਦ ਚ ਭੇਜਾਂਗੇ ਉਹਨੇ ਉਹਨੂੰ ਰਸਤੇ ਚ ਕੱਟ ਜਾਣਾ ਆ, ਉਹਨੇ ਰਿਜੈਕਟ ਕਰ ਦੇਣਾ। ਕਿੰਨੇ ਹੁਣ ਸਭ ਤੋਂ ਵੱਡੀ ਗੱਲ ਕਿੰਨੇ ਸਾਡੇ ਸਪੇਸ ਟੈਲੀਸਕੋਪ ਸਪੇਸ ਡਿਬਰੀ ਆ ਜਿਹੜੀ ਸਾਡੇ ਆਪਣੇ, ਹੁਣ ਆਪਣੇ ਲੋਕੀ ਸਮਝਦੇ ਕਿ ਸਪੇਸ, ਬਹੁਤੇ ਲੋਕਾਂ ਨੂੰ ਸਾਡੇ ਨੂੰ ਗ੍ਰੈਵਿਟੀ ਦਾ ਵੀ ਨੀ ਪਤਾ। ਅਸੀਂ ਕਹਿੰਦੇ ਕਿ ਗ੍ਰੈਵਿਟੀ ਕੋਈ ਫੋਰਸ ਆ ਜਿਹੜੀ ਸਾਨੂੰ ਖਿੱਚਦੀ ਆਪਣੇ ਵੱਲ, ਗ੍ਰੈਵਿਟੀ ਸਾਨੂੰ ਆਪਣੇ ਵੱਲ ਨੀ ਖਿੱਚਦੀ ਗੀ। ਤੁਸੀਂ ਇਮੇਜਿਨ ਕਰੋ ਚਾਦਰ ਆ ਇੱਕ, ਹਾਂਜੀ, ਚਾਦਰ ਦੇ ਵਿਚਾਲੇ ਤੁਸੀਂ ਫੁੱਟਬਾਲ ਰੱਖ ਦਿਓ, ਠੀਕ ਹੈ, ਉਹਨੇ ਚਾਦਰ ਦੇ ਵਿੱਚ ਕੀ ਪਾਤਾ, ਟੋਆ ਪਾਤਾ ਆ ਕਿਉਂਕਿ ਉਹਦਾ ਮਾਸ ਹੈ, ਭਾਰ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰੋ, ਇੱਕ ਇੱਕ ਦੂਜੀ ਰੱਖ ਦਿਓ, ਇੱਕ ਕ੍ਰਿਕਟ ਵਾਲੀ ਬਾਲ ਰੱਖ ਦਿਓ, ਹਾਂਜੀ, ਉਹ ਕ੍ਰਿਕਟ ਵਾਲੀ ਬਾਲ ਕੀ ਕਰੂਗੀ, ਉਸ ਟੋਏ ਦੇ ਵਿੱਚ ਡਿੱਗਣ ਲੱਗ ਪਊਗੀ ਨਾਲ ਨਾਲ ਘੁੰਮ ਕੇ। ਇਹਨੂੰ ਆਰਬਿਟ ਕਹਿੰਦੇ ਆ। ਪਰ ਕਿਉਂਕਿ ਸਪੇਸ ਦੇ ਵਿੱਚ ਰੈਜ਼ਿਸਟੈਂਸ ਕੋਈ ਨੀ ਹੈਗੀ ਤੇ ਉਸ ਬਾਲ ਦਾ ਆਪਣਾ ਵੀ ਮਾਸ ਆ, ਇਸ ਕਰਕੇ ਉਹ ਸਲਿੰਗ ਸ਼ੋਟ ਲਈ ਜਾਂਦੀ ਹੈ ਵਾਰੀ ਵਾਰੀ। ਆਪਾਂ ਧਰਤੀ ਦਾ ਓਪਟਿਕ, ਧਰਤੀ ਦਾ ਜਿਹੜਾ ਉਹ ਹੈਗਾ ਆ ਜਿਹੜਾ ਆਰਬਿਟ ਆ ਉਹ ਇਲਿਪਟੀਕਲ ਆ, ਕਿਉਂਕਿ ਇਹਨੂੰ ਵਾਰੀ ਵਾਰੀ ਸਲਿੰਗ ਸ਼ੋਟ ਮਿਲਦੇ ਆ, ਕਿਉਂਕਿ ਉਹ ਧਰਤੀ, ਸੂਰਜ ਆਪਣੇ ਵੱਲ ਖਿੱਚਦਾ ਤਾਂ ਹੈ ਪਰ ਧਰਤੀ ਦਾ ਆਪਣੀ ਸਪੀਡ ਤੇ ਧਰਤੀ ਦਾ ਮਾਸ ਆਪਣਾ ਇੰਨਾ ਕਿ ਉਹਦੇ ਤੱਕ ਪਹੁੰਚ ਨੀ ਪਾਉਂਦੀ। ਸੇਮ ਜਿੱਦਾਂ ਧਰਤੀ ਨੇ ਸਾਨੂੰ ਆਪਣੇ ਤੱਕ ਰੱਖਿਆ ਤਾਂ ਹੋਇਆ ਆ, ਪਰ ਗ੍ਰੈਵਿਟੀ ਇੰਨੀ ਵੀਕ ਫੋਰਸ ਆ ਕਿ ਅਸੀਂ ਧਰਤੀ ਦੇ ਇੰਨੀ ਮੈਸਿਵ ਹੋਣ ਦੇ ਬਾਵਜੂਦ ਆਪਣੇ ਆਪ ਚੱਕ ਸਕਦੇ ਹਾਂ ਤਾਂ ਈਜ਼ਲੀ। ਤੁਸੀਂ ਨਾ ਇੱਕ ਕੰਮ ਕਰੋ, ਇੱਦਾਂ ਭਾਵਾਂ ਤੁਸੀਂ ਕੋਈ ਦਿਨ ਦੱਸ ਦਿਓ ਸਾਨੂੰ ਕਿਹੜੇ ਦਿਨ ਇੱਦਾਂ ਟਾਈਮ ਲੈਣਾ ਆ, ਜਿਹੜੇ ਆ ਇੱਦਾਂ ਨਾ ਉੱਥੇ ਬਹੁਤ ਵੀਡੀਓ ਪਈਆਂ ਆ ਜਿਹੜੀਆਂ ਸੋਲਰ ਸਿਸਟਮ ਦੇ ਬਾਰੇ ਆ ਜੀ, ਜਾਂ ਜਿਹੜੇ ਸਾਡੇ ਇਹ ਸਾਡੇ ਸਿਸਟਮ ਸੋਲਰ, ਸਾਡਾ ਸੋਲਰ ਸਿਸਟਮ ਜਿਹੜਾ ਆ ਉਹਦੇ ਵਿੱਚ ਜਿਹੜੇ ਗ੍ਰਹਿ ਆ ਉਹਨਾਂ ਦੇ ਆਕਾਰ ਦੇ ਬਾਰੇ, ਉਹਨਾਂ ਦੀ ਰਫਤਾਰ ਦੇ ਬਾਰੇ, ਉਹਨਾਂ ਦੇ ਵਿੱਚ ਹੈ ਕੀ ਆ, ਉਹ ਗੈਸਾਂ ਦਾ ਗੋਲਾ ਜਾਂ ਸੋਲਿਡ ਆ ਕੀ, ਇੱਦਾਂ ਸਾਰੇ ਕੁਝ ਦੇ ਬਾਰੇ ਨਿੱਕੀਆਂ ਨਿੱਕੀਆਂ 8-8, 10-10 ਮਿੰਟ ਦੀਆਂ ਵੀਡੀਓ ਆ ਵੀ, ਜੇ ਉਹ ਤੇ ਆਧਾਰਿਤ ਤੁਸੀਂ ਇੱਦਾਂ ਕਰਕੇ ਮਿਹਨਤ ਤੇ ਇੱਦਾਂ 10-15 ਮਿੰਟ ਕੁਛ ਤਿਆਰੀ ਕਰਕੇ ਕਰਿਆ ਕਰੋ ਤਾਂ ਕਿ ਸਾਨੂੰ ਸਮਝਣਾ ਸਾਨੂੰ ਵੀ ਸੌਖਾ ਹੋ ਜਾਵੇ। ਚਲੋ ਕਿਉਂਕਿ ਬਹੁਤਾ ਸਮਾਨ ਸਾਰਾ ਅੰਗਰੇਜ਼ੀ ਚ ਪਿਆ ਜੇ ਆਪਣੇ ਪੰਜਾਬੀ ਦੇ ਵਿੱਚ ਲਿਆਂਦਾ ਜਾਵੇ ਤਾਂ ਕਿੰਨੇ ਹੋਰ ਵੀ ਵਧੀਆ ਗੱਲ ਆ। ਹਾਂ ਕਿਉਂਕਿ ਸਾਨੂੰ ਰੂਲ ਸਮਝਣੇ ਹੁਣ। ਸਭ ਤੋਂ ਵੱਡੀ ਗੱਲ ਦੇਖੋ ਕਿ ਸਭ ਪਤਾ ਕੀ ਕਹਿੰਦੇ ਆ ਕਿ ਜਦੋਂ ਤੁਸੀਂ ਲਾਈਟ ਦੀ ਸਪੀਡ ਤੇ ਜਾਂਦੇ ਹੋ ਸਭ ਤੋਂ ਵੱਡੀ ਗੱਲ ਉਹਦੀ ਐਲਬਰਟ ਆਇਨਸਟਾਈਨ ਦੀ ਥਿਊਰੀ ਹੈ ਜਿਹੜੀ, ਹਾਂਜੀ, ਕਿ ਜਦੋਂ ਤੁਸੀਂ ਲਾਈਟ ਦੀ ਸਪੀਡ ਤੇ ਜਾਂਦੇ ਹੋ ਤਾਂ ਟਾਈਮ ਤੁਹਾਡੇ ਲਈ ਰੁਕ ਜਾਂਦਾ ਆ, ਤੁਸੀਂ ਰੁਕ ਜਾਂਦਾ, ਤੁਹਾਡੇ ਲਈ ਟਾਈਮ ਖੜ ਜਾਂਦਾ ਆ। ਤੇ ਜਦੋਂ ਤੁਸੀਂ ਲਾਈਟ ਦੀ ਸਪੀਡ ਨਾਲ ਤੇਜ਼ ਮੂਵ ਕਰਦੇ ਹੋ ਨਾ ਤਾਂ ਟਾਈਮ ਤੁਹਾਡੇ ਲਈ ਵਾਪਸ ਆਉਣਾ ਸ਼ੁਰੂ ਹੋ ਜਾਂਦਾ, ਪਿੱਛੇ ਨੂੰ ਚੱਲਣ ਲੱਗ ਪੈਂਦਾ ਟਾਈਮ। ਹਾਂ ਹੁਣ ਅਸੀਂ ਆਪ ਪੜਿਓ ਨੀ ਇਹ ਗੱਲਾਂ, ਸਾਨੂੰ ਆਪਣੇ ਆਪ ਚ ਸਮਝਣੀਆਂ ਜਿਹੜੀਆਂ ਆ ਆਪਣੇ ਆਪ ਚ ਬਹੁਤ ਔਖੀਆਂ ਲੱਗ ਰਹੀਆਂ ਜਾਣੀ ਜੀ, ਮਤਲਬ ਪਰ ਉਹਦੇ ਲਈ ਕਹਿੰਦੇ ਸਾਨੂੰ ਇਨਫਿਨਿਟ ਅਮਾਉਂਟ ਆਫ ਐਨਰਜੀ ਚਾਹੀਦੀ ਆ, ਸਮਝੋ ਭਾਈ, ਇਨਫਿਨਿਟ ਜਿੰਨੀ ਮਿਲੇ ਥੋੜੀ ਆ, ਕਿ ਤੁਸੀਂ ਦੇਖੋ ਕਿ ਲਾਈਟ ਦੀ ਸਪੀਡ ਤੇ ਪਹੁੰਚਣਾ ਇੱਕ ਆਬਜੈਕਟ ਲਈ ਬਹੁਤ ਬਹੁਤ ਔਖੀ ਗੱਲ ਹੈ।
ਕਿਉਂਕਿ ਜਿਹੜੀ ਲਾਈਟ ਦੇ ਪਾਰਟੀਕਲਸ ਆ ਉਹਨਾਂ ਦਾ ਕੋਈ ਆਲਮੋਸਟ ਜ਼ੀਰੋ ਮਤਲਬ ਮਾਸ ਤਾਂ ਹੁੰਦਾ ਪਰ ਬਹੁਤ ਥੋੜਾ ਹੁੰਦਾ ਆ, ਇਸ ਕਰਕੇ ਉਹ ਇੰਨੀ ਸਪੀਡ ਤੇ ਮੂਵ ਕਰਦੇ ਆ। ਪਰ ਜਦੋਂ ਆਪਾਂ ਲਾਈਟ ਦੀ ਵੀ ਸਪੀਡ ਨੂੰ ਕਹਿੰਦੇ ਹਾਂ ਸਾਡੇ ਲਈ ਬੜੀ ਤੇਜ਼ ਆ ਲਾਈਟ ਸਪੀਡ, ਪਰ ਜਦੋਂ ਯੂਨੀਵਰਸ ਦੇ ਸਕੇਲ ਤੇ ਆਉਂਦੀ ਹੈ ਤਾਂ ਕੁਛ ਵੀ ਨਹੀਂ ਹੈਗੀ। ਸਾਨੂੰ ਆਪਣੇ ਸਭ ਤੋਂ ਨੇੜਲੇ ਸਟਾਰ ਤੇ ਜਾਣ ਲਈ ਵੀ ਜਿਹੜੀ ਰੋਸ਼ਨੀ ਹੈ ਨਾ ਉਹਨੂੰ 4 ਸਾਲ ਲੱਗਦੇ ਇੱਥੇ ਆਉਣ ਲਈ। ਬੱਲੇ 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 ਹੁਣ ਮੰਨ ਲਓ ਜਿਹੜਾ ਜਿਹੜਾ ਸਟਾਰ ਅਸੀਂ ਅਸਮਾਨ ਦੇ ਵਿੱਚ ਦੇਖਦੇ ਹਾਂ ਜਿਹੜਾ ਸੂਰਜ ਆ, ਹਾਂਜੀ ਸੂਰਜ ਕਿੰਨਾ ਕਿੰਨੇ ਕ ਕਰੋੜ ਜਾਣੀ 13-14-15 ਹਜ਼ਾਰ ਕੁਛ ਕਰੋੜ ਦੱਸ ਰਹੇ ਆ। ਹਾਂਜੀ ਤੇ ਸਟਾਰ ਹੁਣ ਇਹਦੇ ਨਾਲੋਂ ਕਿੰਨੇ ਗੁਣਾ ਜ਼ਿਆਦਾ ਦੂਰ ਹੋਣਗੇ ਨਾ, ਮਤਲਬ ਜਾਂ ਸਟਾਰ ਦਾ ਮਤਲਬ ਸਟਾਰ ਸੂਰਜ ਵੀ ਇੱਕ ਸਟਾਰ ਆ, ਸੂਰਜ ਵੀ ਇੱਕ ਤਾਰਾ ਆ। ਠੀਕ ਆ ਜੀ। ਸੋ ਮਤਲਬ ਕੀ ਜਦੋਂ ਪਹਿਲੇ ਜਦੋਂ ਪਹਿਲੋ ਪਹਿਲ ਮਤਲਬ ਅੱਜ ਤੋਂ 14 ਬਿਲੀਅਨ ਸਾਲ ਪਹਿਲਾਂ ਸਭ ਕੁਝ ਇਕੱਠਾ ਸੀਗਾ ਇੱਕ ਸਿੰਗੂਲੈਰਿਟੀ ਦੇ ਵਿੱਚ, ਬਿਲਕੁਲ ਮਤਲਬ ਕਹਿ ਲਓ ਕਿ ਅਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਸਾਰਾ ਮਾਸ ਇੱਕੋ ਚੀਜ਼ ਦੇ ਵਿੱਚ ਸਮਾਇਆ ਹੋਇਆ ਸੀਗਾ ਕਿ ਇੱਕ ਮਤਲਬ ਆਪਾਂ ਕਹਿੰਦੇ ਐਟਮ, ਐਟਮ ਤਾਂ ਬੜੀ ਵੱਡੀ ਚੀਜ਼ ਆ, ਉਸ ਤੋਂ ਵੀ ਛੋਟੀ ਚੀਜ਼ ਦੇ ਵਿੱਚ ਸਾਰੀ ਮਤਲਬ ਇੰਨੀ ਕੈਪੇਬਿਲਿਟੀ ਹੈਗੀ ਆ ਇੱਥੇ ਸਾਰੇ ਕੁਛ ਦੀ ਕਿ ਹਰ ਚੀਜ਼ ਇੱਥੇ ਮਤਲਬ ਸਮਾਈ ਹੋਈ ਸੀ ਆਪਣੇ ਆਪ ਦੇ ਵਿੱਚ। ਫਿਰ ਜਦੋਂ ਐਸ ਸੂਨ ਐਸ ਮਤਲਬ ਕਿ ਉਹ ਠੰਡੀ ਹੋਈ, ਠੰਡੀ ਹੋ ਕੇ ਇਹਨੇ ਐਕਸਪੈਂਡ ਕੀਤਾ ਆ, ਜਿਵੇਂ ਜਿਵੇਂ ਐਕਸਪੈਂਡ ਕਰਦੀ ਗਈ ਆ ਉਵੇਂ ਉਵੇਂ ਮਤਲਬ ਡਿਬਰੀ ਬਣਦੀ ਗਈ ਆ। ਫਿਰ ਡਿਬਰੀ ਨੇ ਕੀ ਕੀਤਾ ਜਿੱਦਾਂ ਜਿੱਦਾਂ ਮਤਲਬ ਕਿ ਮਾਸ ਦਾ ਇੱਕ ਰੂਲ ਹੈ ਕਿ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਦਾ ਆ, ਸਿੰਪਲ ਆ। ਕਿਉਂ ਮਤਲਬ ਕਿ ਤੁਸੀਂ ਦੋ ਚੀਜ਼ਾਂ ਜੇ ਤੁਸੀਂ ਦੋ ਚੀਜ਼ਾਂ ਸਪੇਸ ਦੇ ਵਿੱਚ ਰੱਖੋਗੇ ਤਾਂ ਓਵਰ ਟਾਈਮ ਇੱਕ ਦੂਜੇ ਨਾਲ ਕਲਾਈਡ ਕਰਨਗੀਆਂ, ਮਤਲਬ ਇੱਕ ਦੂਜੇ ਦੇ ਵਿੱਚ ਜਾ ਕੇ ਮਿਕਸ ਹੋ ਜਾਣਗੀਆਂ ਉਹ। ਕੋਈ ਵੀ ਆ ਪਰ ਹੁਣ ਇਸ ਜੇ ਆਪਾਂ ਆਖੀ ਕਿ ਧਰਤੀ ਤੋਂ ਬਾਹਰ ਹੋ ਜਾਣਗੀਆਂ, ਨਹੀਂ, ਕਿਉਂਕਿ ਧਰਤੀ ਦੀ ਗ੍ਰੈਵਿਟੀ ਉਹਨਾਂ ਤੇ ਐਕਟ ਕਰਦੀ ਹੋਏਗੀ ਨਾ, ਉਦੋਂ ਨਹੀਂ ਹੋਣਗੀਆਂ। ਮੈਨੂੰ ਲੱਗਦਾ ਮੁੜ ਕੇ 4 ਬਿਲੀਅਨ ਸਾਲ ਦੇ ਵਿੱਚ ਧਰਤੀ ਨੂੰ ਆਪਣੇ ਗਲਾਵੇ ਚ ਲੈ ਲੈਣਾ ਉਹਨੇ, ਤੇ ਉਸ ਤੋਂ ਸਾਡੇ ਕੋਲ ਅੰਦਾਜ਼ਨ ਬਹੁਤ ਨੀ, 4 ਬਿਲੀਅਨ ਨੀ, ਸਾਡੇ ਕੋਲ ਕਰੀਬ 1 ਬਿਲੀਅਨ ਸਾਲ ਹੀ ਆ, ਬਹੁਤਾ ਨੀ ਤਾਂ, ਕਿਉਂਕਿ 1 ਬਿਲੀਅਨ ਸਾਲ ਦੇ ਵਿੱਚ ਧਰਤੀ ਤੇ ਇੰਨੀ ਗਰਮੀ ਹੋ ਜਾਣੀ ਆ ਕਿ ਅਸੀਂ ਰਹਿ ਨੀ ਸਕਣਾ ਇੱਥੇ, ਪਾਣੀ ਇਵੈਪੋਰੇਟ ਹੋ ਜਾਣਾ ਸਾਰਾ, ਜਦੋਂ ਜਦੋਂ ਮਰਜ਼ੀ ਲਾ ਲਈਏ ਅਸੀਂ ਹੋ ਜਾਣਾ ਆ, ਸਾਡੇ ਕੋਲ ਅਸੀਂ ਟੈਕਨੋਲੋਜੀ ਨੀ ਡਿਵੈਲਪ ਕਰ ਸਕਦੇ ਨੀ। ਸ਼ਾਇਦ ਫਿਰ ਅਸੀਂ ਇਹ ਸੋਚ ਰਹੇ ਕਿ ਸ਼ਾਇਦ ਉਦੋਂ ਮਾਰਸ ਹੈਬਿਟੇਬਲ ਜ਼ੋਨ ਦੇ ਵਿੱਚ ਲਿਆ ਸਕੀਏ ਅਸੀਂ, ਜਿਹੜਾ ਸਾਡਾ ਅਗਲਾ ਗ੍ਰਹਿ ਮੰਗਲ, ਉਸ ਦੇ ਉੱਤੇ ਹੁਣ ਤਾਂ ਉਹ ਕਿਸੇ ਟਾਈਮ ਉਹ ਹੈਬਿਟੇਬਲ ਹੁੰਦਾ ਸੀਗਾ, ਪਰ ਹੁਣ ਉਹਦੇ ਉੱਤੇ ਦੇਖੋ ਕਿ ਬੜੀਆਂ ਚੀਜ਼ਾਂ ਹੈਗੀਆਂ, ਅਸੀਂ ਹੁਣ ਟ੍ਰੇਸਸ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਕੀ ਹੋਇਆ, ਕਿੱਦਾਂ ਕਿੱਦਾਂ ਕੀ ਕਿਸ ਤਰ੍ਹਾਂ ਦੀ ਲਾਈਫ ਜੇ ਹੋਈ ਵੀ ਤਾਂ ਪੈਦਾ ਹੋਈ, ਕਿਸ ਟਾਈਮ ਹੋਈ, ਤੇ ਜੇ ਉਹਨੇ ਆਪਣਾ ਮਤਲਬ ਐਟਮੋਸਫੇਅਰ ਲੂਜ਼ ਕੀਤਾ ਤਾਂ ਕਿਉਂ ਕੀਤਾ, ਕਿਉਂਕਿ ਸਾਨੂੰ ਉਹੀ ਸਮਝਣਾ ਪੈਣਾ ਨਾ, ਕਿਉਂਕਿ ਇਵੈਂਚੁਅਲੀ ਫਿਊਚਰ ਦਾ ਹਰ ਚੀਜ਼ ਦਾ ਇਹੀ ਆ। ਤੇ ਬਾਕੀ ਜੇ ਆਪਣੇ ਮਹਾ ਜਿਹੜੇ ਟਕਸਾਲੀ ਹੈ ਵੀਰ, ਉਹਨਾਂ ਨੂੰ ਕਹੋ ਕਿ ਤੁਹਾਡੇ ਲਈ ਸਾਡੇ ਥੋੜੇ ਸਵਾਲ ਹੋਰ ਆ, ਤੁਹਾਡੇ ਤਾਂ ਰੱਬ ਨਾਲ ਸਿੱਧੀ ਗੱਲ ਆ, ਸਾਨੂੰ ਵੀ ਪੁੱਛ ਕੇ ਦੱਸ ਦਿਓ। ਨਹੀਂ ਨਹੀਂ ਬੜੀ ਬਹੁਤ ਸਟ੍ਰੈਸ ਦੀ ਗੱਲ ਆ ਜੀ, ਇਹ ਗੱਲਾਂ ਨੂੰ ਸਮਝਣਾ ਜੋ ਇਦਾਂ ਇਹ ਕਰਨਾ ਬੜਾ ਜ਼ੋਰ ਲੱਗਦਾ ਜਾਣੀ ਕਰਨੇ ਨੂੰ, ਕਿਉਂਕਿ ਮਤਲਬ ਕਿ ਮੈਂ ਵੀ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨ ਦੇ ਵਿੱਚ ਥੋੜਾ ਔਖਾ ਰਿਹਾ, ਕਿਉਂਕਿ ਸਾਡੀ ਮਤਲਬ ਕਿ ਬੇਸਿਕ ਸਟੱਡੀ ਜਿਹੜੀ ਅੰਗਰੇਜ਼ੀ ਚ ਹੋਈ ਹੈ ਨਾ ਚੀਜ਼ ਦੀ, ਜੋ ਹਰ ਚੀਜ਼ ਅੰਗਰੇਜ਼ੀ ਦੇ ਵਿੱਚ, ਬਾਕੀ ਪੰਜਾਬੀ ਚ ਵੋਕੈਬਲਰੀ ਨਹੀਂ ਹੁੰਦੀ ਉਨੀ। ਹਾਂ ਉਹ ਅੰਗਰੇਜ਼ੀ ਦੇ ਵਿੱਚ ਉਹ ਬੜੇ ਆਰਾਮ ਨਾਲ ਕਹਿ ਦਿੰਦੇ ਗੱਲ, ਕਿਉਂਕਿ ਬਣੇ ਉਹ ਆ, ਕ੍ਰੀਏਟ ਕੀਤੇ ਉਹ ਨਹੀਂ ਤਾਂ, ਜਾਂ ਚਲੋ ਜੇ ਅੰਗਰੇਜ਼ੀ ਨਹੀਂ, ਜੇ ਕੋਈ ਜਰਮਨ ਭਾਸ਼ਾ ਰਸ਼ੀਆ ਦੇ ਵਿੱਚ ਉਹ ਸ਼ਬਦ ਬਣਾਏ ਉਹ ਨਹੀਂ ਆ ਜੀ, ਬਿਲਕੁਲ ਉਹ ਚ ਹਰੇਕ ਨੂੰ ਪਤਾ ਪਏ ਇਹਦੀ ਪਰਿਭਾਸ਼ਾ, ਇਹਦਾ ਅਰਥ ਇਹ ਹੈ, ਇੱਕ ਸ਼ਬਦ ਕਹਿਣ ਦੇ ਨਾਲ ਪੰਜਾਬੀ ਦੇ ਵਿੱਚ ਪੂਰਾ ਪਹਿਰਾ ਲਿਖਣਾ ਪੈਣਾ ਉਹ ਗੱਲ ਕਹਿਣ ਲਈ ਜਾਣੀ ਜੀ।
ਤੇ ਹੁਣ ਮਤਲਬ ਸਾਨੂੰ ਇਹ ਵੀਰ ਨੂੰ ਇਹ ਸਾਨੂੰ ਇਹ ਵੀਰ ਮੈਨੂੰ ਇਹੀ ਇਹੀ ਪੁੱਛ ਕੇ ਦੱਸ ਦੇਣ ਆਪਣੇ ਰੱਬ ਤੋਂ ਸਿੱਧਾ ਜੀ, ਜਿਹਨੂੰ ਵੀ ਰੱਬ ਮੰਨਦੇ ਆ ਜਾਂ ਜਿਹੜਾ ਵੀ ਮਹਾਂਪੁਰਖ ਇਹਨਾਂ ਦਾ ਜਿਹੜਾ ਵੀ ਹੈਗਾ, ਕਿ ਸਮਾਂ ਕੀ ਹੁੰਦਾ ਆ, ਇਹ ਆਪਣੇ ਵਿਚਾਰਾਂ ਦੇ ਵਿੱਚ ਦੱਸਣ ਕਿ ਸਮਾਂ ਕੀ ਹੁੰਦਾ। ਅਸੀਂ ਤਾਂ ਅਸੀਂ ਤੇ ਖੜੇ ਹਾਂ ਨਾ, ਅਸੀਂ ਕਹਿੰਦੇ ਕਿ ਸਾਨੂੰ ਸਮਝ, ਸਾਨੂੰ ਇਹ ਤਾਂ ਪਤਾ ਕਿ ਸਮਾਂ ਇੱਕ ਡਾਇਰੈਕਸ਼ਨ ਦੇ ਵਿੱਚ ਮੂਵ ਕਰਦਾ ਆ, ਪਰ ਸਾਨੂੰ ਇਹ ਨੀ ਪਤਾ ਸਮਾਂ ਹੈ ਕੀ। ਅਸੀਂ ਆਪਣੇ ਮਾਸੀ ਮੰਨਦੇ ਹਾਂ ਕਿ ਅੱਜ ਦੀ ਡੇਟ ਸਾਨੂੰ ਨਹੀਂ ਪਤਾ ਕਿ ਸਮਾਂ ਕੀ ਆ। ਨਹੀਂ ਹੁਣ ਜੇ ਮੈਨੂੰ ਮੈਨੂੰ ਕੋ ਪੁੱਛੇ ਜਾਣੀ, ਮੈਂ ਤਾਂ ਇਹੀ ਕਹੂੰਗਾ ਵੀ ਜਿੱਦਾਂ 2 ਵਜਦੇ ਆ, 3 ਵਜਦੇ ਆ, ਇਦਾਂ ਇਹ ਸਮਾਂ ਹੁੰਦਾ। ਪਰ ਨਹੀਂ ਵੀਰ ਜੀ, ਇਹ ਤਾਂ ਜਿਹੜੇ ਜਿਹੜੇ ਸਵਰਗਾਂ ਤੋਂ ਸੰਤਰੇ ਮੰਗਾਉਣ ਦੀ ਗੱਲ ਕਰਦੇ ਆ, ਉਹ ਦੱਸਣ ਨਾ। ਮੈਂ ਉਹੀ ਗੱਲ ਕਰਦਾ ਵੀ ਸਾਡੇ ਗੇਟ 'ਚ ਤਾਂ ਇੰਨੀ ਕੁ ਗੱਲ ਆ ਇਹ ਚੀਜ਼ਾਂ ਨੂੰ ਸਮਝਣਾ, ਜਦੋਂ ਅਸੀਂ ਗੁਰੂ ਪਾਤਸ਼ਾਹਾਂ ਨੂੰ ਇੱਦਾਂ ਬਣਾ ਕੇ, ਗੁਰੂ ਗ੍ਰੰਥ ਸਾਹਿਬ ਨੂੰ ਇੱਦਾਂ ਬਣਾ ਕੇ ਦੁਨੀਆਂ ਦੇ ਮੂਹਰੇ ਰੱਖਦੇ, ਦੁਨੀਆਂ ਤਾਂ ਹੱਸੂਗੀ ਨਾ ਸਾਡੇ ਤੇ। ਮੈਂ ਕਹਿੰਦਾ ਜੇ ਅੱਜ ਦੀ ਰੇਟ ਦੇ ਵਿੱਚ ਬਾਬਾ ਨਾਨਕ ਹੁੰਦਾ, ਉਹਨੇ ਕਹਿਣਾ ਸੀ ਕਿ ਪਹਿਲਾਂ ਅਸੀਂ ਆਹ ਜਿਹੜੇ ਜ਼ਰੂਰੀ ਕੰਮ ਕਰਨ ਵਾਲੇ ਹੱਲ ਕਰੀਏ, ਹੋਰ ਵੀ ਬੜੇ ਕੰਮ ਪਏ ਆ, ਰੱਬ ਨੂੰ ਬਾਅਦ ਚ ਦੇਖਾਂਗੇ। ਨਹੀਂ ਨਹੀਂ, ਉਹਨੇ ਤਾਂ ਗੁਰਦੁਆਰੇ ਦੇ ਵਿੱਚ ਵੀ ਸਭ ਤੋਂ ਜ਼ਰੂਰੀ ਨਾ ਫਿਜ਼ਿਕਸ ਆ, ਫਿਜ਼ਿਕਸ ਦੀਆਂ ਕਲਾਸਾਂ ਲਾਉਣੀਆਂ ਸ਼ੁਰੂ ਕਰ ਦੇਣੀਆਂ ਸੀ ਵੀ। ਜੀ ਬਿਲਕੁਲ, ਮਤਲਬ ਮੈਂ ਤਾਂ ਕਹਿੰਦਾ ਤੁਹਾਨੂੰ ਸਪੌਂਸਰਸ਼ਿਪ ਕਰਕੇ ਸਾਡੇ ਵੀ ਸਦਾ ਕਰੀਏ। ਅੱਜ ਜੇ ਗੁਰੂ ਸਾਹਿਬ ਹੁੰਦੇ ਤੇ ਉਹਨੇ ਇਹ ਕਹਿਣਾ ਸੀ ਵੀ ਸਾਨੂੰ ਆਹ ਚਲੋ ਪੈਸੇ ਇਕੱਠੇ ਕਰੋ, ਆਪਾਂ ਆਹ ਜਿਹੜੀਆਂ ਏਦਾਂ ਦੀਆਂ ਲੈਬੋਰਟਰੀਆਂ ਹੁਣ ਸਾਡੇ ਕੋਲ, ਠੀਕ ਆ, ਆਹ ਕੁਛ ਹੁਣ। ਬਹੁਤ ਸਾਰੇ ਬੰਦਿਆਂ ਨੇ ਈਲਨ ਮਸਕ ਦਾ ਮਜ਼ਾਕ ਉਡਾਇਆ ਸੀਗਾ ਜਦੋਂ ਉਹਨੇ ਕਿਹਾ ਸੀ ਕਿ ਰੀਯੂਜ਼ੇਬਲ ਰਾਕੇਟ ਬਣਾਉਣਾ ਮੈਂ। ਉਹਨੇ ਆਪਣੇ ਫਲਕਨ ਹੈਵੀ ਨਾਲ ਸਾਬਤ ਕਰਕੇ ਦਿਖਾਇਆ ਕਿ ਰਾਕੇਟ ਨੂੰ ਦੁਬਾਰਾ ਵੀ ਯੂਜ਼ ਕੀਤਾ ਜਾ ਸਕਦਾ। ਜਿਹੜਾ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਲੋਅਰ ਅਰਥ ਆਰਬਿਟ ਆ, ਜਿਹਨੂੰ ਅਸੀਂ ਲੋਅਰ ਅਰਥ ਆਰਬਿਟ ਕਹਿੰਦੇ ਆ, ਜਿਹੜਾ ਅੰਦਾਜ਼ਨ 700 ਕਿਲੋਮੀਟਰ ਸਿੱਧਾ ਬਿਲਕੁਲ ਤਾਂ ਨੂੰ, ਜਿੱਥੇ ਜਾ ਕੇ ਸਾਡੀ ਮੋਸਟ ਆਫ ਦਾ ਜਿਹੜੇ ਸਾਡੇ ਸੈਟੇਲਾਈਟਸ ਆ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਜਿਹੜੇ ਸਾਰੇ ਉੱਥੇ ਹੈਗੇ ਆ, ਉੱਥੇ ਸਾਨੂੰ 1 ਪਾਊਂਡ ਵਜਨ ਭੇਜਣ ਲਈ ਪਹਿਲਾਂ ਨਾਸਾ ਦੇ ਥਰੂ $50,000 ਦੇ ਕਰੀਬ ਡਾਲਰ ਖਰਚਾ ਆਉਂਦਾ ਸੀ 1 ਪਾਊਂਡ ਭੇਜਣ ਦਾ। 1 ਪਾਊਂਡ ਵੇਟ ਸਮਝਦੇ ਨਾ ਕਿ ਆਪਣਾ ਕਿਲੋ ਤੋਂ ਵੀ ਘੱਟ ਹੁੰਦਾ, ਤੇ ਉਹਨੂੰ ਭੇਜਣ ਲਈ $50,000 ਤੋਂ $50,000 ਦੇ ਕਰੀਬ ਚਾਰਜ ਕਰਦੀ ਸੀ ਨਾਸਾ ਆਪਣੇ ਰਾਕੇਟ ਦੇ ਉੱਤੇ। ਪਰ ਈਲਨ ਮਸਕ ਨੇ ਉਹਦੀ 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 ਕੋਸਟ ਲੈ ਦੀ $8,000 ਪਾਊਂਡ ਦੀ। ਉਹ ਕਹਿੰਦਾ ਕਿ ਹੁਣ ਉਹ ਫਾਲਕਨ ਹੋਰ ਇੱਕ ਹੋਰ ਬਣਾ ਰਹੇ ਨੇ, ਬਿਗ ਫਾਲਕਨ ਹੈਵੀ ਰੈਕਟ ਬਣਾ ਰਹੇ ਨੇ, ਦੁਨੀਆਂ ਦਾ ਸਭ ਤੋਂ ਵੱਡਾ ਰਾਕਟ ਲਾਂਚਰ ਹੋਊਗਾ। ਕਿ ਮਤਲਬ ਜੇ ਉਹ ਕਰ ਸਕਦੇ ਨੇ ਤੇ ਤੁਹਾਡੇ ਤਾਂ ਰੱਬ ਨਾਲ ਸਿੱਧੀ, ਤੁਸੀਂ ਸਿੱਧੇ ਸਵਾਲ ਪੁੱਛਣਾ ਪੁੱਛਣਾ ਕਿ ਗ੍ਰੈਵਿਟੀ ਦਾ ਸਲਿੰਗ ਸ਼ਾਟ ਲੈ ਕੇ ਤਾਂ ਜਾਂਦੇ ਆ। ਹਾਂ ਵੀ ਭਾਈ ਹੈ ਕਿਸ ਉਹਦੇ ਤੇ ਆਪਣੀ ਥਿਊਰੀ ਤਾਂ ਦੇਣ ਯਾਰ, ਪਹਿਲਾਂ ਤੁਸੀਂ ਦੱਸੋ ਨਾ ਸਹੀ ਕੀ ਆ। ਉਦਾਂ ਹੀ ਕਹੀ ਜਾਣੇ ਸਾਰਾ ਕੁਛ ਰੱਬ ਨੇ ਬਣਾਇਆ, ਸਾਰਾ ਕੁਛ ਸਾਡੇ ਰੱਬ ਨੇ ਬਣਾਇਆ, ਉਹ ਜੋ ਚਾਹੇ ਕਰ ਸਕਦਾ, ਜੋ ਚਾਹੇ ਏਦਾਂ ਕਿੱਦਾਂ ਕਰ ਸਕਦਾ, ਏਦਾਂ ਨੀ ਨਾ ਹੁੰਦਾ ਜੋ ਚਾਹੇ ਕਰ ਸਕਦਾ। ਚਲੋ ਇਹਨਾਂ ਦੇ ਉਹਨੂੰ ਇਹਨਾਂ ਦੇ ਬਣਾਈ ਨੂੰ ਅਸੀਂ ਬਾਅਦ ਚ ਮੰਨ ਲਵਾਂਗੇ, ਪਹਿਲਾਂ ਸਾਨੂੰ ਸਮਝਾਉਣ ਲੱਗ ਪੈਣ ਵੀ ਜੋ ਕੁਛ ਹੈਗਾ ਆ ਕਿੱਦਾਂ ਆ ਇਹ। ਤੁਸੀਂ ਵੀਰ ਜੀ ਸਾਡੇ ਕੋਲ ਦੋ, ਇਹਨਾਂ ਨੂੰ ਮੈਂ ਦੋ ਚੀਜ਼ਾਂ ਕਹਿੰਦਾ ਆ, ਦੋ ਚੀਜ਼ਾਂ ਬਾਰੇ ਦੱਸ ਸਕਣ ਮੇਰੇ ਸਾਰੇ ਜਿਹੜੇ ਵੀ ਟਕਸਾਲੀ ਵੀਰ ਹੋਰ ਵੀ ਸੁਣ ਰਹੇ ਆ, ਜਿਹਨਾਂ ਨੂੰ ਮਾੜਾ ਮੋਟਾ ਵੀ ਤੁਹਾਨੂੰ ਲੱਗਦਾ ਕਿ ਕੋਈ ਤੁਹਾਡਾ ਸਿੱਧਾ ਕਿਸੇ ਮਹਾਂਪੁਰਖ ਨਾਲ ਕਨੈਕਸ਼ਨ ਆ, ਤਾਂ ਵੀਰ ਸਾਨੂੰ ਦੋ ਚੀਜ਼ਾਂ ਬਾਰੇ ਜ਼ਰੂਰ ਦੱਸੇ, ਡਾਰਕ ਐਨਰਜੀ ਤੇ ਡਾਰਕ ਮੈਟਰ। ਸਾਨੂੰ ਪਤਾ ਆ ਕਿ ਹੈਗਾ ਆ, ਪਰ ਸਾਨੂੰ ਇਹ ਨੀ ਪਤਾ ਕੀ ਆ ਇਹ। ਜੇ ਤੁਹਾਨੂੰ ਵੀਰ ਤੁਹਾਨੂੰ ਕਿਸੇ ਨੂੰ ਵੀ ਪਤਾ ਤਾਂ ਸਾਨੂੰ ਵੀ ਜ਼ਰੂਰ ਦੱਸੋ ਜੀ, ਅਸੀਂ ਵੀ ਸਾਰੀ ਦੁਨੀਆਂ ਨੂੰ ਦੱਸਣਾ ਚਾਹਾਂਗੇ ਕਿ ਸਾਨੂੰ ਇਹ ਤਾਂ ਪਤਾ ਕਿ ਇਹਦੇ ਇਫੈਕਟ ਕੀ ਹੈਗੇ ਆ, ਚਾਹੇ ਇਹ ਇੱਥੇ ਹੈਗਾ ਆ। ਜਿੱਦਾਂ ਹੁਣ ਆਪਣੇ ਪਲੂਟੋ ਨੂੰ ਪਲੈਨਟ 9 ਦੇ ਵਿੱਚੋਂ ਕੱਢ ਦਿੱਤਾ ਗਿਆ ਆ, ਠੀਕ ਹੈ, ਕਿ ਉਹ ਡਵਾਫ ਪਲੈਨਟ ਗਿਣਿਆ ਜਾਂਦਾ ਕਿ ਛੋਟਾ ਪਲੈਨਟ ਆ, ਉਹ ਪਲੈਨਟ ਦੇ ਵਿੱਚ ਨਹੀਂ ਆਉਂਦਾ। ਪਰ ਸਾਡੇ ਕੋਲੇ ਕਰੀਬਨ ਮਤਲਬ ਬਹੁਤ ਵੱਡੇ ਪਲੈਨਟ ਦੇ ਗ੍ਰੈਵੀਟੇਸ਼ਨਲ ਇਫੈਕਟ ਹੈਗੇ ਬਾਕੀ ਸਾਰੇ ਪਲੈਨਟ ਦੇ ਉੱਤੇ, ਜਿਹਦੇ ਨਾਲ ਸਾਨੂੰ ਪਤਾ ਹੈ ਕਿ ਇੱਥੇ ਕੋਈ ਨਾ ਕੋਈ ਗ੍ਰਹਿ ਆਬਜੈਕਟ ਹੈਗਾ ਆ, ਸਾਨੂੰ ਲੱਭਣ ਦੀ ਲੋੜ ਆ। ਅਸੀਂ ਇਹ ਨੀ ਕਹਿੰਦੇ 8 ਗ੍ਰਹਿ ਹੋ ਗਏ ਤੇ ਖਤਮ ਹੋ ਗਏ, ਨਹੀਂ, ਸੂਰਜ ਦੇ ਹੋਰ ਵੀ ਹੈਗੇ ਚੀਜ਼ਾਂ ਨਾਲ, ਸਾਨੂੰ ਹਜੇ ਤੱਕ ਪਤਾ ਨੀ ਹੈਗਾ।
ਜਿਹੜਾ ਮਨੁੱਖੀ ਦਿਮਾਗ ਆ ਉਹੀ ਨੀ ਗੇੜ ਚ ਆ ਰਿਹਾ ਇਹਨਾਂ ਤੋਂ ਫਰਸਟ੍ਰੇਸ਼ਨ ਨੀ ਆਪਣੀ ਕਾਬੂ ਹੋ ਰਹੀ ਮੈਂ ਆਪਣੀ ਗੱਲ ਦੱਸਦਾ ਕਿ ਮੈਂ ਮਤਲਬ ਮੈਨੂੰ ਨਾ ਡਿਪਰੈਸ਼ਨ ਦਾ ਇਸ਼ੂ ਆ ਠੀਕ ਹੈ ਹਾਂਜੀ ਜਦੋਂ ਵੀ ਇਹਨਾਂ ਦੇ ਮੂਹਰੇ ਕੋਲ ਗੱਲ ਕਰੀਦੀ ਹੈ ਨਾ ਵੀ ਇਹ ਮੇਰੇ ਇਸ ਚੀਜ਼ ਦੇ ਉੱਤੇ ਲੈ ਜਾਂਦੇ ਆ ਕਿ ਆਹ ਦੇਖ ਲੈ ਤੈਨੂੰ ਰੱਬ ਨੇ ਕੀ ਕੀਤਾ ਤੇ ਮੈਂ ਕਿਹਾ ਰੱਬ ਨਾਲ ਕੀ ਲੈਣਾ ਦੇਣਾ ਉਹ ਤਾਂ ਮੇਰੇ ਬਚਪਨ ਦਾ ਮੇਰਾ ਬਚਪਨ ਕਿੱਦਾਂ ਬੀਤਿਆ ਜੋ ਚੀਜ਼ਾਂ ਦੇ ਵਿੱਚ ਮੈਨੂੰ ਇਸ਼ੂ ਆਏ ਉਹ ਚੀਜ਼ ਵੱਡੀ ਹੋ ਕੇ ਉਹਨੇ ਮੇਰੀ ਪਰਸਨੈਲਿਟੀ ਉਦੋਂ ਦੀ ਬਣਾਤੀ ਹੈ ਕਿ ਮੈਂ ਕਈ ਚੀਜ਼ਾਂ ਨੂੰ ਹੈਂਡਲ ਨਹੀਂ ਕਰ ਸਕਦਾ ਉਸ ਦੇ ਲਈ ਹੁਣ ਮੈਂ ਆਪਣਾ ਜ਼ੋਰ ਲਾ ਰਿਹਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਰੱਬ 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 ਨੇ ਰੱਬ ਨੂੰ ਨਾਲੇ ਮੈਂ ਰੱਬ ਨੂੰ ਕੀ ਆਖੇ ਤੁਹਾਡੇ ਨੂੰ ਸਿੰਪਲ ਜੀ ਗੱਲ ਨਾ ਮਤਲਬ ਉਹ ਬੰਦੇ ਨੂੰ ਉਹਦੇ ਕਾਬੂ ਕਰਨ ਦਾ ਕੁਛ ਹੋਣਾ ਚਲੋ ਮਨ ਮਿਲਾਓ ਕਿ ਠੀਕ ਹੈ ਮੈਂ ਪਿਛਲੇ ਮੈਂ ਪਹਿਲਾਂ ਸੁਇਸਾਈਡ ਅਟੈਂਪਟਸ ਵੀ ਕੀਤੀਆਂ ਹੈਲੋ 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 ਹਾਂਜੀ ਭਾਈ ਆ ਰਹੀ ਆਵਾਜ਼ ਹਾਂਜੀ ਹਾਂਜੀ ਮੈਂ ਕਿਹਾ ਮੈਂ ਮਤਲਬ ਕਿ ਮੈਂ ਪਾਸਟ ਦੇ ਸੁਇਸਾਈਡ ਅਟੈਂਪਟਸ ਵੀ ਕੀਤੀਆਂ ਠੀਕ ਹੈ ਹਾਂਜੀ ਇਹ ਬੰਦਿਆਂ ਨੇ ਲਿਟਰਲੀ ਮੈਨੂੰ ਇਹ ਆਖਿਆ ਕਿ ਤੂੰ ਰੱਬ ਨਾ ਰੱਬ ਨਾ ਰੱਬ ਨਾ ਮਤਲਬ ਕਿ ਤੂੰ ਨਾਰਾਜ਼ ਆਇਆ ਮੈਂ ਤੂੰ ਸਿੱਖੀ ਛੱਡੀ ਆ ਇਸ ਕਰਕੇ ਤਾਂ ਮੈਂ ਸਾਰਾ ਕੁਛ ਹੋ ਰਿਹਾ ਫਿਰ ਤੁਹਾਨੂੰ ਕੀ ਪਤਾ ਮੇਰੇ ਅੰਦਰ ਕੀ ਚੱਲ ਰਿਹਾ ਬਿਲਕੁਲ ਕਿ ਤੁਸੀਂ ਜਾਣਦੇ ਹੋ ਕਿ ਮੇਰੇ ਅੰਦਰ ਕੀ ਚੱਲ ਰਿਹਾ ਕਿ ਤੁਸੀਂ ਜਾਣਦੇ ਹੋ ਕਿ ਮੇਰਾ ਬਚਪਨ ਕਿੱਦਾਂ ਬੀਤਿਆ ਬਿਲਕੁਲ ਕਿਸੇ ਨਾਲ ਵੀ ਹੋ ਸਕਦਾ ਏਦਾਂ ਤਾਂ ਫਿਰ ਬਸ ਉਹਨੂੰ ਸਮਝਣਾ ਜ਼ਰੂਰੀ ਆ ਨਾ ਸਾਡੇ ਲਈ ਜਿਹੜਾ ਇੱਥੇ ਦਾ ਸਾਡਾ ਜੀਵਨ ਆ ਉਹਨੂੰ ਸਮਝ ਲਈ ਬਾਕੀ ਮੈਂ ਕਹਿੰਦਾ ਕਿ ਵੀਰ ਜੀ ਸਾਡੇ ਇੰਡੀਆ ਕਿ ਤੁਸੀਂ ਮੰਨਦੇ ਹੋ ਕਿ ਮੈਂ ਤੁਹਾਨੂੰ ਬਹੁਤ ਸਾਰੇ ਸਾਈਕੋਲੋਜਿਸਟ ਨਾਲ ਮਿਲਾ ਦਿੰਦਾ ਆ ਜਿਹੜੇ ਕਿ ਉਹ ਜਿਹੜੀ 24/7 ਹੈਲਪਲਾਈਨ ਨਾਲ ਗੱਲ ਦੇ ਉੱਤੇ ਕੰਮ ਕਰਦੇ ਰਹੇ ਆ ਤੇ ਵਾਲੰਟਰੀ ਉਹ ਰੈਡੀ ਵੀ ਇਸ ਚੀਜ਼ ਦੇ ਉੱਤੇ ਬਿਆਨ ਦੇਣ ਲਈ ਉਹ ਕਹਿੰਦੇ ਕਿ ਸਾਡੇ ਮੋਸਟ ਆਫ ਦਾ ਕਲਾਇੰਟ ਆ ਨਾ ਜਿਹੜੇ ਮੋਸਟ ਆਫ ਦਾ ਕਲਾਇੰਟ ਜਿਹੜੇ ਫੋਨ ਕਰਦੇ ਆ ਉਹ ਇੰਡੀਅਨ ਮੇਲ ਆ ਕਿਉਂ ਕਰਦੇ ਆ ਉਹ ਕਹਿੰਦੇ ਆ ਕਿ ਸਾਨੂੰ ਇੱਥੇ ਆ ਕੇ ਇਨਫੀਰੀਅਰ ਫੀਲ ਹੁੰਦਾ ਆ ਤੁਸੀਂ ਗੁਲਾਮੀ ਉਹਨਾਂ ਦੇ ਅੰਦਰ ਬਾਤੀ ਆ ਬਸ ਉਹ ਜਿੰਨਾ ਚਿਰ ਸਾਡਾ ਜਿਹੜਾ ਵਿਕਾਸ ਆ ਨਾ ਉਹਦੇ ਰੁਕਣ ਦਾ ਕਾਰਨ ਵੀ ਇਹੀ ਆ ਅਸੀਂ ਕੱਲੀ ਗੁਲਾਮੀ ਨੀ ਹੈਗੀ ਦੋ ਚੀਜ਼ਾਂ ਇਕੱਠੀਆਂ ਵੀ ਰਾਈਆਂ ਆ ਜੀ ਜਿੱਦਾਂ ਨਾ ਜਿੰਨੇ ਅੰਦਰੋਂ ਛੋਟੇ ਆ ਜੀ ਉਨੀਆਂ ਸਾਨੂੰ ਬਾਹਰੋਂ ਫੁਕਰੀਆਂ ਮਾਰਨ ਦੀ ਆਦਤ ਪਾ ਦਿੱਤੀ ਆ ਹਾਂ ਬਿਲਕੁਲ ਕਿ ਵੱਡਾ ਕਰਕੇ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਸ਼ੁਰੂ ਤੋਂ ਇਹ ਸਹਿ ਗਿਆ ਕਿ ਵੱਡਾ ਆਪਣੇ ਆਪ ਨੂੰ ਕਿਤੇ ਆਹ ਕੰਮ ਨਾ ਆਹ ਗੱਲ ਨਾ ਕਹਿੰਦੇ ਜੋ ਕਿ ਲੋਕ ਤੁਹਾਡੇ ਬਾਰੇ ਆਹ ਸੋਚਦੇ ਬਸ ਹੁਣ ਜੇ ਨਾ ਕੱਲਾ ਇਨਫਿਨਿਟੀ ਕੰਪਲੈਕਸ ਹੋਵੇ ਉਹਦਾ ਇਲਾਜ ਹੈਗਾ ਆ ਜੀ ਉਹ ਤਾਂ ਬੰਦਾ ਸਿੱਖ ਲਊਗਾ ਉਹਨੂੰ ਪੜ੍ਹਨੇ ਪਾ ਦਿਓ ਤੁਸੀਂ ਬਰਾਬਰ ਬਾਕੀ ਉਹਦੇ ਅੰਦਰੋਂ ਜਗਾ ਦਿਓ ਵੀ ਤੇਰੇ ਅੰਦਰ ਆਹ ਵਧੀਆ ਚੀਜ਼ ਹੈਗੀ ਆ ਜਗਾਉਣਾ ਪਰ ਭਾਜੀ ਤੁਸੀਂ ਦੇਖੋ ਜਿਹੜਾ ਬੰਦਾ 50 ਦੇ 50 ਦੇ ਏਜ ਚ ਆ ਗਿਆ ਆ ਜਿਹੜਾ 30+ ਆ ਗਿਆ ਆ ਉਹ ਇਸ ਚੀਜ਼ ਨਾਲ ਬਹੁਤ ਸਟਰਗਲ ਕਰਦਾ ਆ ਵੀਰਾ ਮੈਂ 52 ਦਾ ਆ ਅੱਛਾ ਮੇਰੀ 52 ਆ ਉਮਰ ਆ ਹੁਣ ਠੀਕ ਆ ਤਾਂ ਮੇਰੀ ਹੁਣ ਮੇਰੀ 23 ਆ ਨਹੀਂ ਹਾਂ ਮੈਂ 51 ਦਾ ਹੋ ਗਿਆ ਆ ਜਾਣੀ ਜੀ 52ਵਾਂ ਸਾਲ ਆ ਮੈਨੂੰ ਲੱਗਾ ਆ ਠੀਕ ਆ ਔਖਾ ਤਾਂ ਹੁੰਦਾ ਆ ਪਰ ਕੋਈ ਜਿਹੜੀ ਵੀ ਚੀਜ਼ ਸਿੱਖਣੀ ਆ ਚਾਹੇ ਫਿਜ਼ੀਕਲੀ ਆ ਮੈਂਟਲੀ ਆ ਕੋਈ ਲੈਣਾ ਗਿਆਨ ਕੁਛ ਕਬੂਲਣਾ ਆ ਨਹੀਂ ਪ੍ਰੋਬਲਮ ਸਿੱਖ ਲੈਂਦਾ ਬੰਦਾ ਕਰਦਾ ਮਿਹਨਤ ਕਰੇ ਤਾਂ ਕਰਦਾ ਹੀ ਆ ਜੀ ਹੁਣ ਮੈਨੂੰ ਇਹ ਵੀ ਮੈਂ ਕਹਿੰਦਾ ਕਿ ਆਪਾਂ ਜਿਹੜੀ ਚੀਜ਼ ਆਪਾਂ ਜਿਹੜੀ ਚੀਜ਼ ਆਪਾਂ ਨੂੰ ਪਤਾ ਠੀਕ ਆ ਮੈਨੂੰ ਥਿਓਰੈਟੀਕਲ ਫਿਜ਼ਿਕਸ ਬਾਰੇ ਪਤਾ ਆ ਠੀਕ ਆ ਉਹਦੇ ਬਾਰੇ ਮੈਨੂੰ ਪਤਾ ਹੈ ਜਿੰਨਾ ਵੀ ਪਤਾ ਠੀਕ ਆ ਮੈਂ ਆਪਣਾ ਉਹਨਾਂ ਕੀ ਕਹਿੰਦਾ ਕਿ ਮੈਨੂੰ ਇੰਨਾ ਕੁ ਪਤਾ ਆ ਪਰ ਇਹਦਾ ਮਤਲਬ ਠੀਕ ਹੈ ਦੂਜੇ ਪਾਸੇ ਜਾਣ ਜੇ ਮੰਨ ਲਓ ਮੈਨੂੰ ਡਿਪਰੈਸ਼ਨ ਆ ਤੇ ਮਤਲਬ ਮੈਂ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਸਕਦਾ ਇਹਦਾ ਮਤਲਬ ਇਹ ਥੋੜੀ ਕਿ ਮੇਰੀ ਥਿਓਰੈਟੀਕਲ ਦੇ ਵਿੱਚ ਜਿਹੜੀ ਗੱਲ ਆ ਉਹ ਵੀ ਗਲਤ ਸਾਬਤ ਹੋ ਜਾਣੀ ਆ ਹਾਂ ਉਹ ਜਾਣੀ ਪ੍ਰੋਬਲਮ ਸਾਡੀ ਦਾ ਹੱਲ ਬਹੁਤ ਸੌਖਾ ਹੋ ਸਕਦਾ ਜੇ ਅਸੀਂ ਇਹ ਕਬੂਲ ਲਈਏ
ਭਈ ਆਹ ਮੇਰੇ ਚ ਕਮਜ਼ੋਰੀ ਆ। ਹੁਣ ਸਾਨੂੰ ਇਹ ਸਿਖਾਇਆ ਗਿਆ ਆ ਵੀ ਜੇ ਤੁਸੀਂ ਇਹ ਕਮਜ਼ੋਰੀ ਕਬੂਲ ਲਈ ਤਾਂ ਇਹਦਾ ਮਤਲਬ ਗੁਰੂ ਸਾਹਿਬ ਛੋਟੇ ਪੈ ਜਾਣੇ ਆ। ਬਿਲਕੁ�ਲ ਨੀ ਵੀਰ ਜੀ, ਬਿਲਕੁਲ ਆਪਣੇ ਵਰਗੇ ਗੱਲ ਸੁਣੋ। ਉਹ ਫਿਰ ਉਹ ਕੀ ਨਾਲ ਉਹਦੇ ਬਾਈ ਉਹ ਜਿਹੜੇ ਹਰਪ੍ਰੀਤ ਸਿੰਘ ਮੱਖੂ ਦੀ ਇੰਟਰਵਿਊ ਆ ਰਹੀ ਸੀਗੀ, ਹਾਂਜੀ, ਉਹ ਬਾਈ ਮੁਸਲਮਾਨ ਸੀਗਾ, ਉਹਦਾ ਨਾਮ ਮੈਨੂੰ ਭੁੱਲ ਗਿਆ। ਠੀਕ ਹੈ, ਉਹ ਇਹ ਕਹਿੰਦੇ ਆ ਕਿ ਤੁਸੀਂ ਹਲਾਲ ਨੀ ਖਾਣਾ। ਬਾਬੇ ਨਾਨਕ ਦੀ ਪਹਿਲੀ ਜਰਨੀ ਆ ਜਿਹੜੀ ਕਿੰਨੇ ਤਿੰਨ 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 ਸਾਢੇ ਤਿੰਨ ਸਾਲ ਦੀ ਆ, ਕੋਈ ਬੰਦਾ ਦੁਨੀਆ ਦਾ ਦੱਸੇ ਭਈ ਉਹ ਜਿਹੜਾ ਦਾਵਾ ਕਰੇ ਭਈ ਮੈਂ ਕਿਸੇ ਤਰ੍ਹਾਂ ਦਾ ਮੀਟ ਨੀ ਖਾਂਦਾ, ਮੰਨ ਲਓ ਪਾਣੀ ਵੀ ਨਹੀਂ ਪੀਂਦਾ, ਬਿਲਕੁਲ ਝੂਠਾ ਦਾਵਾ ਆ, ਮਤਲਬ ਫਿਰ ਵੀ ਜੋ ਖਾਂਦਾ ਆ ਉਹਦਾ ਜੋ ਬਣਦਾ ਤਾਂ ਖੂਨ ਏ ਅੰਦਰ ਜਾ ਕੇ। ਹਾਂ ਬਿਲਕੁਲ ਸਿੰਪਲ ਆ, ਬਾਹਰੋਂ ਖੂਨ ਨੂੰ ਦੇਖ ਕੇ ਤੂੰ ਨਫ਼ਰਤ ਕਰ ਰਿਹਾ, ਹੁਣ ਇਹਦਾ ਮਤਲਬ ਮੂੰਹ ਦੇ ਰਾਹੀਂ ਤੂੰ ਉਹ ਖਾ ਰਿਹਾ ਜਿਹਦੇ ਜਿਹੜਾ ਖੂਨ ਦਾ ਤੱਤ ਆ ਜੀ, ਜਿਹਦੇ ਵਿੱਚੋਂ ਅੰਦਰ ਜਾ ਕੇ ਖੂਨ ਬਣ, ਕਿਉਂ ਜੇ ਖੂਨ ਬਣੇ ਨਾ। ਨਹੀਂ ਜੇ ਮੈਂ ਤਾਂ ਇਹਨਾਂ ਨੂੰ ਸਿੰਪਲ ਹੀ ਸਵਾਲ ਕਰ ਦਾਂ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜੀਵ ਹੱਤਿਆ ਨਹੀਂ ਕਰਨੀ ਤੇ ਫਿਰ ਮਿੱਟੀ ਖਾਇਆ ਕਰੋ, ਕਿਉਂ ਖਾਣੇ ਹੁਣ ਤਾਂ ਏਦਾਂ ਤਾਂ ਗੱਲ ਸੁਣੋ। ਮੈਂ ਉਹਦੇ ਵੀ ਆਪਾਂ ਗੱਲ ਕੀਤੀ ਸੀਗੀ ਕਿ ਭਾਈ ਕੋਈ ਵੀ ਜੀਵ ਜੰਤੂ ਆ ਜਿਹੜੇ ਵੀ ਉਹਦੇ ਫਲ ਪੱਤੇ ਆ ਜਾਂ ਬੂਟੇ ਆ ਜਾਂ ਉਹਦੇ ਬੀਜ ਆ ਜੋ ਵੀ ਆ, ਉਹ ਤੁਹਾਡੇ ਖਾਣ ਲਈ ਐਕਚੁਲੀ ਕ੍ਰੀਏਟ ਨਹੀਂ ਕਰ ਰਿਹਾ ਉਹ। ਠੀਕ ਹੈ, ਮੈਂ ਉਹਦੇ ਅੰਬ ਦੀ ਗੁਠਲੀ ਆ ਨਾ ਜਿਹੜੀ ਅੰਬ ਦੀ ਗਿੜਕ ਹੁੰਦੀ ਆ, ਜਦੋਂ ਅੰਬ ਦਾ ਬੂਟ ਮਤਲਬ ਅੰਬ ਇੱਕ ਪੱਕ ਕੇ ਥੱਲੇ ਡਿੱਗਦਾ ਆ, ਥੱਲੇ ਡਿੱਗ ਕੇ ਉਹਨੇ ਹੌਲੀ ਹੌਲੀ ਉੱਤੇ ਮਿੱਟੀ ਪੈਣੀ ਹੁੰਦੀ ਆ ਹਵਾ ਨਾਲ ਉੱਡ ਉੱਡ ਕੇ। ਠੀਕ ਹੈ, ਉਹਦੇ ਵਿੱਚ ਜਿਹੜਾ ਆਸਾ ਪਾਸਾ ਜਿਹੜਾ ਆਪਾਂ ਖਾਂਦੇ ਹਾਂ ਜਿਹਨੂੰ ਕਹਿੰਦੇ ਆ, ਉਹਦਾ ਖੁਰਾਕ ਬਣਨਾ ਹੁੰਦਾ ਹੈ। ਜਿੱਦਾਂ ਆਂਡੇ ਦੇ ਵਿੱਚ ਜਿਹੜੀ ਵਾਈਟ ਆ ਨਾ ਇੱਕ ਵਾਈਟ, ਉਹ ਯੋਕ ਦੇ ਵਿੱਚ ਬੱਚੇ ਦੀ ਖੁਰਾਕ ਬਣਦਾ ਆ, ਬਿਲਕੁਲ ਸੇਮ ਕਨਸੈਪਟ ਆ ਵੀਰ ਜੀ। ਸਹੀ ਚੀਜ਼ਾਂ ਹਾਲਾਤ ਨੂੰ ਦੁਨੀਆਂ ਦੀ ਜਿਹੜੀ ਚੀਜ਼ ਮਰਜ਼ੀ ਹੈ ਨਾ, ਜਿਹਨੂੰ ਤੁਸੀਂ ਬੀਜ ਕਹਿੰਦੇ ਆ, ਕਿਸੇ ਵੀ ਚੀਜ਼ ਬੀਜ ਆ, ਭਾਵੇਂ ਉਹ ਆਂਡਾ ਆ, ਚਾਹੇ ਉਹ ਸਪਰਮ ਆ, ਚਾਹੇ ਉਹ ਠੀਕ ਹੈ ਬੀਜ ਕੋਈ ਗਿੜਕ ਹੈਗੀ ਹੈ, ਜਿਹੜੀ ਚੀਜ਼ ਮਰਜ਼ੀ ਲਾ ਲਓ, ਜਦੋਂ ਉਹਨੂੰ ਸਹੀ ਕੰਡੀਸ਼ਨਾਂ ਮਿਲਦੀਆਂ ਨਾ, ਉਹਦੇ ਚੋਂ ਇੱਕੋ ਜਿਹੀ ਲਾਈਫ ਕ੍ਰੀਏਟ ਹੁੰਦੀ ਹੈ ਅੱਗੇ। ਸਾਰਿਆਂ ਦੇ ਵਿੱਚ ਕੇਪੇਬਿਲਿਟੀ ਹੈ ਲਾਈਫ ਦੀ, ਤੁਸੀਂ ਇਹ ਨੀ ਕਹਿ ਸਕਦੇ ਫਲਾਣੀ ਚੀਜ਼ ਦੇ ਵਿੱਚ ਮਤਲਬ ਮਾਸ ਹੈਗਾ ਤੇ ਫਲਾਣੀ ਚੀਜ਼ ਨਹੀਂ ਹੈਗਾ, ਸਾਰਿਆਂ ਚ ਹੈਗਾ। ਠੀਕ ਹੈ, ਇੱਕ ਇੱਕ ਤਾਂ ਹੈਗਾ ਕਿ ਤੁਹਾਨੂੰ ਇੱਕ ਤੁਹਾਡੇ ਨਾਲ ਤੁਹਾਡੇ ਨਾਲ ਡੀਐਨਏ ਜ਼ਿਆਦਾ ਮਿਲਦਾ ਹੈ, ਕਲੋਜ਼ ਹੈ ਤੁਹਾਡੇ, ਤੁਸੀਂ ਕਹਿੰਦੇ ਕਿ ਸਾਡੇ ਵਰਗਾ ਹੈ, ਤੁਹਾਡੇ ਵਰਗਾ ਇੱਕ ਦੀ ਡਾਇਰੈਕਸ਼ਨ ਟੋਟਲੀ ਡਿਫਰੈਂਟ ਆ। ਤੁਸੀਂ ਤੁਸੀਂ ਇਹਦਾ ਉਹ ਕਹਿੰਦੇ ਕਿ ਸਾਨੂੰ ਦੱਸੋ ਤਾਂ ਸਹੀ ਨਾ ਕਿ ਭਾਈ ਅਸੀਂ ਹੁਣ ਇਹ ਬਹੁਤੇ ਵੀਰ ਸਾਨੂੰ ਸਾਨੂੰ ਇਹ ਭੁਲੇਖਾ, ਸਾਨੂੰ ਪਤਾ ਬਾਜੀ ਇਹ ਵੀ ਮੂਰਖ ਬਣਾਉਂਦੇ ਆ ਜਦੋਂ, ਕਿਉਂਕਿ ਸਾਡੇ ਸਾਡਾ ਕਸੂਰ ਸਾਡਾ ਹੀ ਇਹ ਚ ਬਹੁਤੇ ਬੰਦਿਆਂ ਦਾ, ਜਦੋਂ ਅਸੀਂ ਇਹ ਕਹਿੰਦੇ ਕਿ ਬੰਦਾ ਬਾਂਦਰਾ ਤੋਂ ਬਣਿਆ, ਪਰ ਅਸਲੀ ਗੱਲ ਇਹ ਨੀ ਹੈ ਕਿ ਬੰਦਾ ਬਾਂਦਰਾ ਤੋਂ ਨਹੀਂ ਬਣਿਆ, ਸ਼ਾਇਦ ਤੁਹਾਨੂੰ ਵੀ ਕਿਸੇ ਨੇ ਇਹੀ ਦੱਸਿਆ ਹੋਵੇ ਕਿ ਬੰਦਾ ਬਾਂਦਰਾ ਤੋਂ ਬਣਿਆ। ਜਦੋਂ ਉਹ ਜਿਹੜੀ ਥਿਊਰੀ ਦਿੰਦੇ ਆ ਬੰਦਾ ਬਾਂਦਰ ਤੋਂ ਨੀ ਬਣਿਆ ਗਾ, ਬੰਦਾ ਤੇ ਬਾਂਦਰ ਦੋਹਾਂ ਦਾ ਇੱਕ ਕਾਮਨ ਐਨਸੈਸਟਰ ਰਿਹਾ ਕਿਸੇ ਟਾਈਮ, ਜਿਹੜਾ ਕਿ ਨਾ ਕਿ ਬੰਦਾ ਸੀ ਤੇ ਨਾ ਬਾਂਦਰ ਸੀ। ਇਹ ਤੁਹਾਡੇ ਮਤਲਬ ਕੀ ਡਿਸੀਜਨ ਆ ਕਿ ਤੁਹਾਡੀ ਲਾਈਫ ਨੇ ਤੁਹਾਡੇ ਤੇ ਕੀ ਥਰੋ ਕੀਤਾ ਤੇ ਤੁਸੀਂ ਡਿਸੀਜਨ ਕੀ ਲਿਆ ਤੇ ਉਹਦੀ ਇਹ ਐਂਡ ਅਪ ਹੋਇਆ ਕਿ ਤੁਸੀਂ ਇੱਕ ਹੋਰ ਤੁਸੀਂ ਇੱਕ ਹੋਰ ਤਰ੍ਹਾਂ ਦੇ ਬਾਂਦਰ ਆ ਤੇ ਕਿਸੇ ਹੋਰ ਤਰ੍ਹਾਂ ਦੇ ਬਾਂਦਰ ਆ। ਜੇ ਤੁਸੀਂ ਆਖੋ ਕਿ ਤੁਸੀਂ ਬਾਂਦਰ ਨਾਲ ਉੱਥੇ ਮੁਕਾਬਲਾ ਕਰ ਲਓਗੇ ਜੰਗਲ ਦੇ ਵਿੱਚ, ਕਰਕੇ ਦਿਖਾਓ ਨਾ, ਬਿਲਕੁਲ ਉਸੇ ਦੇ ਇਨਵਾਇਰਮੈਂਟ ਦੇ ਵਿੱਚ ਨਹੀਂ ਕਰ ਸਕਦੇ ਨਾ, ਸਾਡੇ ਨਾਲ ਕੇਪੇਬਲ ਆ ਜ਼ਿਆਦਾ। ਜਾਂ ਆਪਾਂ ਆਖੀਏ ਕਿ ਆਪਾਂ ਸਮੁੰਦਰ ਦੇ ਵਿੱਚ ਮੱਛੀਆਂ ਦਾ ਮੁਕਾਬਲਾ ਕਰਕੇ ਦਿਖਾਓ ਨਾ, ਐਡੀਆਂ ਐਡੀਆਂ ਪਣਡੁੱਬੀਆਂ ਲੈ ਕੇ ਵੀ ਕੁਛ ਨੀ ਕਰ ਸਕਦੇ। ਉਹ ਤਾਂ ਸਿੰਪਲ ਇੱਕ ਚੀਜ਼ ਬੈਟਰ, ਅਸੀਂ ਸਾਡੇ ਸਾਰੀਆਂ ਹੀ ਜੀਵ ਜੰਤੂਆਂ ਇੱਕੋ ਜਿਹੀਆਂ ਹੈਗੀਆਂ ਨੇ, ਸਾਰੇ ਆਪੋ ਆਪਣੇ ਸਰਵਾਈਵਲ ਲਈ ਲੜ ਰਹੇ ਆ, ਤੇ ਮਤਲਬ ਲਿਟਰਲੀ ਜੇ ਬਚਣਾ ਵੀ ਉਹਨਾਂ ਨੇ ਤਾਂ ਹੀ ਜੇ ਆਪਣਾ ਸਰਵਾਈਵ ਕਰਨਗੇ। ਤੇ ਮੈਂ ਉਹੀ ਗੱਲ ਕਰ ਦਿੰਦਾ ਕਿ ਯਾਰ ਜੇ ਮਤਲਬ ਕਿ ਸਾਰੇ ਮੰਨ ਲਓ ਜੇ ਅੱਜ ਜਿੱਦਾਂ ਮੈਂ ਲਾਸਟ ਟਾਈਮ ਡਾਇਨਾਸੌਰਸ ਖਤਮ ਹੋਏ ਆ ਤੇ ਜੇ ਬੰਦੇ ਖਤਮ ਹੋ ਜਾਣ ਫਿਰ ਰੱਬ ਕਿੱਥੇ ਜਾਊਗਾ।
ਨਹੀਂ ਨਹੀਂ ਉਹੀ ਤਾਂ ਫਿਰ ਉਹਨੂੰ ਕੌਣ ਸਾਂਭ ਕੇ ਰੱਖੂਗਾ? ਜਿੰਨਾ ਚਿਰ ਇਹ ਨਾ ਸਾਰੇ ਸੰਕਲਪ ਨੂੰ ਜਿਹੜਾ ਇਹਨਾਂ ਦਾ ਰੱਬ ਦਾ ਸੰਕਲਪ ਆ ਉਹਨੂੰ ਇਕੱਠਾ ਕਰਕੇ ਇੱਕ ਵਾਰੀ ਏਦਾਂ ਰੱਖ ਕੇ ਹਰੇਕ ਬੰਦਾ ਉਹਨੂੰ ਭਰਮ ਭਾਲੀ ਬੈਠਾ ਜਦੋਂ ਗੱਲ ਹੁੰਦੀ ਨਾ ਉਹ ਫਿਰ ਇੱਦਾਂ ਦਾ ਜਵਾਬ ਦੇ ਦਿੰਦਾ ਬੰਦਾ। ਦੇਖੋ ਜੀ ਸਾਰੀਆਂ ਗੱਲਾਂ ਮਨੁੱਖੀ ਦਿਮਾਗ ਵਿੱਚ ਨਹੀਂ ਆਉਂਦੀਆਂ, ਏਦਾਂ ਨਹੀਂ ਹੋ ਸਕਦਾ। ਮਤਲਬ ਤੁਸੀਂ ਕੁਛ ਨਾ ਕੁਛ ਤਾਂ ਦੱਸੋ ਯਾਰ। ਵੀਰ ਜੀ ਸਾਡੇ ਲਈ ਇੱਕ ਸਟ੍ਰੇਂਜ, ਮਤਲਬ ਕਿ ਤੁਹਾਨੂੰ ਪਤਾ ਕਿ ਕੰਸਟੈਂਟਲੀ ਸਾਡਾ ਭਾਵੇਂ ਕਿ ਸਾਡੀ ਭਾਵੇਂ ਕਿ ਅਸੀਂ ਉਨੀ ਸਟਰਗਲ ਨਹੀਂ ਕਰ ਰਹੇ ਜਿੰਦਾ ਰਹਿਣ ਲਈ ਹੁਣ ਜਿੰਨੀ ਅਸੀਂ ਪਹਿਲਾਂ ਕਰਦੇ ਸੀਗੇ, ਪਰ ਫਿਰ ਵੀ ਸਾਡਾ ਆਈਕਿਊ ਲੈਵਲ ਵੱਧਦਾ ਜਾ ਰਿਹਾ, ਘੱਟ ਨਹੀਂ ਰਿਹਾ। ਕਾਮਨ ਲੈਵਲ ਦੇ ਉੱਤੇ ਐਵਰੇਜ ਸਾਰੇ ਬੰਦਿਆਂ ਦਾ ਆਈਕਿਊ ਲੈਵਲ ਵੱਧ ਰਿਹਾ ਆ। ਨਹੀਂ ਨਹੀਂ ਹੁਣ ਪਹਿਲਾਂ ਪਹਿਲਾਂ ਦੇਖੋ ਸਰਵਾਈਵ ਕਰਨ ਲਈ ਸਟਰਗਲ ਹੋ ਰਹੀ ਸੀ, ਹੁਣ ਹੁਣ ਜਿਹੜਾ ਦਿਮਾਗ ਆ ਉਹ ਵਿਕਾਸ ਕਰਨ ਲਈ ਸਟਰਗਲ ਕਰ ਰਿਹਾ, ਵਿਕਾਸ ਦੁਨੀਆ ਹੋਰ ਗ੍ਰਹਿ ਲੱਭ ਰਿਹਾ ਆ ਉਹਦੇ ਲਈ ਸਟਰਗਲ ਤਾਂ ਕਰ ਹੀ ਰਿਹਾ ਆ। ਹਾਂ ਕਿਉਂਕਿ ਜਿੱਦਾਂ ਤੁਸੀਂ ਸਟਰਗਲ ਕਰਨਾ ਖਤਮ ਕਰ ਦੋਗੇ ਤੁਹਾਨੂੰ ਤੁਹਾਡੇ ਪ੍ਰੈਡੇਟਰ ਨੇ ਮਾਰ ਦੇਣਾ ਆ, ਤੁਸੀਂ ਆਊਟ ਰਨ ਕਰਨਾ ਹੀ ਪਊਗਾ ਤੁਹਾਨੂੰ ਆਪਣੇ ਪ੍ਰੈਡੇਟਰ ਨੂੰ। ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ, ਕੋਈ ਸ਼ੱਕ ਨੀ, ਕੋਈ ਨੀ ਵੀਰੇ। ਚਲੋ ਠੀਕ ਹੈ ਵੀਰ ਜੀ, ਤੁਸੀਂ ਨਾ ਇਹਨੂੰ ਇੱਦਾਂ ਕੋਈ ਦਿਨ ਸਾਨੂੰ ਦੱਸ ਦਿਓ ਜਿਹੜਾ ਤੁਹਾਨੂੰ ਸੂਟ ਕਰਦਾ ਆ, ਤੇ ਉਹ ਜਾਂ ਬਾਅਦ ਵਿੱਚ ਤੁਸੀਂ ਵਟਸਐਪ ਤੇ ਜਾਂ ਫੋਨ ਤੇ ਆਪਣਾ ਨੰਬਰ ਦੇ ਦਿਓ, ਉਹ ਤੇ ਗੱਲ ਕਰ ਲਵਾਂਗੇ। ਤੇ ਇੱਦਾਂ ਵਧੀਆ ਆ, ਮੈਂ ਸੋਚਦਾ ਸੀ ਪਰਸੋਂ ਬੁੱਧ ਕਬੀਰ ਵੀਰਵਾਰ ਮੈਂ ਸਵੇਰੇ ਉਹ ਵੀਡੀਓ ਦੇਖਦਾ ਸੀ ਇੱਕ, ਤੇ ਦੇਖਦੇ ਤੇ ਮੇਰੇ ਦਿਮਾਗ ਚ ਆਉਂਦਾ ਸੀਗਾ ਵੀ ਅਸੀਂ ਸਾਡੀ ਹੈਸੀਅਤ ਕੀ ਆ ਜਾਣੀ ਦੁਨੀਆ ਇੱਥੇ ਜਿਹੜੀ ਸ੍ਰਿਸ਼ਟੀ ਜੀ। ਮੈਂ ਕਹਿੰਦਾ ਵੀਰ ਜੀ ਜੇ ਕੋਈ ਹੋਰ ਗ੍ਰਹਿ ਦੀ ਸਪੇਸਸ਼ਿਪ ਜਿਹੜੇ ਸਾਡੇ ਨੂੰ ਅੱਗੇ ਵੱਧ ਚੁੱਕੇ ਮਾਨ ਨਾਲੋਂ ਵੱਧ ਚੁੱਕੇ ਆ, ਜਾਂ ਅੱਗੇ ਜਿਹੜੀ ਐਡਵਾਂਸ ਸਿਵਿਲਾਈਜੇਸ਼ਨ ਹੋਰ ਹੈਗੀ ਵੀ ਆ, ਜੇ ਉਹ ਸਾਡੇ ਸੋਲਰ ਸਿਸਟਮ ਦੇ ਕੋਲ ਦੀ ਲੰਘ ਜਾਵੇ ਤੇ ਸਾਨੂੰ ਉਹਨਾਂ ਧਰਤੀ ਇੰਨੀ ਛੋਟੀ ਆ ਕਿ ਉਹਨਾਂ ਨੂੰ ਸਪੋਟ ਵੀ ਨਹੀਂ ਹੋਣੀਗੀ। ਹੁਣ ਮੰਨ ਲਓ ਅਸੀਂ ਜਿਹੜੇ ਸਾਡੇ ਕੋਲ ਸਾਡਾ ਸਭ ਤੋਂ ਵੱਡਾ ਚੈਲੰਜ ਪਤਾ ਕੀ ਹੋ ਰਹੀ, ਜਦੋਂ ਅਸੀਂ ਐਸਟ੍ਰੋਨੋਮੀ ਦੇ ਵਿੱਚ ਦੂਜੇ ਗ੍ਰਹਿਆਂ ਨੂੰ ਦੇਖਦੇ ਹਾਂ ਜਾਂ ਸੂਰਜ ਨੂੰ ਦੇਖਦੇ ਹਾਂ, ਹੁਣ ਅਸੀਂ ਮੰਨ ਲਓ ਜਦੋਂ ਸਾਡੇ ਕੋਲ ਇੱਕ ਲਾਈਟ ਬੀਮ ਆ ਰਿਹਾ ਹੁੰਦਾ ਠੀਕ ਹੈ ਉਸ ਗ੍ਰਹਿ ਤੋਂ, ਉਸ ਲਾਈਟ ਉਹ ਲਾਈਟ ਮਤਲਬ ਜਦੋਂ ਕੋਈ ਪਲੈਨਟ ਉਹਦੇ ਵਿੱਚ ਆਉਂਦਾ ਆ ਘੁੰਮ ਕੇ ਉਹਦੇ ਦੁਆਲੇ, ਤਾਂ ਉਹਦੇ ਫਿਰ ਮੰਨ ਲਓ ਕਿ ਉਹਨੂੰ ਉਹ ਲਾਈਟ ਨੂੰ ਬੈਂਡ ਉਹਦੇ ਵਿੱਚ ਉਹ ਬਲੌਕ ਕਰਦਾ ਆ, ਫਿਰ ਜਿੰਨੀ ਲਾਈਟ ਬਲੌਕ ਹੁੰਦੀ ਹੈ ਸਾਨੂੰ ਦੱਸਦੀ ਹੈ ਕਿ ਕਿੰਨਾ ਵੱਡਾ ਸਪੇਸ ਹੈਗਾ, ਇਹ ਹੈਗਾ ਆ ਕਿੰਨੇ ਚਿਰ ਲਈ ਲਾਈਟ ਬਲੌਕ ਹੋਈ ਆ, ਕਿੰਨੀ ਸਪੀਡ ਤੇ ਮੂਵ ਕਰ ਰਿਹਾ, ਕਿੱਦਾਂ ਦਾ ਪਲੈਨਟ, ਰੌਕੀ ਆ ਗੈਸੀਅਸ ਆ ਕੀ ਹੈਗਾ ਆ। ਫਿਰ ਹੁਣ ਸਾਡੇ ਲਈ ਸਭ ਤੋਂ ਵੱਡੀ ਸਟਰਗਲ ਇਹ ਆ ਕਿ ਧਰਤੀ ਵਰਗਾ ਪਲੈਨਟ ਲੱਭਣਾ, ਕਿਉਂਕਿ ਧਰਤੀ ਸੂਰਜ ਦੇ ਦੁਆਲੇ ਇੱਕ ਸਾਲ ਦੇ ਵਿੱਚ ਇੱਕ ਵਾਰੀ ਘੁੰਮਦੀ ਆ, ਸਾਨੂੰ ਮਤਲਬ ਇੱਕ ਸਟਾਰ ਨੂੰ ਕੌਂਸਟੈਂਟਲੀ ਘੱਟੋ ਘੱਟ ਇੱਕ ਸਾਲ ਲਈ ਵਾਚ ਟਿਕਾ ਕੇ ਨਜ਼ਰ ਰੱਖਣੀ ਪਊਗੀ, ਤੇ ਫਿਰ ਧਰਤੀ ਵਰਗਾ ਆਬਜੈਕਟ ਸਾਨੂੰ ਮਤਲਬ ਸ਼ੋਰ, ਫਿਰ ਵੀ ਕਿਉਂਕਿ ਧਰਤੀ ਬਹੁਤ ਛੋਟੀ ਆ, ਅਸੀਂ ਤਾਂ ਕਹਿੰਦੇ ਕਿ ਸਾਡੇ ਕੋਲ ਇੰਨੇ ਸਵਾਲ ਆ, ਸਵਾਲਾਂ ਦੇ ਜਵਾਬ ਦੇਣ ਤਾਂ ਸਹੀ, ਅਸੀਂ ਤਾਂ ਕਿਹਾ ਅਸੀਂ ਤੁਹਾਡਾ ਕਹਿੰਦਾ ਕਿ ਤੁਹਾਡੇ ਪੈਰ ਧੋ ਕੇ ਪੀਣ ਨੂੰ ਤਿਆਰ ਆ, ਸਾਡੇ ਸਵਾਲਾਂ ਦੇ ਜਵਾਬ ਦਿਓ। ਬਿਲਕੁਲ, ਅਸੀਂ ਹੋਰਾਂ ਤੋਂ ਜਰੂਰੀ ਪੁੱਛਣੇ ਆ, ਵੇਖੋ ਤੁਸੀਂ ਦੱਸੋ ਤੇ ਸਾਡੇ ਗੇਟ ਚ ਆਵੇ ਗੱਲ ਨਾਲ, ਅਸੀਂ ਤਾਂ ਸਮਝਣਾ ਚਾਹੁੰਦੇ ਹਾਂ ਭਾਈ ਤੁਹਾਡਾ ਕੋਈ ਬ੍ਰਹਮ ਗਿਆਨ ਆ, ਤੁਸੀਂ ਸੰਤਰੇ ਲਿਆ ਸਕਦੇ ਤੋੜ ਤੋੜ ਕੇ ਉੱਥੋਂ, ਤੇ ਇਹ ਮੂਰਖਾਂ ਨੂੰ ਇੱਦਾਂ ਲੱਗਦਾ ਵੀ ਜਿੱਦਾਂ ਉਹ ਮੁਸਲਮਾਨਾਂ ਦੇ ਕਹਿੰਦੇ ਸੀਗੇ ਨਾ ਵੀ ਉੱਥੇ ਹੂਰਾਂ, ਇਹਨੂੰ ਇੱਦਾਂ ਲੱਗਦਾ ਵੀ ਜਿਹੜੀਆਂ ਚੀਜ਼ਾਂ ਇੱਥੇ ਆ ਸਵਰਗਾਂ ਜਿੱਦਾਂ ਥੋੜੀਆਂ ਜ਼ਿਆਦਾ ਮਿੱਠੀਆਂ, ਸੰਤਰੇ ਤਾਂ ਜ਼ਿਆਦਾ ਵਧੀਆ ਹੋਣੇ ਆ। ਲਿਟਰਲੀ ਮਤਲਬ ਏਦਾਂ ਦੀ ਕੋਈ ਚੀਜ਼ ਨੀ ਹੈਗੀ। ਨਹੀਂ ਨਹੀਂ ਬਸ ਉਹ ਤਾਂ ਉੱਥੇ ਖੜੇ ਵੀਰ ਜੀ, ਹੁਣ ਸਭ ਤੋਂ ਵੱਡੀ ਚਲੋ ਆਪਾਂ ਅਗਲੀ ਵਾਰੀ ਜਦੋਂ ਆਪਾਂ ਗੱਲ ਕੀਤੀ ਨਾ ਉਦੋਂ ਆਪਾਂ ਜ਼ਿੰਦਗੀ ਤੇ ਮੌਤ ਦਾ ਕਨਸੈਪਟ ਸਾਇੰਸ ਦੀ ਨਜ਼ਰ ਦੇ ਵਿੱਚ ਖੋਲਾਂਗੇ ਕਿ ਜ਼ਿੰਦਗੀ ਮੌਤ ਹੁੰਦੀ ਕੀ ਆ। ਠੀਕ ਆ ਜੀ, ਠੀਕ ਆ, ਵਧੀਆ, ਕੋਈ ਨਾ ਕੋਈ ਲੈ ਕੇ ਤਾਂ ਇੱਦਾਂ ਵਧੀਆ, ਕੋਈ ਨੀ ਫਿਰ ਆਪਾਂ ਬਣਾ ਲਵਾਂਗੇ ਟਾਈਮ ਨਾ। ਹਾਂਜੀ ਚਲੋ ਠੀਕ ਹੈ ਵੀਰ ਜੀ, ਕਰੋ ਇੰਜੋਏ। ਥੈਂਕ ਯੂ। ਠੀਕ ਆ ਜੀ, ਸਮਾਂ ਸਾਡਾ 4:30 ਦਾ ਹੋ ਗਿਆ ਆ, ਪਰ ਮੈਂ ਚਾਹੁੰਦਾ ਸੀ ਉਹਦੇ ਬਾਰੇ ਜਿਹੜਾ ਜਸਵਿੰਦਰ ਸਿੰਘ ਆ, ਹਾਂਜੀ, ਥੋੜੀ ਜਿਹੀ ਗੱਲ ਕਰਨੀ। ਠੀਕ ਹੈ ਜੀ,
ਤੇ ਆਪਾਂ ਉਹਨੂੰ ਕਰ ਲੈਂਦੇ ਹਾਂ, ਠੀਕ ਆ। ਅਤੇ ਫਿਰ ਨਹੀਂ ਤਾਂ ਫਿਰ ਮੰਗਲਵਾਰ ਨੂੰ ਤੁਸੀਂ ਦੇਖ ਲਿਓ, ਜੋ ਬੁੱਧਵਾਰ ਨਹੀਂ ਤੁਸੀਂ ਹੋਰ ਕੋਈ ਦੇਖ ਲਓ। ਹਾਂਜੀ, ਮੂਲ ਮੰਤਰ ਦੇ ਵਿੱਚ ਦੱਸਿਆ ਵੀ ਉਹ ਨਿਰਭਉ ਹੈ ਜਿਹੜਾ ਪਰਮੇਸ਼ਰ ਹੈ, ਨਿਰਭਉ ਦਾ ਮਤਲਬ ਹੁੰਦਾ ਡਰ। ਤੇ ਅਸੀਂ ਇਹਨੂੰ ਪਿੱਛੇ ਕਰੀਏ ਜੀ ਥੋੜਾ ਜਿਹਾ, ਦੁਬਾਰਾ ਤੋਂ ਸੁਣੀਏ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਆ ਵੀ ਢੱਡਰੀਆਂ ਵਾਲਾ ਬਾਰ ਬਾਰ ਕਹਿ ਰਿਹਾ ਕਿ ਕੁਦਰਤੀ ਰੱਬ ਹੈ, ਕੁਦਰਤੀ ਰੱਬ ਹੈ ਜੀ। ਤੇ ਆਓ ਆਪਾਂ ਇੱਕ ਮਿੰਟ ਦੇ ਲਈ ਵਿਚਾਰੀਏ ਜੋ ਗੁਰੂ ਨਾਨਕ ਦੇਵ ਜੀ ਨੇ ਰੱਬ ਦੀ ਡੈਫੀਨੇਸ਼ਨ ਦੱਸੀ ਹੈ, ਕੀ ਉਹਦੇ ਮੁਤਾਬਕ ਕੁਦਰਤ ਰੱਬ ਹੈ ਜਾਂ ਨਹੀਂ। ਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਲ ਮੰਤਰ ਦੇ ਵਿੱਚ ਦੱਸਿਆ ਵੀ ਉਹ ਨਿਰਭਉ ਹੈ ਜਿਹੜਾ ਪਰਮੇਸ਼ਰ ਹੈ, ਨਿਰਭਉ ਦਾ ਸਭ ਤੋਂ ਵੱਡੇ ਧੱਕੇ ਆ ਕਰ ਰਹੇ ਅਸੀਂ। ਹਾਂਜੀ, ਵੀ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਸ਼ਬਦਾਂ ਨੂੰ ਜਿਹੜਾ ਸਾਡਾ ਨਜ਼ਰੀਆ ਆ ਗੁਰਬਾਣੀ ਦੇ ਪ੍ਰਤੀ, ਹਾਂਜੀ, ਉਹਨੂੰ ਗੁਰੂ ਦਾ ਕਹਿ ਰਹੇ ਹਾਂ। ਪੰਕਤੀ ਉਹੀ ਆ, ਹਾਂਜੀ, ਸ਼ਬਦ ਉਹੀ ਹੋਣੇ ਆ, ਹਾਂਜੀ, ਠੀਕ ਆ। ਜਿਹੜਾ ਬੰਦਾ ਕੰਪਿਊਟਰ ਬਣਾਉਣੇ ਵਾਲਾ ਆ ਨਾ, ਹਾਂਜੀ, ਜਦੋਂ ਉਹਨੇ ਮਾਊਸ ਬਣਾਇਆ ਆ, ਹਨਾ, ਹੁਣ ਜੇ ਉਸ ਮਾਊਸ ਉਹਦੇ ਅਰਥ ਅਸੀਂ ਜਿਹੜਾ ਸਾਨੂੰ ਪਤਾ ਆ, ਸਾਨੂੰ ਪਤਾ ਵੀ ਮਾਊਸ ਦਾ ਅਰਥ ਚੂਹਾ ਆ, ਜੇ ਉਹ ਕਰਾਂਗੇ ਉਹਦੇ ਨਾਲ ਧੱਕਾ ਹੋਣਾ ਬਣਾਉਣੇ ਵਾਲੇ ਬਹੁਤ ਜ਼ਿਆਦਾ, ਠੀਕ ਆ। ਜਿਹੜੀ ਕੰਪਿਊਟਰ ਚ ਵਿੰਡੋ ਖੁੱਲਦੀ ਆ, ਉਹਦੇ ਅਰਥ ਉਹ ਨਹੀਂ ਹੈਗੇ ਜਿਹੜੀ ਵਿੰਡੋ ਸਾਨੂੰ ਪਤਾ ਆ, ਠੀਕ ਆ। ਇੱਦਾਂ ਇੱਦਾਂ ਹੀ ਅਸੀਂ ਗੁਰਬਾਣੀ ਨਾਲ ਕਰ ਰਹੇ ਹਾਂ। ਸ਼ਬਦ ਗੁਰੂ ਨਾਨਕ ਦੇਵ ਜੀ ਦੇ ਲੈ ਕੇ, ਮਰਜ਼ੀ ਆਪਣੀ ਦੇ ਨਾਲ ਉਹਦੇ ਅਰਥ ਕਰ ਰਹੇ ਹਾਂ, ਹਨਾ। ਹੁਣ ਅਸੀਂ ਉਦਣ ਵੀ ਗੱਲ ਕਰਦੇ ਸੀ ਵੀ ਇੱਕ ਓਂਕਾਰ ਨੂੰ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਰੱਬ ਇੱਕ ਬਣਾ ਦਿੱਤਾ, ਠੀਕ ਆ। ਇਹੀ ਹਾਲ ਹੁਣ ਇਹ ਬੰਦਾ ਜਿਹੜਾ ਆ, ਬਾਕੀ ਜਿਹੜਾ ਮੂਲ ਮੰਤਰ ਆ ਉਹਦੇ ਨਾਲ ਕਰਨ ਲੱਗਾ ਆ, ਠੀਕ ਆ। ਚਲੋ ਜੀ, ਸਾਡੇ ਨਾਲ ਇੱਕ ਸਰੋਤੇ ਹੋ ਰਿਹਾ, ਉਹਨਾਂ ਨੂੰ ਉਹਨਾਂ ਦੀ ਗੱਲ ਸੁਣ ਲਈਏ ਪਹਿਲਾਂ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ ਜੀ, ਵਟਸਐਪ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਗੁਰੂ ਫਤਿਹ ਜੀ, ਤੁਸੀਂ ਆਉਂਦੇ ਰਹੋ ਜੀ। ਬਾਅਦ ਜਿਹੜੀ ਗੱਲ ਭਾਈ ਸਾਹਿਬ ਕਰਕੇ ਗਏ ਸੀ ਨਾ, ਉਹਨੇ ਵੀ ਇੰਨੀਆਂ ਜ਼ਿਆਦਾ ਲੰਮੇ ਸਮੇਂ ਦੀਆਂ ਗੱਲਾਂ। ਹਾਂਜੀ ਹੈਲੋ, ਹਾਂਜੀ ਹਾਂਜੀ, ਸਾਨੂੰ ਤਾਂ ਧਰਤੀ ਚੋਂ ਪਾਣੀ ਮੁੱਕ ਜੂਗਾ ਤੇ ਸਾਡੇ ਲੋਕਾਂ ਨੇ ਤਾਂ ਉਹ ਨੀ ਮੋੜ ਨੂੰ ਕਰੀ ਗਏ, ਪਾਣੀ ਮੁੱਕਣ ਨੂੰ ਨੀ ਕਿਸੇ ਬੰਦੇ ਨੇ ਸਵਕਾਰਿਆ ਗਾ। ਤੇ ਹਾਂਜੀ, ਜਿੱਦਾਂ ਮਸਕੀਨ ਹੋਰੀ ਵੀ ਇਹ ਗੱਲ ਆਮ ਕਹਿੰਦੇ ਸੀਗਾ, ਜਦੋਂ ਅਮਰੀਕਾ ਨੇ ਰਾਕਟ ਛੱਡਿਆ, ਮੈਂ ਆਪ ਸੁਣੀਆਂ ਮਸਕੀਨ ਦੀਆਂ ਗੱਲਾਂ, ਉਦੋਂ ਮਸਕੀਨ ਜੀ ਨੂੰ ਸੁਣ, ਉਦੋਂ ਉਹਨਾਂ ਨੇ ਕਿਹਾ ਕਿ ਰਾਕਟ ਛੱਡਿਆ, ਅਮਰੀਕਾ ਨੇ ਅਰਬਾਂ ਖਰਬਾਂ ਡਾਲਰ ਲਾ ਰਹੇ, ਤੇ ਉਹ ਲਿਆ ਕਿ ਇੱਕ ਮਿੱਟੀ ਦੀ ਮੁੱਠ, ਕੀ ਫਾਇਦਾ ਕੀ ਲਾਭ, ਉਹ ਜਾਣੀ ਉਦੋਂ ਕਨਵਿੰਸ ਕਰਾ ਕੇ ਉਹ ਵੀ ਕੋਈ ਫਾਇਦਾ ਨੀ ਰਾਕਟਾਂ ਦਾ। ਹੁਣ ਸਮਝ ਆਉਂਦੀ ਹੈ ਵੀ ਪਤਾ ਨੀ ਉਹਨਾਂ ਨੇ ਜਾ ਕੇ ਉੱਥੇ ਕੀ ਕੁਛ ਖੋਜਿਆ ਹੋਏਗਾ, ਕੀ ਕੁਛ ਆਇਆ, ਕੀ ਕੁਛ ਉਹਨਾਂ ਨੇ ਆਉਣਾ ਦੇ ਸਮੇਂ ਤਦ ਕਰਨਾ। ਉਹ ਗੱਲ ਇਕੱਲੇ ਪੈਸੇ ਸਟੋਰ ਕਰਨ ਮਗਰ ਨੀ ਗਏ ਗੇ, ਉਹ ਕੁਛ ਕਰਨ ਮਗਰ ਗਏ ਹੈ। ਨਹੀਂ ਜੀ ਨਹੀਂ, ਉਹ ਸਾਡੇ ਤਾਂ ਸਕਾਲਰ ਵੀ ਏਦਾਂ ਦੇ ਸੀ ਵਿਦਵਾਨ, ਪਰ ਸਾਨੂੰ ਇਹਨਾਂ ਗੱਲਾਂ ਦੀ ਕਿੱਥੋਂ ਸਮਝ ਆਵੇ ਜਦੋਂ ਸਾਡੇ ਵਿਦਵਾਨ ਹੀ ਏਦਾਂ ਦੇ ਸੀਗੇ। ਸਾਡੇ ਲਈ ਇੱਕ ਪ੍ਰੋਬਲਮ ਬਹੁਤ ਵੱਡੀ ਬਣੀ ਹੋ ਆ, ਜਿਹੜਾ ਅਸੀਂ ਗੁਰੂ ਸਾਹਿਬ ਨੂੰ ਸਰਬ ਕਲਾਸ ਸਮਰੱਥ ਬਣਾ ਕੇ ਪੇਸ਼ ਕਰ ਰਹੇ ਹਾਂ। ਪਿੱਛੇ ਪੜ੍ਹ ਕੇ ਦੇਖੋ ਅੱਜ ਵੀ ਨਾ, ਅੱਜ ਸਾਇੰਸ ਵੀ ਅਜੇ ਹੈਰਾਨ ਆ ਵੀ ਜਿਹੜੇ
ਮਿਸਰ ਵਿੱਚ ਪਿਰਾਮਿਡ ਆ ਨਾ ਬਣਿਓ, ਹਾਂਜੀ ਹਾਂਜੀ, ਜਿਹੜੀ ਉਹਨਾਂ ਦੀ ਉਚਾਈ ਆ, ਹਾਂਜੀ, ਤੇ ਉਸ ਉਚਾਈ ਤੱਕ, ਬਾਕੀ ਉਹਦੀ ਜਿਹੜੀ ਇੰਜੀਨੀਅਰਿੰਗ ਆ ਉਹਦੀ ਗੱਲ ਬਾਤ ਦੀ, ਵੀ ਇੰਨੀ ਉਚਾਈ ਤੱਕ ਅੰਦਾਜ਼ਾ ਲਾਉਂਦੇ ਵੀ 5,000 ਸਾਲ ਪਹਿਲਾਂ ਬਣਿਓ ਆ ਉਹ, ਤੇ ਉਹਦਾ ਉਹਦਾ ਜਿਹੜੀ ਇੱਕ ਇੱਕ ਯੂਨਿਟ ਆ ਨਾ ਉਹਦੀ, ਜਿੱਦਾਂ ਆਵਾਜ਼ ਕੱਟੀ ਨਹੀਂ ਆਈ, ਤੁਸੀਂ ਕਰ ਲਓ ਆਪਣੀ ਗੱਲ। ਹਾਂ ਠੀਕ ਹੈ ਠੀਕ ਹੈ, ਜਿਹੜੀ ਨਾ ਉਹਦੀ ਉਹਦੀ ਯੂਨਿਟ ਆ ਇੱਕ ਇੱਕ, ਹਾਂਜੀ, ਜਿੱਦਾਂ ਇੱਟਾਂ ਆ, ਹਾਂਜੀ, ਹੁਣ ਜਿਹੜੇ ਪੱਥਰ ਆ ਉਹਦੇ ਬਲੋਕ ਆ ਜਿੱਦਾਂ ਪਏ, ਉਹ ਜਿਹੜਾ ਇੱਕ ਇੱਕ ਬਲੋਕ ਆ ਉਹ 4-4, 5-5 ਟਨ ਦਾ ਆ। ਠੀਕ ਆ ਠੀਕ ਆ, ਤੇ ਉਹ ਇੱਦਾਂ ਮੈਨੂੰ ਲੱਗਦਾ ਆ ਵੀ ਚਲੋ ਮੈਂ ਜਿਹਨਾਂ ਨੇ ਹੋਊਗਾ ਪਤਾ, ਇੱਦਾਂ 30-40 ਮੰਜ਼ਿਲਾਂ ਤੱਕ ਉਹ ਕੁਛ ਇੱਦਾਂ, ਪੂਰਾ ਤਾਂ ਮੈਨੂੰ ਨਹੀਂ ਅੰਦਾਜ਼ਾ, ਠੀਕ ਆ ਵੀ ਚਲੋ ਜਿਹੜੇ ਹੈਗੇ ਆ ਘੱਟ ਵੱਧ ਵੀ ਹੋ ਸਕਦਾ ਵੀ ਇੰਨੇ ਇੰਨੇ ਉੱਚੇ ਆ, ਜੇ 10 ਮੰਜ਼ਿਲਾਂ ਜਿੰਨਾ ਵੀ ਉੱਚਾ ਹੋਵੇ। ਹਾਂਜੀ, ਸਵਾਲ ਇਹ ਵੀ ਇੱਦਾਂ 5-5 ਟਨ ਦੇ, ਹਾਂਜੀ, ਜਿਹੜੇ 4-4 ਟਨ ਦੇ ਬਲੋਕ ਆ ਉਹ ਕਿੱਦਾਂ ਕਾਹਦੇ ਨਾਲ ਰੱਖੇ ਹੋਊਗੇ ਉੱਤੇ, ਦੂਜਾ ਠੀਕ ਆ 5,000 ਸਾਲ ਪਹਿਲਾਂ, ਹਾਂਜੀ ਠੀਕ ਆ, ਫਿਰ ਉਹ ਜਿਹੜੀਆਂ ਸਭਿਅਤਾਵਾਂ ਉੱਜੜ ਗਈਆਂ ਆ ਉਹਨਾਂ ਦੇ ਬਾਰੇ, ਹਾਂਜੀ, ਉਹ ਤਾਂ ਹੁਣ ਪਤਾ ਨੀ, ਜਦੋਂ ਡਾਇਨਾਸੌਰ ਦੀ ਗੱਲ ਆਉਂਦੀ ਆ, ਹਾਂਜੀ, ਉਹਨਾਂ ਦੇ ਬਾਰੇ ਫਿਰ ਪੂਰੀ ਨਸਲੇ ਜਾਣੀ, ਉਹ ਜਿਹੜਾ ਟਾਈਮ ਸੀ ਉਦਾਂ ਦਾ ਵੀ ਕਿੰਨੀ ਤਰ੍ਹਾਂ ਦੇ ਸੀਗੇ, ਕਿੱਡੇ ਕਿੱਡਾ ਆਕਾਰ ਸੀ ਉਹਨਾਂ ਦਾ, ਕੀ ਖੁਰਾਕ ਸੀ ਉਹਨਾਂ ਦੀ, ਹਾਂਜੀ, ਹਨਾ, ਬਾਕੀ ਜੀਵ ਜੰਤੂ ਕਿੱਦਾਂ ਦੇ ਸੀ ਉਸ ਵੇਲੇ, ਠੀਕ ਆ। ਹੁਣ ਜਿਹੜਾ ਜਦੋਂ ਤੁਸੀਂ ਅਰਸਤੂ ਦਾ ਜੀਵਨ ਪੜ੍ਹਦੇ ਆ, ਹਾਂਜੀ, ਹਨਾ, ਉਹ 2300-2400 ਸਾਲ ਪਹਿਲਾਂ ਹੁਣ ਤੋਂ ਹੋਇਆ ਉਹ, ਹੁਣ ਉਦੋਂ ਆ ਫਿਜ਼ਿਕਸ ਦੀਆਂ ਗੱਲਾਂ, ਉਦੋਂ ਦੀਆਂ ਥਿਊਰੀਆਂ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਦੀਆਂ, ਅੱਜ ਵੀ ਤੇ ਸਾਡਾ ਰੌਲਾ ਜਿਹੜਾ ਆ ਜਾ ਕੇ ਸੈਨ ਹੋਜੇ, ਹੁਣ ਤੁਸੀਂ ਦੇਖ ਲਓ ਸਾਡੀ ਵੱਧ ਤੋਂ ਵੱਧ ਜਿਹੜੀ ਪ੍ਰਾਪਤੀ, ਮੂਰਖਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਤੁਸੀਂ ਉੱਥੇ ਢੱਡਰੀਆਂ ਵਾਲਿਆਂ ਦੇ ਦੀਵਾਨ ਰੋਕ ਕੇ ਪ੍ਰਾਪਤ ਕੀ ਕਰ ਲਓਗੇ, ਤੁਹਾਡੀ ਅਕਲ ਦਾ ਜਨਾਜ਼ਾ ਨਿਕਲ ਰਿਹਾ, ਉਹਨਾਂ ਦੇ ਉੱਥੇ ਦੀਵਾਨ ਲੱਗਣ ਨਾਲ ਨੀ ਉਹ ਗੱਲਾਂ ਉਨਾ ਅਸਰ ਹੋਣਾ ਲੋਕਾਂ ਦੇ ਉੱਤੇ ਜਿੰਨਾ ਤੁਹਾਡੇ ਰੋਕਣ ਨਾਲ ਹੋ ਜਾਣਾ। ਬਿਲਕੁਲ ਬਿਲਕੁਲ, ਪ੍ਰਚਾਰ ਫਿਰ ਵੀ ਤੁਹਾਡੇ ਉਲਟ ਹੋਣਾ ਆ, ਹਾਂਜੀ, ਤੁਸੀਂ ਜੱਖਣਾ ਆਪਣੇ ਬ੍ਰਹਮ ਗਿਆਨ ਦੀ ਪਟਾਉਣੀ ਆ ਤੁਸੀਂ, ਠੀਕ ਆ, ਵਧੀਆ ਇਹ ਹੋਵੇ ਵੀ ਤੁਸੀਂ ਉਹਨਾਂ ਨੂੰ ਜੇ ਸੱਚ ਹੈਗਾ ਤੁਹਾਡੇ ਕੋਲ, ਤੁਸੀਂ ਤਾਂ ਸਾਬਤ ਕਰ ਰਹੇ ਆ ਵੀ ਗੁੰਡੇ ਆ ਤੁਸੀਂ, ਬਿਲਕੁਲ ਠੀਕ ਆ, ਹੁਣ ਤੱਕ ਗੁੰਡੇ ਰਹੇ ਆ ਔਰ ਗੁੰਡੇ ਰਹਿਣਾ ਤੁਸੀਂ, ਬਿਲਕੁਲ, ਨਹੀਂ ਨਹੀਂ ਨਹੀਂ, ਤੁਹਾਤੋਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਭਾਈ, ਆਉਣੇ ਵਾਲਾ ਸਮਾਂ ਜਿਹੜਾ ਆ ਉਹ ਇੱਦਾਂ ਦਾ ਰਹਿਣਾ ਦੀ ਨਾ ਲਈ ਤਾਂ, ਬਿਲਕੁਲ, ਚਲੋ ਠੀਕ ਆ ਜੀ, ਮੈਂ ਕਹਿੰਦਾ ਸਾਨੂੰ ਇਹ 8 ਮਿੰਟ ਦੀ ਵੀਡੀਓ ਆ ਤੇ ਗੱਲਾਂ ਇਹਨੂੰ ਬਹੁਤ ਜ਼ਿਆਦਾ ਕੀਤੀਆਂ ਇਹਦੇ ਵਿੱਚ, ਹਾਂਜੀ, ਤੇ ਸਾਡਾ 1.5-2 ਘੰਟੇ ਨਾਲ ਨਹੀਂ ਸਰਨਾ, ਠੀਕ ਆ ਠੀਕ ਆ, ਬੁੱਧਵਾਰ ਨੂੰ ਮੈਂ ਲਾਊਂਗਾ 1.5-2 ਘੰਟੇ, ਠੀਕ ਹੈ, ਇਹਦੇ ਉੱਤੇ ਇਹਨੇ ਗੁਰਬਾਣੀ ਦੀ ਵਿਆਖਿਆ ਕਰਦੇ ਨੇ, ਜਾਣੀ ਜਿੱਦਾਂ ਉਹ ਪ੍ਰੋਫੈਸਰ ਦਰਸ਼ਨ ਸਿੰਘ ਕਹਿੰਦਾ ਨਾ, ਠੀਕ ਆ, ਵੀ ਇੱਦਾਂ ਹੀ ਇਹਨੇ ਉਹ ਪੰਕਤੀਆਂ ਲਿਆ ਕੇ, ਠੀਕ ਹੈ, ਅਰਥ ਉਹਦੇ ਹਿਸਾਬ ਨਾਲ ਕੀਤੀ ਹੋਆ, ਠੀਕ ਹੈ ਠੀਕ ਹੈ, ਵੀ ਆਹ ਦੱਸੋ ਵੀ ਕੁਦਰਤ ਕਿੱਦਾਂ ਲੱਗ ਸਕਦੀ, ਆਹ ਦੱਸੋ ਕਿੱਦਾਂ ਲੱਗ ਸਕਦੀ ਆ, ਠੀਕ, ਬਾਕੀ ਦੇਖ ਲੈਂਦੇ ਜੀ ਆਪਾਂ ਹੁਣ, ਨਾਲੇ ਉਹਨਾਂ ਨੂੰ ਭਾਈ ਸਾਹਿਬ ਉਹਨਾਂ ਨੂੰ ਉਹਨਾਂ ਦੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਮਿਲ ਜੂਗੀ, ਸਾਨੂੰ ਵੀ ਹੁਣ ਇੱਥੇ ਬੈਠਿਆਂ ਨੂੰ ਤੜਪੱਛਣਾ ਜਿਹੀ ਲੱਗੀ ਹੋਆ, ਹਨਾ, ਤੇ ਕਿੱਦਾਂ ਹੁੰਦੀ ਹੋਊਗੀ, ਹਨਾ, ਤੇ 1-2 ਮੈਸੇਜ ਵੀ ਆਏ ਹੋ ਆ, ਹਨਾ, ਅਸੀਂ ਫੋਨ ਕਰ ਲਈਏ ਕਰਕੇ, ਤੇ ਗੱਲਬਾਤ ਜਿਹੜੀ ਆ ਸਮੇਂ ਦੇ ਹਿਸਾਬ ਨਾਲ ਉਹਨਾਂ ਦੀ ਸੁਣ ਲਈਏ, ਤੇ ਕੱਲ ਨੂੰ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਮਿਲਦੇ ਆ। ਅੱਜ ਚੰਗਾ ਹੋ ਗਿਆ, ਜਾਣੀ ਅਸੀਂ ਸੋਚਦੇ ਸੀਗੇ ਵੀ ਵੀਡੀਓ ਲਾਈਵ ਦਾ ਸ਼ੁਰੂ ਕਰ ਲਈਏ ਆਪਾਂ, ਹੁਣ ਜੇ ਅੱਜ ਉਹ ਕੀਤਾ ਹੁੰਦਾ ਸ਼ੁਰੂ, ਹਨਾ, ਤੇ ਉਧਰੋਂ ਉਹਨਾਂ ਦਾ ਭਾਈ ਸਾਹਿਬ ਉਹਨਾਂ ਦਾ ਦੀਵਾਨ ਆ ਸਾਡੇ ਲਈ, ਇਸ ਕਰਕੇ ਆਪਾਂ ਜੇ ਰੁਕ ਜਾਈਏ ਥੋੜਾ ਜਿਹਾ, ਠੀਕ ਹੈ, ਹਾਂ, ਨਹੀਂ ਤਾਂ ਉਹ ਕਰਕੇ ਗੱਲ ਤਾਂ ਮੈਂ ਹੋਰ ਵੀ ਕਹਿਣੀ ਸੀ, ਇੱਦਾਂ ਆਪਾਂ ਅੱਜ ਰਹਿਣ ਦਿੰਦੇ ਹਾਂ, ਫਿਰ ਵੀਡੀਓ 'ਚ ਕਹਾਂਗੇ ਆਪਾਂ, ਚਲੋ ਠੀਕ ਹੈ ਜੀ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।